ਤੇਰੇ ਵਾਰਾਂ ਮਿਸਨਾ ਚੀਜ਼ ਕੁਰੇ ਸਾਰੇ ਦਿਲ ਤੇ ਫੇਰੇ ਤੀਰ ਕੁਰੇ ਤੂੰ ਸਾਡੀ ਐ ਤਕਦੀਰ ਕੁਰੇ ਤੇਰੀ ਅੱਖੀਆਂ ਵਿੱਚ ਦੀਦ ਕੁਰੇ ਸਾਰੇ ਸੋਹਣੀ ਬਨ ਜਾ ਹੀ ਕੁਰੇ ਸਨ ਤੇਰੇ ਨਾਲ ਹੋ ਗਏ ਆ ਪਿਆਰ ਜਦੋਂ ਅੱਖ ਮਟ ਕਾਵੇਂ ਸਾਨੂੰ ਸੋਹਣੀ ਲੱਗਦੀ ਨਹੀਂ ਜਦੋਂ ਤੂੰ ਕਮਾਵੇਂ ਸਾਨੂੰ ਸੋਹਣੀ ਲੱਗਦੀ ਕੀਆ ਕਮਾਲ ਦੀ ਆਪਣੀ ਸਿੱਖੀ ਔਰ ਆਪਣੇ ਟਰਬਨ ਨੂੰ ਇੰਨਾ ਜ਼ਿਆਦਾ ਪ੍ਰਾਊਡ ਫੀਲ ਕਰਵਾਇਆ ਕਿ ਅੱਜ ਅਸੀਂ ਕਹਿੰਦੇ ਆ ਕਿ ਵੀ ਪ੍ਰਾਊਡ ਟੂ ਬੀ ਇੰਡੀਆ ਨਾਟ ਪੰਜਾਬੀ ਔਰ ਸਿੱਖ ਸੋ ਤੁਸੀਂ ਕੀ ਪੁਆਇੰਟ ਆਫ ਵੀ ਰੱਖਦੇ ਹੋ ਬਹੁਤ ਇਹ ਗੀਤ ਵੀ ਇਹ ਬਲਬੀਰ ਭਾਈ ਨੇ ਕੱਲੇ ਮੈਨੇ ਨਹੀਂ ਵੀ ਤੇਰੇ ਟਾਊਨ ਚ ਘੁੰਮਦਾ ਨਹੀਂ ਮੁੰਡਾ ਟਰਬਨ ਵਾਲਾ ਕਿਉਂਕਿ ਅੰਗਰੇਜ਼ਾਂ ਨੂੰ ਟਰਬਨ ਦਾ ਪਤਾ ਨਾ ਹਜੇ ਪਗੜੀ ਦਾ ਨਹੀਂ ਪਤਾ ਉਹਨਾਂ ਨੂੰ ਟਰਬਨ ਦਾ ਸੋ ਇਹ ਬੋਦੇ ਸੂਝ ਸਮਝ ਕੇ ਲਿਖਿਆ ਉਹਨਾਂ ਨੇ ਕਿ ਮੈਂ ਤੈਨੂੰ ਨਹੀਂ ਸਾਰਿਆਂ ਨੂੰ ਮਖਾਤਬ ਜਿਹੜੇ ਵੀ ਟਰਬਨ ਬੰਦੇ ਆ ਕਿਉਂਕਿ ਟਰਬਨ ਵਰਲਡ ਦੇ ਵਿੱਚ ਬਹੁਤ ਮਸ਼ਹੂਰ ਹੈ ਜਿਸ ਤਰ੍ਹਾਂ ਤੁਸੀਂ ਜੋ ਸਿੱਧੂ ਉਸੇ ਵਾਲਾ ਸਾਰੇ ਵਰਲਡ ਦੇ ਵਿੱਚ ਤੇ ਮੇਨਸਟ੍ਰੀਮ ਆਰਟਿਸਟ ਵੀ ਉਹਨੂੰ ਫੋਲੋ ਕਰਦੇ ਆ ਸਾਰੀ ਦੁਨੀਆਂ ਨੇ ਹੈਨਾ ਕੈਸਾ ਬੋਲੀ ਸਾਈਡ ਤੇ ਦੁਨੀਆਂ ਤੋਂ ਸਿੱਧੀ ਚੱਲ ਗਿਆ ਉਹਨੂੰ ਸਤਿਗੁਰੂ ਦਾ ਹੁਕਮ ਆ ਜੀ ਆਮ ਵੀਰੀ ਸੈਡ ਅਬਾਊਟ ਥੈਟ ਤੇ ਲekin ਉਹਦਾ ਨਾਮ ਹਮੇਸ਼ਾ ਰਹੂਗਾ ਹੈਨਾ ਤੇ ਦਿਲਜੀਤ ਬਾਜੀ ਨੇ ਕੈਸਵਾ ਸ਼ਾਇਆ ਪਿਆ ਟੀਨਾਂ ਦੇ ਵਿੱਚ ਹੋਰ ਵੀ ਫਿਲਮਾਂ ਦੇ ਵਿੱਚ ਐਨ ਪ੍ਰੋਪਰ ਜੀ ਸਰਦਾਰ ਜੋ ਹੋਣਾ ਚਾਹੀਦਾ ਨਾ ਓਕੇ ਸਰਦਾਰ ਦੀ ਆਪਣੀ ਇੱਕ ਗੱਲ ਬਾਤ ਹੈ ਔਰ ਆਇ ਕਟੋਰ ਥੋੜਾ ਕਮੀਡੀਅਨ ਰਹੂਗਾ ਬਿਲਕੁਲ ਹੈਨਾ ਜਿਸ ਤਰ੍ਹਾਂ ਬੰਬੇਰੇ ਪੁੱਠੀ ਜੀ ਪੱਗ ਬਣ ਕੇ ਨਕਲੀ ਜੀ ਉਹਦਿਆਂ ਕਰਦੇ ਸੀਗੇ ਜੀ ਵੀ ਕਮੀਡੀਅਨ ਜਾਇਦਾ ਕਿ ਨਾ ਯਾਰ ਇਹਦੇ ਪੱਗ ਬਣ ਦੋ ਤੇ ਐਦਾ ਕਰ ਦੋ ਤੇ ਇਹਨੂੰ ਲੈ ਆਓ ਐਦਾ ਸੀਗਾ ਜੀ ਸੋ ਇਸ ਕਰਕੇ ਆ ਫੀਲ ਪ੍ਰਾਊਡ ਉਨ ਕਿਸ ਤਰ੍ਹਾਂ ਦਾ 뮤직 ਅੱਗੇ ਲੈ ਕੇ ਆ ਰਹੇ ਕਿਉਂਕਿ ਆਡੀਅנס ਦਾ ਟੇਸਟ ਕੀ ਐ ਐਕਚੁਅਲ 'ਚ ਉੱਥੇ ਹੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੰਫਿਊਜ਼ਨ ਆਰਟਿਸਟ ਦੀ ਬਣ ਜਾਂਦੀ ਐ ਹੁਣ ਅੱਜਕੱਲ੍ਹ ਜਿਆਦਾ ਯੰਗਸਟਰ ਹਨ ਇੰਗਲਿਸ਼ 뮤직 ਨੂੰ ਸੁਣ ਰਹੇ ਆ ਜਿਹੜੇ ਪੰਜਾਬੀ ਗੀਤ ਵੀ ਆ ਰਹੇ ਉਹਨਾਂ ਦਾ ਵੋਕਲ ਕੱਢ ਦੋ ਤਾਂ ਇੰਗਲਿਸ਼ ਹੀ ਲੱਗਦੇ ਆ ਜੀ ਜੀ ਠੀਕ ਐ ਨਾ ਲੇਕਿਨ ਪਾਰਟੀਆਂ 'ਚ ਵੱਜਦੇ ਟ੍ਰੈਡੀਸ਼ਨਲ ਹੂੰ ਉਹ ਵੀ ਗਾਇਟੋ ਉਹਦੋਂ ਦੀ ਗੱਲ ਮੰਡੀ ਹਾਂਜੀ ਬੋਲੀਆਂ ਜੋ ਵੀ ਉਹ ਤਾਂ ਚੱਲਣਾ ਆ ਲੇਕਿਨ ਚੇਂਜ ਹੋ ਗਿਆ ਨਾ ਤੇ ਅੱਜਕੱਲ੍ਹ ਟਾਈਮ ਹੈ ਨਹੀਂ ਕਿਸੇ ਕੋਲ ਵੀਡੀਓਜ਼ ਬਹੁਤ ਘੱਟ ਟ੍ਰੇਕ ਦਾ ਸੁਣ ਲਿਆ ਕਰਦੇ ਉਹਦਾ ਸੁਣ ਲਿਆ ਕਰਦੇ ਇਦਾਂ ਜੀ ਵਿੱਚ ਲੇਕਿਨ ਜਿਹੜਾ ਸਿੱਧੂ ਮੂਸੇ ਵਾਲਾ ਦਾ ਹੁੰਦਾ ਬਹੁਤ ਕਰੇ ਹੈ ਅਜੇ ਤੱਕ ਵੀ ਜੰਗਸਟਰ ਮੇਰੇ ਬੱਚੇ ਵੀ ਸੁਣਦੇ ਸਾਰੇ ਦੁਨੀਆ ਸੁਣਦੇ ਸਭ ਬਹੁਤ ਇਹ ਫੀਲ ਸੈਡ ਹੈ ਨਾ ਵੀ ਉਹ ਚਲ ਗਿਆ ਸੀ ਥੀ ਬਿਲਕੁਲ ਇਹ ਮਿਊਜ਼ਿਕ ਨੂੰ ਡਿਫਰੈਂਟ ਲੈਵਲ ਤੇ ਲੈ ਗਿਆ ਆ ਕੇ ਗਏ ਸੀ ਤੁਹਾਨੂੰ ਪਤਾ ਕਿ ਗੂਰਿਆਂ ਦੇ ਵਿੱਚ ਨਾਲੇ ਸਾਦਾ ਜਾਂ ਪੰਦਾ ਜਾਂ ਸਰਦਾਰ ਕਿਹੜਾ ਬਾਤ ਜੀ ਬਹੁਤ ਹੀ ਮਿੱਟੀ ਨਾਲ ਜੁੜਿਆ ਹੋਇਆ ਇਨਸਾਨ ਹਾ ਕੋਈ ਇੰਨਾ ਨਹੀਂ ਵੀ ਇੰਨਾ ਪਾਇਆ ਉਹ ਕੋਈ ਸਾਦਾ ਕੁਰਤਾ ਪਜਾਮਾ ਬੜੀ ਮਾਨ ਵਾਲੀ ਗੱਲ ਹੈ ਭਾਜੀ ਤੁਸੀਂ ਡ੍ਰੇਕ ਦੀ ਗੱਲ ਕੀਤੀ ਡ੍ਰੇਕ ਮਤਲਬ ਇਹੋ ਜਿਹਾ ਇਕੱਲਾ ਇੰਟਰਨੈਸ਼ਨਲ ਬੰਦਾ ਸੀ ਜਿਹਨੂੰ ਸਾਰੇ ਫੋਲੋ ਕਰਦੇ ਤੇ ਉਸੇ ਨੂੰ ਫੋਲੋ ਬਹੁਤ ਵੱਡੀ ਗੱਲ ਬਹੁਤ ਚੰਗੀ ਯਾਰਾਂ ਦੇ ਨੇ ਯਾਰ ਪੰਜਾਬੀ ਕਰਦੇ ਸਭ ਨੂੰ ਪਿਆਰ ਪੰਜਾਬੀ ਦੁਸ਼ਮਣ ਲਈ ਤਲਵਾਰ ਪੰਜਾਬੀ ਕਹਿੰਦਾ ਕਾ ਬੇਵਤਾਰ ਬਿਜਾ ਪਿੰਡ ਜਾਣਿਓ ਜਦੋਂ ਹਾਂਜੀ ਮਾਹੌਲ ਉਹੀ ਮਿਲਦਾ ਬਹੁਤ ਵਧੀਆ ਕਾਫੀ ਹੁਣ ਬਾਹਰ ਚੱਲ ਕੇ ਪਿੰਡਾਂ ਜੋ ਇਤਿਹਾਸ ਮਾਫ ਕਰਨਾ ਸਾਡੇ ਪਿੰਡ ਤੋਂ ਬਹੁਤ ਸਾਰੇ ਫੈਮਿਲੀਜ਼ ਚੱਲ ਗਏ ਵਾ ਯੂਕੇ ਕੈਨੇਡਾ ਲੇਕਿਨ ਫੇਰ ਵੀ ਪਿੰਡ ਦਾ ਮਾਹੌਲ ਜੋ ਹੈ ਨਾ ਸ਼ਾਂਤ ਨਹੀਂ ਉਹ ਚੈਰਾ ਚ ਨਹੀਂ ਹੋ ਸਕਦਾ ਨਾ ਜੀ ਤੇ ਫੇਰ ਵੀ ਮੌਦ ਮਜਾ ਦਾ ਨੋਸਟੈਲਜੀਆ ਫੀਲ ਕਰਦੇ ਹੋ ਗਲੀਆਂ ਨੂੰ ਦੇਖ ਕੇ ਖੁਦ-ਖੁਦ ਨੂੰ ਮਹਿਸੂਸ ਕਰਦੇ ਹੋ ਵੀ ਇੱਥੋਂ ਆ ਰਿਹਾ ਐ ਇੱਥੇ ਖੜਾ ਐ ਪੁਰਾਣੇ ਟਾਈਮ ਨੂੰ ਯਾਦ ਕਰਕੇ ਹਾਂਜੀ ਬਹੁਤ ਵਧੀਆ ਲੇਕਿਨ ਮੈਂ ਤਾਂ ਬੋਨ ਓਥੇ ਦਾ ਲੇਕਿਨ ਮਾਣ ਆ ਰਿਹਾ ਪੰਜਾਬ 'ਚ ਜਿੱਦੋ ਵੀ ਜਾਈਦਾ ਸਾਰਿਆਂ ਨੂੰ ਮਿਲਦਾ ਬਹੁਤ ਪਿਆਰ ਕਰਦੇ ਆ ਦੇਖੋ ਕੋਈ ਰਾਈਟਰ ਹੋਵੇ ਕੋਈ ਸਪੋਰਟਸਮੈਨ ਕੋਈ ਪ੍ਰੈਜ਼ੈਂਟਰ ਜਿੱਦਾਂ ਤੋਂ ਦੀ ਪਿੰਡ ਵਾਲੀ ਵੀ ਖੁਸ਼ ਹੁੰਦੇ ਉਹਨਾਂ ਨੂੰ ਮਾਣ ਹੁੰਦਾ ਵੀ ਸਾਡਾ ਨਾਮ ਉੱਚਾ ਕੀਤਾ ਪਿੰਡ ਦਾ ਹਨਾ ਤੇ ਜਿਹੜਾ ਪੰਜਾਬੀ ਅੱਦਾ ਵਰਲਡ ਦੇ ਵਿੱਚ ਨਾ ਉੱਦਦਾ ਸਾਰੇ ਪੰਜਾਬੀਆਂ ਨੂੰ ਮਾਣ ਹੁੰਦਾ ਵੀ ਯਾਰ ਪੰਜਾਬੀਅਤ ਦਾ ਨਾਮ ਉੱਚਾ ਆਰਟਿਸਟ ਆਪਣੀ ਜੀ ਰਿਸਪੌਂਸਿਬਿਲਟੀ ਨਿਭਾਉਂਦਾ ਹੈ ਆਡੀਅנס ਨੂੰ ਐਂਟਰਟੇਨ ਕਰਕੇ ਕੁਝ ਚੈਨਲਸ ਇਹੋ ਜਿਹੇ ਨੇ ਵੱਡੇ ਨਾਮੀ ਨੇ ਉੱਥੇ ਪੱਤਰਕਾਰੇ ਦਾ ਮਤਲਬ ਹੁੰਦਾ ਚੀਕਾ ਮਾਰਨਾ ਕਲਾਕਾਰਾਂ ਦਾ ਨਾਮ ਲੈ ਕੇ ਚੀਕਾ ਮਾਰਨੀਆ ਤੱਤ ਨਹੀਂ ਪਤਾ ਫੈਕਟ ਨਹੀਂ ਪਤਾ ਮਤਲਬ ਕਿ ਆਧਾਰ ਨਹੀਂ ਹੈਗਾ ਗੱਲ ਦਾ ਤੇ ਕਹਿੰਦੇ ਨੇ ਵੀ ਪੰਜਾਬੀ ਜਿਹੜੇ ਆਰਟਿਸਟ ਨੇ ਕਈਆਂ ਦਾ ਨਾਮ ਲੈ ਕੇ ਵੀ ਉਹ ਫੰਡ ਖਾਂਦੇ ਨੇ ਉਹ ਖਾਲਿਸਤਾਨੀ ਐ ਉਹ ਪ੍ਰਮੋਟ ਕਰਦੇ ਨੇ 뮤직 ਦੇ ਨਾਮ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਤੁਸੀਂ ਕੀ ਸਮਝਦੇ ਹੋ ਵੀ ਇਹ ਚੀਜ਼ਾਂ ਆਰਟਿਸਟ ਦੇ ਜਿਹੜੀ ਡਿਸਰੈਸਪੈਕਟ ਦੇ ਵਿੱਚ ਚੀਕਾ ਮਾਰ ਮਾਰ ਚੈਨਲਾਂ ਤੇ ਕਹੀਆਂ ਜਾਂਦੀਆਂ ਨੇ ਮਤਲਬ ਕੀ ਵਾਜਬ ਹੈ ਤੁਹਾਡੇ ਪੁਆਇੰਟ ਆਫ View ਕੀ ਹੈ ਇਹਦੇ ਲਈ ਦੇਖੋ ਜਿਹੜੇ ਵੀ ਕਿਸੇ ਬਾਰੇ ਨਾ ਚੈਨਲ ਵਾਲੇ ਨੂੰ ਕੀ ਜਿਹੜੀ ਪਤਾ ਨਹੀਂ ਹੁੰਦਾ ਵਿਚਲੀ ਗੱਲ ਦਾ ਹਾਂਜੀ ਉਹ ਇੱਕ ਮੁੰਡਾ ਚੱਕ ਲੈਂਦੇ ਨਾ ਕਿਸੇ ਨੂੰ ਫਾਇਜ਼ ਗੱਲ ਮੈਂ ਹੀ ਕੁਝ ਕਹਿ ਰਿਹਾ ਜਿਹੜੇ ਵਿੱਚੋਂ ਚੱਕ ਲੈਣਾ ਨਾ ਉਹ ਕਿਉਂ ਦੇਖਿਆ ਨਾ ਪਿੱਛੇ ਵੀ ਕੀ ਇਹਦਾ ਵਿੱਚ ਮੁਕੰਮਲ ਕੀਤੀ ਹੋਈ ਗੱਲ ਜੇ ਸ਼ੁਰੂ ਕਿੱਥੇ ਹੋਈ ਹੈ ਨਾ ਉਹਨਾਂ ਨੂੰ ਮਸਾਲਾ ਚਾਹੀਦਾ ਹੁੰਦਾ ਭਾਜੀ ਸੱਚ ਬੰਨੀਓ ਬੜਾ ਦੁੱਖ ਲੱਗਦਾ ਹਾਂ ਦੁੱਖ ਲੱਗਦਾ ਕਿਉਂਕਿ ਪਿਛਲੀ ਗੱਲ ਦਾ ਪਤਾ ਨਹੀਂ ਹੁੰਦਾ ਨਾ ਕਿਸੇ ਡਿਸਪਿਊਟ ਹੋ ਗਈ ਕਿਸੇ ਰਾਈਟ ਨੇ ਕਿਉਂ ਹੋਈ ਕਿਸੇ ਨੂੰ ਉਹਨੂੰ ਨਹੀਂ ਕੁਝ ਨੈਕ ਪੱਖ ਦੀ ਹੁੰਦੀਆਂ ਗੱਲਾਂ ਪ੍ਰੋਬਲਮ ਜੇ ਕੋਈ ਕਿਸੇ ਚ ਫ੍ਰੀਕ ਚ ਹੁੰਦੀ ਆ ਤੇ ਬਾਕੀ ਉਹ ਨਿਊਜ਼ ਵਾਲਿਆਂ ਦਾ ਤੈਨੂੰ ਪਤਾ ਮਸਾਲਾ ਚਾਹੀਦਾ ਉਹਨਾਂ ਨੂੰ ਜੀ ਬਿਲਕੁਲ ਮੈਂ ਵੀ ਲੋਕੀ ਅੱਜ ਕੱਲ ਉਹ ਦੇਖ ਕੇ ਬਹੁਤ ਖੁਸ਼ ਹੁੰਦੇ ਆ ਹਾਂਜੀ ਤਾਂ ਹੀ ਤਾਂ ਗੀਤ ਨਹੀਂ ਦੇਖਦੇ ਉਹ ਕਹਿੰਦੇ ਮਸਾਲਾ ਆ ਕਿਸੇ ਨੂੰ ਆ ਨਾ ਤੇ ਕਿ ਕਿਸੇ ਬਾਰੇ ਚੁਗਲੀ ਦਿੰਦਿਆ ਕਰੋ ਕਿਸੇ ਨੂੰ ਐਦਾ ਕਿਉਂ ਕਰਨਾ ਗਲਤ ਹੈ ਯਾਰੀ ਕਿਸ ਤਰ੍ਹਾਂ ਦੇਖਦੇ ਹੋ ਯਾਰੀ ਚ ਬਦਲਾਅ ਕਿਸ ਤਰ੍ਹਾਂ ਵੇਖ ਰਹੇ ਹੋ ਤੇ ਤੁਹਾਡੀ ਲਈ ਫਰੈਂਡਸ਼ਿਪ ਕੀ ਹੈ ਦੋਸਤੀ ਕੀ ਹੈ ਦੇਖੋ ਯਾਰੀ ਚ ਲੋ ਯਾਰ ਦੋਸਤ ਸਭ ਨਾਲ ਪਿਆਰ ਨਾ ਰਹੋ ਸਮਝ ਆ ਜਿੰਨੇ ਵੀ ਤੁਹਾਡੇ ਹੁਣ ਦੇਖੋ ਉਸ ਜਾਣੇ ਸੱਜਣ ਸਾਰੇ ਅਸੀਂ ਹਮੇਸ਼ਾ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰੀਦੀ ਹੈ ਵੀਰ ਬੱਬੂ ਵੀ ਨਾਗਰਾ ਜੀ ਮਦਨ ਮਦੀ ਜੀ ਕੀ ਬਾਤ ਮਜੀਦ ਬੱਪੂ ਹਨਾ ਸਾਰੇ ਦੋਸਤ ਮਿੱਤਰ ਜੈਜੀ ਵੀ ਬਾਜੀ ਸਾਰੇ ਅੱਛੇ ਆ ਜੀ ਜਿਹਨੂੰ ਵੀ ਮਿਲਿਆ ਕੁਰੇ ਪਿਆਰ ਨਾ ਮਿਲਦੇ ਤੇ ਅਜੇ ਵੀ ਸੋਈ ਬਹੁਤ ਵਧੀਆ ਗੱਲ ਐ ਨਹੀਂ ਤੇ ਚਾਰ ਦਿਨ ਬਾਅਦ ਕੋਈ ਉਹਲੇ ਬੁਲਾਦਾ ਨਹੀਂ ਕੋਈ ਨਵੇਂ ਹfte ਨਾਲ ਹੂੰ ਸੋ ਬਾਕੀ ਸਾਰਿਆਂ ਨੂੰ ਪਿਆਰ ਕਰੋ ਤੇ ਕੁਝ ਹੀ ਸਾਡੇ ਖਾਸ ਹੁੰਦੇ ਆ ਇੱਕ ਗੱਲ ਦੱਸੋ ਯੂਕੇ ਦੇ ਵਿੱਚ ਬਹੁਤ ਸ਼ੂਟਿੰਗਸ ਹੁੰਦੀਆਂ ਨੇ ਹੁਣ ਫਿਲਮਾਂ ਦੀਆਂ ਹੈਨਾ ਤੇ ਕਦੀ ਮੁਲਾਕਾਤ ਹੁੰਦੀ ਹੈ ਇਹ ਕਲਾਕਾਰਾਂ ਦੇ ਨਾਲ ਮੈਨੂੰ ਲੱਗਦਾ ਸਾਦਾ ਤਾਂ ਫਿਲਮਾਂ ਬੰਦੀਆਂ ਯੂਕੇ ਦੇ ਛੱਤੀ ਆਪਣਾ ਕੰਮ ਕਰਕੇ ਨਿਕਲ ਜਾਂਦੇ ਆ ਜੀ ਆਪਣਾ ਅਸੀਂ ਆਪਣੇ ਤਰੁੱਝੇ ਨੇ ਸੇ ਸੇ ਦਾਪਾ ਹੁਣ ਆਪਣੀ ਆਪਣੀ ਪਈ ਹੈ ਸਭ ਨੂੰ ਬਹੁਤ ਅੱਛੀ ਗੱਲ ਹੈ ਭਾਜੀ ਹਰ ਬੰਦਾ ਕੰਮ ਕਰਦਾ ਹੀ ਸਾਬਾਹ ਮਾਲਕ ਸਾਹਿਬ ਨੂੰ ਤਰੱਕੀਆਂ ਬਖਸ਼ੀ ਹੱਕ ਹੈ ਜੀ ਕੁਝ ਬੰਦਿਆਂ ਨੂੰ ਜਾਂ ਖਿੱਚ ਕਿਉਂ ਨੂੰ ਮਿਲੀ ਹੈ ਜਿੱਦਾਂ ਘਟ ਗਈ ਹੈ ਅੱਜਕੱਲ ਤੁਸੀਂ ਮਹਿਸੂਸ ਨਹੀਂ ਕਰਦੇ ਖਿੱਚ ਨਹੀਂ ਲਈ ਬਾਕੀ ਗੱਲ ਇਹ ਆ ਪਹਿਲਾ ਆਪਣੀ ਨੀਤੀ ਤੋਂ ਸਾਫ਼ ਕਰੀਏ ਬਬਲੇ ਅਗਲੀ ਦੀ ਨੀਤ ਬਦਲੀਤ ਹੋਵੇ ਯੂਕੇ ਦੀ ਮਹੌਲ ਦੀ ਬਹੁਤ ਵੀ ਕੰਟਰੀਜ਼ ਦੀ ਤੁਸੀਂ ਕਿਹਾ ਲੋਕੀ ਜਾਣਦੇ ਨੇ ਵਧੀਆ ਗੱਲ ਹੈ ਤਰੱਕੀ ਲੈਣ ਦੀ ਹਾਂ ਬਹੁਤ ਚੀਜ਼ਾਂ ਬਟ ਉੱਥੇ ਹੀ ਜਦੋਂ ਸਾਡੇ ਪੰਜਾਬੀਆਂ ਨੂੰ ਰੇਸਿਜ਼ਮ ਦਾ ਸ਼ਿਕਾਰ ਹੋਣਾ ਪੈਂਦਾ ਤੁਸੀਂ ਨਹੀਂ ਕਦੀ ਹੋਏ ਵੈਸੇ ਨਹੀਂ ਸਾਡੇ ਜਿਹੜੇ ਬਜ਼ੁਰਗ ਗਏ ਉਹ ਤਾਂ ਬਹੁਤ ਸਿਗਾ ਇੱਕ ਟਾਈਮ ਤੇ ਸਕੇਨ ਹੈਡ ਜਿョ ਕਹਿੰਦੇ ਹੁੰਦੇ ਸੀਗੇ ਨਾ ਕੰਚ ਤੇ ਹੁਣ ਤਾਂ ਵੈਸੇ ਸਾਰਾ ਤਕਰੀਬਨ ਪਤਾ ਲੱਗ ਹੀ ਗਿਆ ਹਨ ਜੀ ਤੇ ਕਈ ਜਗ੍ਹਾ ਤੁਸੀਂ ਜਾਂਦੇ ਤਾਂ ਅਪਰੀਸ਼ੀਏਟ ਹੋ ਕੋਈ ਕਦੇ ਜਦੋਂ ਦੇਖਿਆ ਨਾ ਹੋਵੇ ਸਰਦਾਰ ਕੋਈ ਆ ਕੇ ਇੱਕ ਫੋਟੋ ਮਾਂ ਵੀ ਖਿੱਚਦੇ ਆ ਇਦਾਂ ਵੀ ਹੋ ਜਾਂਦਾ ਨਾ ਰਾਈਟ ਤੇ ਕੀ ਇਹ ਚੀਜ਼ ਪੁੱਛਦੇ ਵੀ ਵਾਟ ਇਜ਼ ਥਿਸ ਹਾਂ ਨਾ ਫਿਰ ਅਸੀਂ ਕਹੀਦਾ ਸ਼ੀਸ਼ੇ ਅੱਗੇ ਖੜੇ ਸਾਰੋ ਘਰੋਕ ਰੋਕ ਕੇ ਬੰਨਦਾ ਪੱਗ ਭਰੀ ਠੋਕ ਠੋਕ ਕੇ ਪਿਤਾ ਵਾਰਿਆ ਪੁੱਤ ਵਾਰਤੇ ਪਰਵਾਰ-ਵਾਰ ਤਾਂ ਸਾਰਾ ਸੌਖੀ ਨਹੀਂ ਮਿਲਗੀ ਤੈਨੂੰ ਏ ਫਗੜੀ ਸਰਦਾਰਾਂ ਆਰਟਿਸਟ ਲਾਈਫ ਚ ਕਿੰਨਾ ਬਦਲਾਵ ਤੁਸੀਂ ਦੇਖ ਰਹੇ ਹੋ ਖੁਦ ਇੱਕ ਆਰਟਿਸਟ ਹੋਣ ਦੇ ਨਾਤੇ ਪਹਿਲੇ ਜਦੋਂ ਮਿਲ ਬੈਂਦੇ ਸੀਗੇ ਕਿ ਕਿਸੇ ਦੀ ਘਾਟ ਤੁਹਾਨੂੰ ਅੱਜ ਖਲਦੀ ਹੈ ਕਿ ਉਹ ਗਰੁੱਪਸ ਦੇ ਵਿੱਚ ਬਹਿਣਾ ਉਹ ਗੱਲਾਂ ਬਾਤਾਂ ਉਹ ਥੋੜੀ ਦੇਸੀ ਜੀ ਵਾਈਬ ਕਿਉਂਕਿ ਸਾਡੇ ਕਲਾਕਾਰ ਬਹੁਤ ਹੀ ਜ਼ਿਆਦਾ ਹੈ ਨਾ ਗਰਾਊਂਡਡ ਹੁੰਦੇ ਰਹੇ ਨੇ ਹੁੰਦੇ ਰਹੇ ਨੇ ਉਹ ਬਹੁਤ ਮਜ਼ੇਦਾਰ ਸਿਕਾਵੇ ਹੈ ਪੁਰਾਣੇ ਜਿਹੜੇ ਸਾਡੇ ਭਾਈ ਜੀ ਦੇ ਯਾਰ ਸੀ ਵਿਚਾਰੇ ਹੁਣ ਦੁਨੀਆ ਤੋਂ ਚਲ ਗਏ ਉਸ ਯਾਦ ਕਰੀਦਾ ਸਫਰੀ ਸਾਹਿਬ ਬਹੁਤ ਕੈਸੇ ਸਿੰਗਰ ਸੀਗੇ ਤੇ ਭਾਈ ਸਾਹਿਬ ਹੋਰ ਪੁਰਾਣੇ ਜਿਹੜੇ ਅਜੇ ਹੈਗੇ ਉਹ ਤੇ ਇਸ ਕੰਗਜੀ ਦੇ ਲੇਜੈਂਡ ਸੋ ਬਹੁਤ ਮਜ਼ੇਦਾਰ ਉਹਨਾਂ ਨੂੰ ਮਿਲੀਦਾ ਜੰਡੂ ਸਾਹਿਬ ਜੰਡੂ ਲਿਤਰਾ ਵਾਲਾ ਜੀ ਕੀ ਬਾਤ ਜੀ ਸੋ ਹੋਰ ਵੀ ਮਨਿੰਦਰ ਗੇਲੇ ਆਪਣੇ ਨੇ 70 ਭਾਈ ਸਾਰੇ ਅੱਛੇ ਆ ਸਾਰਿਆਂ ਨੂੰ ਮਿਲੀਦਾ ਪੰਜ ਭਾਈ ਨੂੰ ਤੇ ਮਜ਼ੇ ਲਈਦੇ ਆ ਲੇਕਿਨ ਉਹ ਟਾਈਮ ਟਾਈਮ ਆਪਣਾ ਹੁਣ ਸਾਰੇ ਬਿਜ਼ੀ ਆ ਤੇ ਲੇਕਿਨ ਉਸ ਟਾਈਮ ਚ ਨਾ ਯੂਕੇ ਦੇ ਵਿੱਚ ਸਾਡੇ ਘਰ ਦੇ ਵਿੱਚ ਸਾਰੇ ਆਦੇ ਹੁੰਦੇ ਸੀਗੇ ਜੀ ਹੈ ਨਾ ਸਾਰੇ ਇਕੱਠੇ ਕਿਸੇ ਨਾ ਕੋਈ ਤਬਲਾ ਪਲੇਅਰ ਤੁਸੀਂ ਮੈਪ ਉੱਪਰ ਲੱਗਦੀ ਰਹਿੰਦੀ ਸੀ ਉਹ ਬਹੁਤ ਮੈਂ ਮਿਸ ਕਰਦਾ ਕਿਹੋ ਜਿਹਾ ਸਮਾਂ ਬਦਲਦੇ ਹੋਏ ਤੁਸੀਂ ਮਹਿਸੂਸ ਕਰ ਰਹੇ ਹੋ ਟਾਈਮ ਬਹੁਤ ਚੇਂਜ ਹੋ ਰਿਹਾ ਹੈ ਬਹੁਤ ਚੇਂਜ ਹੋ ਗਿਆ ਬਹੁਤ ਫਾਸਟ ਹੋ ਗਿਆ ਨਾ ਤੇ ਸਾਰਾ एवरीवन ਚਾਂ ਦੇ ਵਿੱਚ ਛੇਤੀ ਛੇਤੀ ਜਿਹਾ ਕੋ 10 ਮਿੰਟ ਦਾ ਟਾਈਮ ਹੈ ਹੈ ਨਾ ਤੇ ਤੁਸੀਂ ਹੁਣ ਕੋਈ ਯਾਰਾਂ ਦੇ ਉਸ ਨੂੰ ਜਦੋਂ ਬੰਦਾ ਗੀਤਾਂ ਦਾ ਭੇਜਦਾ ਯਾਰ ਹੁਣ ਦੇਖੋ ਗੀਤ ਕੋ ਆਇਆ 3 ਮਿੰਟ ਦਾ ਗੀਤ ਤੇ 20 ਸੈਕਿੰਡ ਬਾਅਦ ਉਹ ਗੁੱਠੇ ਦੇ ਰਿਹਾਣ ਦੇ ਦਿੰਦੇ ਤੁਹਾਨੂੰ ਪਤਾ ਵੀ ਉਹਨਾਂ ਨੇ ਖੋਲੇ ਵੀ ਨਹੀਂ ਕੀ ਰਾਈਟ ਬਿਲਕੁਲ ਸਹੀ ਕਹਿ ਰਹੇ ਹੋ ਟਾਈਮ ਹੈ ਨਹੀਂ ਇਹ ਕਲੇ ਕੋਲ ਉਹ ਚਾਹੁੰਦਾ ਵੀ 15 ਸੈਕਿੰਡ ਦੇ ਵਿੱਚ ਆ ਸ਼ੋਰਟਸ ਕਿਉਂ ਚੱਲਦੇ ਆ ਤੇ ਆਪਣੇ ਇੰਸਟਾਗ੍ਰam ਰੀਲਾਂ ਕਿਉਂਕਿ 15 30 ਸੈਕਿੰਡ ਦੇ ਵਿੱਚ ਬਸ ਗੱਲ ਖਤਮ ਹੈ ਨਾ ਦੇ ਕੋਈ ਚੰਗਾ ਮੈਸੇਜ ਜੇ ਨੂੰ ਟਾਈਮ ਤਾਂ ਲੱਗਦਾ ਨਾ ਕੋਈ ਹੁਣ ਕੋਈ ਕਲਾਈਮੈਕਸ ਜਾਂ ਕਿਸੇ ਫਿਲਮ ਦੇ ਜਾਂ ਕਿਤੇ ਥੋੜੋ ਸਿ স্ਕਿਪ ਕਰ ਸਕਦੇ ਸੀ ਜ ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ ਪਿੰਡ ਦਾ ਹਾਲ ਸੁਣਾ ਦਿਆਂ ਯਾਰਾ ਕੌਣ ਕੌਣ ਹੁਣ ਖੇਡੇ ਪਿੰਡ ਵਿੱਚ ਖੇਡ ਕਬੱਡੀ ਦੀ ਪੁੱਲਦੀ ਨਹੀਂਓ ਪੁੱਲਦੀ ਨਹੀਂ ਖੁਸ਼ਬੋ ਵੀਰਿਆ ਕਰਦੀ ਕੱਡੀ ਦੀ ਪੁੱਲਦੀਨਯੋ ਮੈਂ ਚਿੱਠੀ ਲੰਡਣੋਂ ਲਿਖਦਾ ਤਾਰਾਂ ਸਾਡੇ ਪੰਜਾਬ ਦੇ ਇਤਿਹਾਸ ਨੂੰ ਫਰੋਲ ਕੇ ਵੇਖੋ ਤੇ ਸਵਾਦ ਆ ਜਾਂਦਾ ਹੈ ਇੱਥੇ ਸ਼ਹੀਦੀਆਂ ਦੀ ਗੱਲ ਕੀਤੀ ਜਾਂਦੀ ਹੈ ਉੱਥੇ ਹੀ ਸਿੱਖਾਂ ਦਾ ਇਤਿਹਾਸ ਜਿਹੜਾ ਹੈ ਉਹ ਪੰਜਾਬੀ ਸਿਨੇਮਾ ਦੇ ਵਿੱਚ ਵੀ ਵੱਡਾ ਯੋਗਦਾਨ ਰੱਖ ਰਿਹਾ ਹੈ। ਕਿਹ ਆ ਮਿਊਜ਼ਿਕ ਦੀ ਗੱਲ ਆ ਪਾਈਆਂ ਜਾਂਦੀਆਂ ਨੇ। ਕਿਹ ਸੰਗੀਤ ਦੀ ਗੱਲ ਆ ਪਾਈਆਂ ਜਾਂਦੀਆਂ ਨੇ। ਸੋ ਪੱਗ ਦਾ ਮਾਣ ਇੰਨੇ ਸੋਹਣੇ ਤਰੀਕੇ ਦੇ ਨਾਲ ਇੰਟਰਨੈਸ਼ਨਲ ਲੈਵਲ ਤੇ ਵਧਾਇਆ ਜਾ ਚੁੱਕਿਆ ਹੈ ਸਾਡੇ ਕਲਾਕਾਰਾਂ ਵੱਲੋਂ ਕਿ ਵਾਕਈ ਮਾਣ ਮਹਿਸੂਸ ਹੁੰਦਾ ਹੈ। ਸੋ ਇਹੋ ਜਿਹੀ ਇੱਕ ਕਲਾਕਾਰ ਸਾਡੇ ਨਾਲ ਨੇ ਜਿਨ੍ਹਾਂ ਨੇ ਪੱਗ ਦਾ ਮਾਣ ਵੀ ਵਧਾਇਆ ਹੈ ਤੇ ਕਿਹ ਖੂਬਸੂਰਤ ਕਮਾਲ ਦਾ ਮਿਊਜ਼ਿਕ ਪੰਜਾਬੀ ਇੰਡਸਟਰੀ ਦੀ ਝੋਲੀ ਪਾਇਆ ਹੈ। ਸੋ ਮੁੰਡਾ ਟਰਬਨ ਵਾਲਾ ਮੁੰਡ ਬਹੁਤ ਸਵਾਗਤ ਕਰਨਾ ਚਾਹਾਂਗੇ ਸਤਿਕਾਰ ਦੇ ਨਾਲ ਸ਼ਿੰਦਾ ਸਾਹਿਬ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਪੋਕਸਮਨ ਦੇ ਵੀਰ ਭੈਣ ਬਜ਼ੁਰਗ ਜੋ ਦੇਖ ਰਹੇ ਇਸ ਨਾ ਚੀਜ਼ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਸੇ ਅੱਗੇ ਸਭ ਠੀਕ ਹੋਣ ਕੀ ਬਾਤ ਹੈ ਸੋ ਬਹੁਤ ਬਹੁਤ ਸਵਾਗਤ ਹੈ ਵੈਲਕਮ ਟੂ ਇੰਡੀਆ ਥੈਂਕ ਯੂ ਸੋ ਕਿੱਦਾਂ ਦਾ ਪੰਜਾਬ ਲੱਗ ਰਿਹਾ ਤੁਹਾਨੂੰ ਤੁਸੀਂ ਥੋੜਾ ਟਾਈਮ ਬਾਅਦ ਆਏ ਹੋ ਨਹੀਂ ਮੈਂ ਹਜੇ ਪਿਛਲੇ ਮਹੀਨੇ ਵੀ ਮਾਦਰਨ ਆਪਾਂ ਨਹੀਂ ਲਾ ਤੁਸੀ ਮੈਂ ਦੱਸਦੇ ਨਹੀਂ ਤੇ ਸਾਨੂੰ ਕਿੱਦਾਂ ਪਤਾ ਲੱਗਣਾ ਹੈ ਵਿੱਚ ਵੀ ਕੋ ਪ੍ਰੋਗਰਾਮ ਤੇ ਆਗੇ 10 ਦਿਨਾਂ ਲਈ ਬਹੁਤ ਮਜ਼ੇਦਾਰ ਹੈ ਕਿਹ ਕਿ ਹੁਣ ਮੌਸਮ ਵੀ ਐਸਾ ਬਹੁਤ ਮਜ਼ੇਦਾਰ ਆ। ਜੀ ਤੇ ਵੈਸੇ ਜਦੋਂ ਆਇਆ ਸੀਗਾ ਮੀਂਹ ਪੈਂਦਾ ਸੀਗਾ ਮੈਨੂੰ ਲੱਗਦਾ ਮੈਂ ਇੰਗਲੈਂਡ ਤੋਂ ਇੰਗਲੈਂਡ ਦੇ ਵਿੱਚ ਹੀ ਆ ਗਿਆ। ਤੇ ਲੇਕਿਨ ਇੱਥੇ ਲੋਕੀ ਲਾਈਕ ਕਰਦੇ ਨਾ ਮੀਂਹ ਉੱਥੇ ਤਾਂ ਮੀਂਹ ਪੈਂਦਾ ਰਹਿੰਦਾ ਜਿੱਥੇ ਲੋਕੀ ਜਾਂਦਾ ਵੀ ਜਦੋਂ ਮੀਂਹ ਪਵੇ ਤੇ ਧੁੱਪ ਇਕੱਠ ਕੌਕੇ ਉਹਨਾਂ ਦਾ ਰਹਿਣਾ ਇੱਥੇ। ਮੈਂ ਤਾਂ ਵੈਸੇ ਨਹੀਂ ਗਈ ਆ ਯੂਕੇ ਬਟ ਮੈਂ ਸੁਣਦੇ ਰਹੀ ਨੀ ਕਿ ਇਹ ਸੱਚ ਹੈ ਕਿ ਕਲਾਕਾਰਾਂ ਦੀ ਜ਼ਿੰਦਗੀ ਬੜੀ ਕਲਰਫੁਲ ਹੁੰਦੀ ਹੈ ਲੇਕਿਨ ਯੂਕੇ ਦੀ ਲਾਈਫ ਬੜੀ ਬਲੈਕ ਬਲੈਕ ਐਂਡ ਵਾਈਟ ਟਾਈਪ ਐ। ਇਸ ਥੀਸ ਟੂ ਬੋਥ ਨਾਈਸ ਹੈ ਲੇ ਵਧੀਆ ਕੈਨੇਡਿਆ ਵਾਲਾ ਮਾਹੌਲ ਹੈ ਸੈਂਡ OK ਇੰਡੀਆ ਮਕਸਦ ਦੇ ਗਿਆ ਤਾਂ ਜਿੱਥੇ ਵੀ ਜਾ ਸਕਦੇ ਆ ਤੁਰਕੇ ਜਾ ਸਕਦੇ ਆ ਕਿਸੇ ਦੇ ਘਰ ਇਹ ਨਹੀਂ ਵੀ ਫੋਨ ਕਰਨਾ ਕੈਨੇਡਿਆ ਕੁ ਮਹੀਨਾ ਪਹਿਲਾਂ ਵੀ ਆ ਰਹੇ ਆ ਬਾਜੀ ਅੱਛਾ ਫੋਨੈਟੀ ਨਹੀਂ ਹੈ ਹਾਂ ਨਾ 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 ਹੂੰ ਗੁਰਦੁਆਰਾ ਸਾਹਿਬ ਗਏ ਤੇ ਉੱਥੇ ਜਿਹੜੇ ਸੱਜਣ ਬਿੱਤਰ ਖਾਣ ਪੀਣਾਂ ਨੂੰ ਪਪਾਂ ਜਾਂਦੇ ਤੇ ਆਪਣੇ ਇੰਜੋਏ ਕਰਦੇ ਆ ਦੇ ਲਈ ਰਾਈਟ ਹਾਂਜੀ ਸੋ ਲੋਕਾ ਦਾ ਟ੍ਰੀਟਮੈਂਟ ਉੱਥੇ ਤੁਹਾਨੂੰ ਲੈ ਕੇ ਕੀ ਆ ਇੱਥੇ ਤੇ ਪਿੰਡ ਵਾਲੇ ਲੋਕ ਬੜਾ ਚਾਹ ਕਰਦੇ ਨੇ ਨਾ ਉੱਥੋਂ ਦਾ ਟ੍ਰੀਟਮੈਂਟ ਕਿਹੋ ਜਿਹਾ ਆਉਂਦਾ ਜਦੋਂ ਲੋਕੀ ਆਪਣੇ ਮਿਲਦੇ ਨੇ ਪੰਜਾਬੀ ਉਹ ਸੇਮ ਪੰਜਾਬ ਅਗਰ ਵੀ ਹਨਾ ਵਿਚਾ ਪਾਣੀ ਪੀ ਲੋ ਜਾਂ ਹੋਰ ਵੀ ਬਾਹਰ ਚਲੀਏ ਕਿਤੇ ਇੰਜੋਏ ਕਰਦੇ ਆ ਪਿੰਡ ਚ ਵੀ ਇੱਦਾਂ ਹੀ ਆ ਹੁਣ ਖੈਰ ਕਾਫੀ ਸਟੂਡੈਂਟ ਬਾਹਰ ਵੀ ਚੱਲ ਗਏ ਬਹੁਤ اچھی ਗੱਲ ਆ ਮਿਹਨਤ ਕਰਨੀ ਚਾਹੀਦੀ ਆ ਨਾ ਤੇ ਸੋੱਚੀ ਗੱਲ ਆ ਉਥੇ ਪੰਜਾਬ ਹੀ ਆ ਖਸਰੀ ਵੀ ਪੰਜਾਬ ਆ ਬ੍ਰੈਮਟਨ ਵੀ ਕਿਤੇ ਵੀ ਜਾਓ ਆਸਟ੍ਰੇਲੀਆ ਵੀ ਕਿਉਂਕਿ ਜਿੱਥੇ ਆਪਣੇ ਬੰਦੇ ਪੰਜਾਬੀ ਜਾਂਦੇ ਆ ਤੇ ਪੰਜਾਬ ਬਣਾ ਹੀ ਲੈਂਦੇ ਆ ਖੁਸ਼ਹਾਲ ਪੰਜਾਬੀ ਆਪਣੀ ਫਿਤਰਤ ਹੈ ਵੀ ਖੁਸ਼ ਰਹਿਣਾ ਇੱਕ ਦੂਜੇ ਨੂੰ ਮਿਲਣਾ ਸਭ ਦੀ ਮਦਦ ਕਰਨਾ ਜੀ ਰਾਈਟ ਯਾ ਨਹੀਂ ਬਹੁਤ ਅੱਛੀ ਗੱਲ ਹੈ गिवन ਤਾਂ ਬਹੁਤ ਹੁੰਦੇ ਨੇ ਸੋ ਇਹਦੇ ਤੇ ਤੇ ਮੈਂ ਆਵਾਂਗੀ ਮੈਂ ਇਸ ਲਈ ਸ਼ੁਰੂਆਤ ਦੇ ਵਿੱਚ ਹੀ ਜਿਹੜੀ ਇੰਟਰੋਡਕਸ਼ਨ ਹੈ ਉਹ ਇਸ ਤਰ੍ਹਾਂ ਬਣੀ ਹੈ ਬਹੁਤ ਅੱਛੀ ਕੀਤੀ ਹੈ ਤੇ ਪਹਿਲੇ ਮੈਨੂੰ ਇਹ ਦੱਸੋ ਤੁਹਾਡੀ ਐਲਬਮ ਆ ਰਹੀ ਹੈ ਬੜੀਆਂ ਮੁਬਾਰਕਾਂ ਨੇ ਤੁਹਾਨੂੰ ਥੈਂਕ ਯੂ ਮੈਂ ਦੇਖ ਰਹੀ ਹਾਂ ਵੀ ਈਪੀ ਦਾ ਬਹੁਤ ਟ੍ਰੈਂਡ ਚੱਲ ਰਿਹਾ ਚਾਰ ਗਾਣੇ 6 ਗਾਣੇ ਹੈ ਨਾ ਪਰ ਤੁਸੀਂ ਇਕੱਠੇ 12 13 ਦੀ ਲੜੀ ਬਣਾਣੀ ਹੈ ਵੀ ਬਏ ਕੀ ਪਲੈਨਿੰਗ ਹੋ ਰੇ ਪ੍ਰੋਸੈਸ ਕਿਵੇਂ ਆਂ ਔਰ ਐਸ ਐਸ ਟਾਈਮ ਦੇ ਵਿੱਚ ਜਦੋਂ ਸਿੰਗਲ ਜਾਂ ਚਾਰ-ਚਾਰ ਗਾਣਿਆਂ ਦੀ ਈਪੀ ਐ ਆ 12-13 ਗਾਣਿਆਂ ਦੀ ਲੜੀ ਵਾਲਾ ਕਿਹੜਾ ਕੰਮ ਐ ਉਹ ਇਦਾਂ ਵੀ 2 ਸਾਲ ਹੋ ਗਏ ਕਾਫੀ ਗੀਤ ਬਣਾ ਬਣਾ ਕੇ ਰੱਖੇ ਸੀਗੇ ਨਾ ਅੱਛਾ ਜੀ ਡਿਫਰੈਂਟ ਟਾਪਿਕ ਤੇ ਡਿਫਰੈਂਟ ਸਟਾਈਲ 뮤직 ਦੇ ਫੋਕ 뮤직 트ੈਪ 뮤직 ਰੈਪ ਸਟਾਈਲ ਬੋਥ ਹਰੇ ਦੇ ਵਿੱਚ ਫਲੇਵਰਸ ਸੀਗੇ ਤੇ ਮੈਂ ਸੋਚਿਆ ਵੀ ਇਹਦੇ ਵਿੱਚ ਤੇ ਐਲਬਮ ਦੇ ਰੂਪ ਦੇ ਵਿੱਚ ਕੱਢੇ ਜਾਣ ਤੇ ਇਸੇ ਮਤਲਬ ਜਿਸ ਤਰ੍ਹਾਂ ਹੁਣ ਕੱਲ ਰਿਲੀਜ਼ ਹੋਇਆ ਗੀਤ ਮੁੰਡਾ ਟਰਬਨ ਵਾਲਾ ਤੇ ਦੇ ਟਾਊਨ ਜਿਹਾ ਮਦਾ ਨਹੀਂ ਮੁੰਡਾ ਟਰਬਨ ਵਾਲਾ ਦੇਸੀ ਲੁੱਕ ਦੇਸੀ ਘੋ ਦੇ ਵਰਗਾ ਨਹੀਂ ਲੁੱਕ ਅਰਬਨ ਵਾਲਾ ਠੀਕ ਹੈ ਜੀ ਬਲਬੀਰ ਬੋਪਰ ਆਈਜੀ ਦਾ ਲਿਖਿਆ ਮੇਰੇ ਵੱਡੇ ਵੀਰ ਦਾ ਹਾਂਜੀ ਬਹੁਤ ਲੈਜੈਂਡਰੀ ਸਿੰਗਰ ਤੇ ਰਾਈਟਰ ਹੈ ਵੈਰੀ ਰਾਈਟ ਤੇ ਦਲਜੀਤ ਗਰਚਾ ਜੀ ਨੇ ਵੀਡੀਓ ਕੀਤੀ ਹੈ ਅੱਛਾ ਜੀ ਟੋਰਾਂਟੋ ਦੇ ਵਿੱਚ ਹੂੰ ਕਈ ਮੈਸੇਜ ਆ ਰਹੇ ਬਿਲਡਿੰਗ ਪਿੱਛੇ ਮੈਂ ਕਿਉਂ ਸੀ ਐਨ ਟਾਵਰ ਹੈ ਜੋ ਖਾਸ ਇੱਕ ਜੋ ਵਰਲਡ ਤੋਂ ਜਾਂਦੇ ਵੇਖਣਾ ਨਾ ਸੀ ਐਨ ਟਾਵਰ ਟੋਰਾਂਟੋ ਦਾ ਬਹੁਤ ਮਸ਼ਹੂਰ ਹੈ ਹੂੰ ਤੇ ਫਿਰ ਅਗਲਾ ਹੁਣ ਦੈਡ ਸਟੈਪ ਨਾਇਗਰਾ ਫਾਲਸ ਜੀ ਕਿਉਂਕਿ ਦੋਨੋਂ ਪਾਸੇੋਂ ਦਿਸਦਾ ਨਿਊਯਾਰਕ ਤੋਂ ਵੀ ਤੇ ਆਪਣੇ ਸੋ ਉਹ ਚੀਜ਼ਾਂ ਦਿਖਾਈਆਂ ਉਹਦੇ ਵਿੱਚ ਤੇ ਇਸ ਕਰਕੇ ਫਿਰ ਉਸ ਤੋਂ ਬਾਅਦ ਹੁਣ 20 ਦਿਨ ਬਾਅਦ ਗੀਤ ਅਲੱਗ-ਅਲੱਗ ਛੱਡਾਂਗੇ ਓਕੇ ਸੋ ਬੜੀ ਮੁਬਾਰਕਾਂ ਨੇ ਤੁਹਾਨੂੰ ਥੈਂਕ ਯੂ ਅਮ ਤੁਸੀਂ ਪੰਜਾਬ ਤੁਸੀਂ ਕਿਹਾ ਤੇ ਜਿਹੜਾ ਲੱਗਦਾ ਰਹਿੰਦਾ ਹੈ ਹਾਂ ਬਹੁਤ ਪਿੰਡ ਜਾਣੇ ਜਦੋਂ ਹਾਂਜੀ ਮਾਹੌਲ ਉਹੀ ਮਿਲਦਾ ਹੈ ਬਹੁਤ ਵਧੀਆ ਕਾਫੀ ਹੁਣ ਬਾਹਰ ਚੱਲ ਕੇ ਪਿੰਡਾਂ ਜੋ ਸਾਫ ਮਾਫ ਕਰਨਾ ਸਾਡੇ ਪਿੰਡ ਤੋਂ ਬਹੁਤ ਸਾਰੇ ਫੈਮਿਲੀਜ਼ ਚੱਲ ਗਏ ਵਾ ਯੂਕੇ ਕੈਨੇਡਾ ਲੇਕਿਨ ਫਿਰ ਵੀ ਪਿੰਡ ਦਾ ਮਾਹੌਲ ਜੋ ਹੈ ਨਾ ਸ਼ਾਂਤ ਮੇ ਹੀ ਉਹ ਸ਼ਹਿਰਾਂ ਚ ਨਹੀਂ ਹੋ ਸਕਦਾ ਨਾ ਜੀ ਤੇ ਫਿਰ ਵੀ ਬਹੁਤ ਮਜਾ ਆਦਾ ਨੋਸਟਾਲਜੀਆ ਫੀਲ ਕਰਦੇ ਹੋ ਗਲੀਆਂ ਨੂੰ ਦੇਖ ਕੇ ਖੁਦ ਖੁਦ ਨੂੰ ਮਹਿਸੂਸ ਕਰਦੇ ਹੋ ਵੀ ਇੱਥੋਂ ਆ ਰਿਹਾ ਇੱਥੇ ਖੜਾ ਹੈ ਪੁਰਾਣੇ ਟਾਈਮ ਨੂੰ ਯਾਦ ਕਰਕੇ ਹਾਂ ਜੀ ਬਹੁਤ ਵਧੀਆ ਲੇਕਿਨ ਮੈਂ ਤਾਂ ਬੋਨ ਉਥੇ ਦਾ ਲੇਕਿਨ ਮ ਆ ਰਹੇ ਹਾਂ ਪੰਜਾਬ ਸੋ ਜੇਦੋ ਵੀ ਜਾਇਦਾ ਸਾਰਿਆਂ ਨੂੰ ਮਿਲੀਦਾ ਬਹੁਤ ਪਿਆਰ ਕਰਦੇ ਆ ਦੇਖੋ ਕੋਈ ਰਾਈਟਰ ਹੋਵੇ ਕੋਈ ਸਪੋਰਟਸਮੈਨ ਕੋਈ ਪ੍ਰੈਜ਼ੈਂਟਰ ਜਿੱਦਾਂ ਤੁਹਾਡੀ ਪਿੰਡ ਵਾਲੀ ਵੀ ਖੁਸ਼ ਹੁੰਦੇ ਉਹਨਾਂ ਨੂੰ ਮਾਣ ਹੁੰਦਾ ਵੀ ਸਾਡਾ ਨਾਮ ਉੱਚਾ ਕੀਤਾ ਪਿੰਡ ਦਾ ਹਨਾ ਤੇ ਜਿਹੜਾ ਪੰਜਾਬੀਅਤ ਦਾ ਵਰਲਡ ਦੇ ਵਿੱਚ ਨਾਮ ਹੁੰਦਾ ਸਾਰੇ ਪੰਜਾਬੀਆਂ ਨੂੰ ਮਾਣ ਹੁੰਦਾ ਵੀ ਯਾਰ ਪੰਜਾਬੀਅਤ ਦਾ ਨਾਮ ਉੱਚਾ ਕੀਤਾ ਜੀ ਬਿਲਕੁਲ ਤੁਸੀਂ ਵਰਲਡ ਦੀ ਤੇ ਪੰਜਾਬੀਅਤ ਦੀ ਗੱਲ ਕੀਤੀ ਹੈ ਹਨਾ ਮੈਂ ਇੱਕ ਟਾਈਮ ਹੁੰਦਾ ਸੀ ਦਿਲਜੀਤ ਭਜਨੇ ਬੜੀ ਵਧੀਆ ਗੱਲ ਕੀਤੀ ਸੀ ਵੀ ਮੈਂ ਸੋਚਦਾ ਹੁੰਦਾ ਸੀ ਬਾਲੀਵੁੱਡ ਫਿਲਮਾਂ ਨੂੰ ਦੇਖ ਕੇ ਵੀ ਇਹ ਕਿਹੜੇ ਪੰਜਾਬੀ ਨੇ ਜਿਨ੍ਹਾਂ ਨੂੰ ਸਿਰਫ ਫਿਲਮਾਂ ਦੇ ਵਿੱਚ ਇੱਕ ਕਾਮਿਕ ਹਾਂ ਸਹੀ ਗੱਲ ਇਮੋਸ਼ਨ ਐਡ ਕਰਨ ਲਈ ਲਿਆ ਜਾਂਦਾ ਹੈ ਔਰ ਅੱਜ ਜਿਵੇਂ ਦੇਖ ਰਿਹਾ ਕਿ ਪੰਜਾਬੀ ਕੀ ਤੁਸੀਂ ਸਾਰਿਆਂ ਨੇ ਮਿਲ ਕੇ ਭਾਵੇਂ ਤੁਹਾਡੇ 뮤זיਕ ਦੇ ذریعے ਤੁਸੀਂ ਆਹ ਔਰ ਬਾਕੀ ਵੀ ਜਿਹੜੇ ਕਲਾਕਾਰ ਨੇ ਕੋਚੀਲਾ ਦੇ ਵਿੱਚ ਦਿਲਜੀਤ ਨੇ ਸਿੱਧੂ ਮੂਸੇਵਾਲਾ ਨੇ ਕਿਆ ਕਮਾਲ ਦੇ ਆਪਣੀ ਸਿੱਖੀ ਔਰ ਆਪਣੇ ਟਰਬਨ ਨੂੰ ਐਨਾ ਜ਼ਿਆਦਾ ਪ੍ਰਾਊਡ ਫੀਲ ਕਰਵਾਇਆ ਹੈ ਕਿ ਅੱਜ ਅਸੀਂ ਕਹਿੰਦੇ ਆ ਕਿ ਵੀ ਪ੍ਰਾਊਡ ਟੂ ਬੀ ਇੰਡੀਆਨ ਔਰ ਪੰਜਾਬੀ ਔਰ ਸਿੱਖ ਸੋ ਤੁਸੀਂ ਕੀ ਪੁਆਇੰਟ ਆਫ View ਰੱਖਦੇ ਹੋ ਬਹੁਤ ਇਹ ਗੀਤ ਵੀ ਇਹ ਬਲਬੀਰ ਭਾਈ ਨੇ ਕਿੱਲੇ ਮੈਨੇ ਨਹੀਂ ਨਹੀਂ ਤੇਰੇ ਟਾਊਨ ਚ ਘੁੰਮਦਾ ਨਹੀਂ ਮੁੰਡਾ ਟਰਬਨ ਵਾਲਾ ਕਿਉਂਕਿ ਅੰਗਰੇਜ਼ਾਂ ਨੂੰ ਟਰਬਨ ਦਾ ਪਤਾ ਨਾ ਅਜੇ ਪਗੜੀ ਦਾ ਨਹੀਂ ਪਤਾ ਉਹਨਾਂ ਨੂੰ ਟਰਬਨ ਦਾ ਸੋ ਇਹ ਬੋਦੇ ਸੋਚ ਸਮਝ ਕੇ ਲਿਖਿਆ ਉਹਨਾਂ ਨੇ ਵੀ ਮੈਂ ਤੈਨੂੰ ਨਹੀਂ ਸਾਰਿਆਂ ਨੂੰ ਮਖਾਤਬ ਜਿਹੜੇ ਵੀ ਟਰਬਨ ਬਣਦੇ ਆ ਨਾ ਕਿਉਂਕਿ ਟਰਬਨ ਵਰਲਡ ਦੇ ਵਿੱਚ ਬਹੁਤ ਮਸ਼ਹੂਰ ਹੈ ਜਿਸ ਤਰ੍ਹਾਂ ਤੁਸੀਂ ਜੋ ਸਿੱਧੂ ਸੇਵ ਵਾਲਾ ਸਾਰੇ ਵਰਲਡ ਦੇ ਵਿੱਚ ਤੇ ਮੇਨਸਟ੍ਰੀਮ ਆਰਟਿਸਟ ਵੀ ਉਹਨੂੰ ਫੋਲੋ ਕਰਦੇ ਆ ਸਾਰੀ ਦੁਨੀਆ ਨੇ ਹੈਨਾ ਕੈਸਾ ਬੋਲੀ ਸੈਡ ਬਈ ਦੁਨੀਆ ਤੋਂ ਛੇਤੀ ਚਲ ਗਿਆ ਉਹ ਸਤਿਗੁਰੂ ਦਾ ਹੁਕਮ ਆ ਜੀ ਵੀ ਬੀ ਵੈਰੀ ਸੈਡ ਅਬਾਊਟ ਥੈਟ ਤੇ ਲੇਕਿਨ ਉਹਦਾ ਨਾਮ ਹਮੇਸ਼ਾ ਰਹੂਗਾ ਹੈਨਾ ਤੇ ਦਿਲਜੀਤ ਬਾਜੀ ਨੇ ਕੈਸ ਵਾ ਸ਼ਾਇਆ ਪਿਆ ਅਚੀਲਾ ਦੇ ਵਿੱਚ ਹੋਰ ਵੀ ਫਿਲਮਾਂ ਦੇ ਵਿੱਚ ਐਨ ਪ੍ਰੋਪਰ ਜੀ ਸਰਦਾਰ ਜੋ ਹੋਣਾ ਚਾਹੀਦਾ ਨਾ ਓਕੇ ਸਰਦਾਰ ਦੀ ਆਪਣੀ ਇੱਕ ਗੱਲ ਬਾਤ ਹੈ ਔਰ ਆਇਕ ਟੋੜਾ ਕਮੀਡੀਅਨ ਹੋਰ ਹੋਗਾ ਬਿਲਕੁਲ ਹੈ ਨਾ ਜਿਸ ਤਰ੍ਹਾਂ ਬੰਬੇ ਆਰੇ ਪੁੱਠੀ ਜੀ ਪੱਗ ਬਣ ਕੇ ਨਖਲੀ ਜੀ ਉਹ ਇਦਾਂ ਕਰਦੇ ਸੀਗੇ ਇਹੀ ਵੀ ਕਮੀਡੀਅਨ ਚਾਹੀਦਾ ਕਿ ਨਾ ਯਾਰ ਇਹਦੇ ਪੱਗ ਬੰਨ ਦੋ ਤੇ ਇਦਾਂ ਕਰ ਦੋ ਤੇ ਇਹਨੂੰ ਲੈ ਆਓ ਇਦਾਂ ਸੀਗਾ ਜੀ ਸੋ ਇਸ ਕਰਕੇ ਆ ਫੀਲ ਪ੍ਰਾਊਡ ਤੇ ਸਾਰੇ ਜਿਹੜੇ ਵੀ ਮੁੰਡੇ ਪਗੜੀ ਦੇ ਨਾਲ ਪੰਜਾਬੀयत ਨੂੰ ਕਿ ਆਪਾਂ ਰਿਪਰੈਜ਼ੈਂਟਾ ਪੰਜਾਬੀ ਨੂੰ ਕਰ ਰਹੇ ਆ ਨਾ ਬਿਲਕੁਲ ਮੇਨ ਜਿਹੜੀ ਮਕਸਦ ਹੈ ਨਾ ਜਦ ਪੰਜਾਬੀ ਇਸ ਨੂੰ ਹੋਰ ਦੁਨੀਆ ਚ ਪਤਾ ਲੱਗੇ ਪੰਜਾਬੀ ਹੈ ਕੌਣ ਤੇ ਕੀ ਉਹਨਾਂ ਦੀ ਫਿਤਰਤ ਹੈ ਰਾਈਟ ਇਹ ਗੱਲ ਹੈ ਕੀ ਬਾਤ ਹੈ ਸੋ ਬਹੁਤ ਵਧੀਆ ਲੱਗਦਾ ਹੈ ਵੇਖ ਕੇ ਕਿ ਕਿਸ ਤਰ੍ਹਾਂ ਤੁਸੀਂ ਸਾਰਿਆਂ ਮਿਹਨਤ ਕਰਦੇ ਯਾਰਾਂ ਦੇ ਨੇ ਯਾਰ ਪੰਜਾਬੀ ਕਰਦੇ ਸਭ ਨੂੰ ਪਿਆਰ ਪੰਜਾਬੀ ਦੁਸ਼ਮਣ ਲਈ ਤਲਵਾਰ ਪੰਜਾਬੀ ਕੈਂਦਾ ਕਾਂਗੇ ਵਿਤਾਰ ਪੰਜਾਬੀ ਕੀ ਬਾਤ ਹੈ ਕੀ ਬਾਤ ਹੈ ਤਾਂ ਸਾਨੂੰ ਇਸੇ ਲਈ ਬੜਾ ਮਾਣ ਮਹਿਸੂਸ ਹੁੰਦਾ ਬੜਾ ਸੁਆਦ ਆ ਰਿਹਾ ਵੇਖ ਕੇ ਕਿ ਸਾਡਾ ਸਿਨੇਮਾ ਸਾਡੀ ਇੰਡਸਟਰੀ ਕਿੰਨੀ ਰੂਲ ਕਰ ਰਹੀ ਹੈ ਪੂਰੇ ਦੁਨੀਆ ਦੇ ਦਿਲਾਂ ਦੇ ਉੱਤੇ ਹੈਨਾ ਤੇ ਅੱਛਾ ਤੁਸੀਂ ਗੱਲ ਕੀਤੀ ਟੈਲੈਂਟ ਦੀ 뮤직 ਦੀ ਆਪਣੀ ਗੱਲ ਚੱਲ ਰਹੀ ਹੈ 뮤직 ਸੁਣਦੇ ਹੋ ਤੁਸੀਂ ਖਾਸੇ ਤੌਰ ਤੇ ਜਦੋਂ ਯੂਕੇ ਹੁੰਦੇ ਹੋ ਪੰਜਾਬੀ ਗਾਣੇ ਜਿਹੜੇ ਆ ਰਹੇ ਨੇ ਹਾਂਜੀ ਜਿਆਦਾ ਕਿਉਂਕਿ ਮੈਂ ਸੱਚੀ ਦੱਸਾਂ ਮੈਂ ਆਪਣੇ ਚ ਲੱਗਾ ਹੁੰਦਾ ਨਾ ਮੈਂ ਆਪਣੇ ਫਿਰ ਜੋ ਬਣਾ ਰਿਹਾ ਉਹੀ ਸੁਣਦਾ ਹਾਂ ਜ਼ਿਆਦਾ ਜੀ ਲੇਕਿਨ ਜਦੋਂ ਵੇ ਕਰੀ ਹੁਣ ਕੰਪਲੀਟ ਹੋ ਗਿਆ ਕੋਈ ਗੀਤ ਹੈ ਨਾ ਫਿਰ ਦੁਬਾਰਾ ਨਹੀਂ ਮੈਂ ਸੁਣਦਾ ਜਦੋਂ ਮਿਕਸ ਮਾਸਟਰ ਹੋ ਗਿਆ ਜੀ ਹੈ ਨਾ ਜਦ ਸਟੂਡੀਓ ਨੂੰ ਜਾ ਰਿਹਾ ਉਹ ਸੁਣ ਰਿਹਾ ਮੈਨੂੰ ਕੀ ਠੀਕ ਕਰਨਾ ਆਦੇ ਹੋਇਆ ਇਹ ਠੀਕ ਹੋਇਆ ਇਦਾਂ ਸੋ ਆਪਣੇ ਕੰਮ ਸੇ ਬਾਕੀ ਫੈਮਿਲੀ ਦੇ ਟਾਈਮ ਵੀ ਹੁੰਦਾ ਲੇਕਿਨ 뮤ਜ਼ਿਕ ਵੀ ਆਦਾ ਮੈਂ ਜ਼ਰੂਰ ਹੋ ਜਾ ਕੀ ਬਾਤ ਹੈ ਹਜੇ ਵੀ ਉਹ ਰੂਮ ਦੇ ਵਿੱਚ ਤੁਹਾਡੇ ਸਾਥ ਜਿਹੜੇ ਪੈਨੇ ਉੱਥੇ ਟਾਈਮ ਸਪੈਂਡ ਹੁੰਦਾ ਬਿਲਕੁਲ 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 ਓਕੇ ਕਿਸ ਤਰ੍ਹਾਂ ਸਮਾਂ ਬਦਲਦੇ ਹੋਏ ਤੁਸੀਂ ਮਹਿਸੂਸ ਕਰ ਰਹੇ ਹੋ ਟਾਈਮ ਬਹੁਤ ਚੇਂਜ ਹੋ ਰਿਹਾ ਹੈ ਬਹੁਤ ਚੇਂਜ ਹੋ ਗਿਆ ਬਹੁਤ ਫਾਸਟ ਹੋ ਗਿਆ ਨਾ ਤੇ ਸਾਰਾ एवरीवन ਚਾਂਦ ਵਿੱਚ ਛੇਤੀ ਛੇਤੀ ਜੇ ਹੋ ਕੇ 3 ਮਿੰਟ ਦਾ ਟਾਈਮ ਹੈ ਹਨਾ ਤੇ ਤੁਸੀਂ ਹੁਣ ਕੋਈ ਯਾਰਾਂ ਦੇ ਉਸ ਨੂੰ ਜਦੋਂ ਬੰਦਾ ਕੋਈ ਗੀਤ ਆਦਾ ਭੇਜਦਾ ਯਾਰ ਹੁਣ ਦੇਖੋ ਗੀਤ ਕੋ ਆਇਆ 3 ਮਿੰਟ ਦਾ ਗੀਤ ਤੇ 20 ਸੈਕਿੰਡ ਬਾਗੂ ਗੂਠੇ ਤੇ ਛਾਂ ਦੇ ਦਿੰਦੇ ਮੈਨੂੰ ਪਤਾ ਵੀ ਉਹਨਾਂ ਨੇ ਖੋਲਿਆ ਵੀ ਨਹੀਂ ਕੀਤਾ ਰਾਈਟ ਬਿਲਕੁਲ ਸਹੀ ਕਹਿ ਰਹੇ ਹੋ ਟਾਈਮ ਹੈ ਨਹੀਂ ਇਹ ਕਲੇ ਕੋਲ ਉਹ ਚਾਹਦਾ ਵੀ 15 ਸੈਕਿੰਡ ਦੇ ਵਿੱਚ ਆ ਸ਼ੋਰਟਸ ਕਿਉਂ ਚੱਲਦੇ ਆ ਤੇ ਆਪਣੇ ਇੰਸਟਾਗ੍ਰam ਰੀਲਾਂ ਕਿਉਂਕਿ 15 30 ਸੈਕਿੰਡ ਦੇ ਵਿੱਚ ਬਸ ਗੱਲ ਖਤਮ ਹੈਨਾ ਤੇ ਕੋਈ ਚੰਗਾ ਮੈਸੇਜ ਦੇਣ ਨੂੰ ਟਾਈਮ ਤਾਂ ਲੱਗਦਾ ਨਾ ਕੋਈ ਕੋਈ ਕਲਾਈਮੈਕਸ ਜਿਾ ਕਿਸੇ ਫਿਲਮ ਦੇ ਜਿਾ ਕਿਤੇ ਥੋੜੋ ਸਿਸਕਪ ਕਰ ਸਕਦੇ ਸੀ ਜੀ ਤੁਹਾਡੇ ਗੀਤ ਜਿਹੜੇ ਹੁੰਦੇ ਸੀ ਪੰਜਾਬੀ ਟੋਨ ਵੀ ਹੁੰਦੀ ਸੀ ਵੈਸਟਰਨ ਟੋਨ ਵੀ ਹੁੰਦੀ ਸੀ ਜੀ ਮਿਊਜ਼ਿਕ ਵੀ ਅੱਛਾ ਹੁੰਦਾ ਸੀ ਤੇ ਹੁਣ ਵੀ ਸੁਣ ਕੇ ਸੁਆਦ ਹੁੰਦਾ ਅਜੇ ਤੱਕ ਰੀਲਾ ਬਣ ਰਹੀਆਂ ਨੇ ਤੁਹਾਡੇ ਪੁਰਾਣੇ ਕਈ ਗੀਤ ਨੇ ਜਿਹੜੇ ਬਹੁਤ ਵਾਇਰਲ ਹੋਏ ਨੇ ਦੁਬਾਰਾ ਤੋਂ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਮੈਸੇਜ ਦੀ ਥਾਂ ਤੇ ਗੀਤ ਨੂੰ ਕਿਸ ਤਰ੍ਹਾਂ 베ਚਣਾ ਹੈ ਉਹਦੇ ਵਿਊਜ਼ ਕਿਉਂ ਜ਼ਿਆਦਾ ਆਣੇ ਚਾਹੀਦੇ ਉਸ ਉਧਰਲੇ ਪਾਸੇ ਫੋਕਸ ਜ਼ਿਆਦਾ ਹੋਣ ਲੱਗ ਗਿਆ ਬਿਲਕੁਲ ਦੇਖੋ ਕੋਈ ਵੀ ਆਰਟਿਸਟ فرض ਕਰ ਤੁਸੀਂ ਗੀਤ ਬਣਾਇਆ ਕਿਸੇ ਤੋਂ ਮਿਊਜ਼ਿਕ ਕਰਾਇਆ ਠੀਕ ਹੈ ਵੀਡੀਓ ਵੀ ਬਣਾ ਲਈ ਹਾਂਜੀ ਅਗਲਾ ਜਿਹੜਾ ਸਟੈਪ ਉਹ ਸਭ ਤੋਂ ਔਖਾ ਕਿ ਪਛਾਣਾ ਤੱਕ ਕਿਦਾਂ ਲੋਕਾਂ ਦਾ ਜੀ ਅੱਗੇ ਸੀਰੀ ਦੇ ਸੀਗਾ ਉੱਤੇ ਸ਼ੌਪ ਚਾ ਕੇ ਸੀਰੀ ਲੈ ਲੈਂਦੇ ਕਿ ਗੱਡੀਜ਼ ਵੀ ਸੌਣਦੇ ਹੈ ਠੀਕ ਹੈ ਨਾ ਹੁਣ ਕਿਹਦੇ ਕੋਲ ਟਾਈਮ ਹੈ ਟੀਵੀ ਤੇ ਅੱਗੇ ਵੇਨ ਕਿਤੇ ਟੀਵੀ ਤੇ ਬਹਿ ਵੀ ਗਏ ਤੇ ਪਤਾ ਨਹੀਂ ਹੁਣ ਕਿਹਦਾ ਗੀਤ ਲੱਗਣਾ ਇਨੇ ਗੀਤ ਹੈ ਹੈ ਨਾ ਔਰ ਲੱਗੇ ਗੱਲ ਫੋਨ ਤੇ ਜੇ ਦੇਖ ਲਿਆ ਜੋ ਹੈ ਨਾ ਸੋ ਇਟਸ ਵੈਰੀ ਡਿਫਿਕਲਟ ਹੈ ਲੇਕਿਨ ਈਜ਼ੀ ਵੀ ਹੋ ਗਿਆ ਕਿਉਂਕਿ ਨਵੇਂ ਆਰਟਿਸਟ ਵਾਸਤੇ ਕਈ ਕੰਪਨੀਆਂ ਨੇ ਅਬਯੂਜ਼ ਕੀਤਾ ਹਾਂਜੀ ਬਹੁਤ ਅੱਛੀ ਅੱਛੇ ਟੈਲੈਂਟਡ ਬੰਦੇ ਮੈਂ ਵੇਖਦੇ ਕੰਪਨੀ ਵਾਲੇ ਨੇ ਨਾ ਉਹਨਾਂ ਦਾ ਲਹੂ ਪੀਤਾ ਹੂੰ ਖੱਜਲੋ ਕੀਤਾ ਹੈ ਕਿਉਂਕਿ ਇੱਕ ਟਾਈਮ ਹੁੰਦਾ ਬੰਦੇ ਦੀ ਜ਼ਿੰਦਗੀ ਕੁਛ ਕਰਨ ਦਾ ਠੀਕ ਆ ਜੀ ਉਹ ਜਦੋਂ ਨਿਕਲ ਜਾਵੇ ਫਿਰ ਬੰਦਾ 60 ਦੀ ਹੁੰਦਾ ਨਾ ਟੈਲੈਂਟ ਵੀ ਸੀਗਾ ਸਾਦਲਾ ਨੂੰ ਸਵੇਰ ਤੱਕ ਨਹੀਂ ਤੂੰ ਫੇਰ ਆ ਤੂੰ ਫੇਰ ਆ ਇਹਦੇ ਬਹੁਤ ਕੰਪਨੀਆਂ ਨੇ ਨਹੀਂ ਤੇ ਤੁਹਾਨੂੰ ਨਹੀਂ ਲੱਗਦਾ ਪਰ ਫਿਰ ਵੀ ਬਾਵਜੂਦ ਅੱਛੇ ਗੀਤਾਂ ਦੇ ਆਉਣ ਤੋਂ ਗੀਤਾਂ ਦੀ ਉਮਰ ਬੜੀ ਕੱਟ ਗਈ ਆ ਉਹ ਵੀ ਤਾਂ ਇੰਨੇ ਫਾਸਟ ਹੋ ਗਏ ਇੰਨੇ ਜਿਆਦੇ ਆ ਗਏ ਹਾਂ ਨਾ ਤੇ ਕਿਸੇ ਦਾ 5 ਦਿਨ ਤੁਹਾਡਾ ਆ ਗਿਆ 5 ਦਿਨ ਕਿਸੇ ਦਾ ਹੋਰ ਬਸ ਭੁੱਲ ਜਾਂਦੇ ਲਾਈਫ ਸਪੈਨ ਹੀ ਰਹੀ ਹਾਂ ਜੀ ਪਹਿਲੇ ਪਹਿਲੇ ਨਾ ਕੈਸਟਾਂ ਚੱਲੀਆਂ ਹੁੰਦੀ ਸੀ ਹਾਂ ਕੈਸਟਾਂ ਦੇ ਕਵਰ ਹੁੰਦੇ ਸੀ ਫਿਰ ਅਸੀਂ ਦੇਖਿਆ ਵੀ ਹੌਲੀ ਹੌਲੀ ਉਹ ਕਵਰ ਨਾ ਦ ਫੋਲਡ ਕਰਕੇ ਕਿੰਨੀਆਂ ਬੜੀਆਂ ਫੋਟੋਸ ਲੱਗੀਆਂ ਹੁੰਦੀਆਂ ਸੀ ਬੜੇ ਅੱਛੇ ਲੱਗਦੇ ਸੀ ਜਿਹੜੇ ਫੈਨ ਮੂਮੈਂਟਸ ਹੁੰਦੇ ਤਾਂ ਪੂਰੀ ਕਵਰ ਫਿਰ ਸੀਡੀ ਤੇ ਵੀ ਸੇਮ ਟ੍ਰੈਂਡ ਸੀਗਾ ਫਿਰ ਵੱਡੇ ਵੱਡੇ ਬੈਨਰਸ ਵੇਖੇ ਜਾਂਦੇ ਸੀ ਪਹਿਲੇ ਤੁਹਾਨੂੰ ਆਪਣਾ ਕਿਹੜਾ ਬੈਨਰ ਹਜੇ ਤੱਕ ਵੀ ਯਾਦ ਹੈ ਜਿਹੜਾ ਤੁਸੀਂ ਟਰੈਵਲ ਕਰਦੇ ਕਰਦੇ ਵੇਖਿਓ ਇਹ ਪਹਿਲੀ ਵਾਰੀ ਤੇ ਤੁਹਾਡਾ ਦਿਲ ਖੁਸ਼ ਹੋ ਗਿਆ ਕਿ ਮੈਂ ਇੱਥੇ ਡਿਸਰਵ ਕਰਦਾ ਸੀ ਮੈਂ ਪਹੁੰਚ ਗਏ ਹਾਂ ਨਹੀਂ ਬੈਨਰ ਤੇ ਚਲੋ ਉਸੇ ਕੀ ਇੱਕ ਇਹ ਜਦੋਂ ਸੀਗਾ ਮੈਂ ਚਿੱਠੀ ਲੰਡਨ ਲਿਖਦਾ ਤਾ ਹਾਂ ਲਿਵਿੰਗ ਦ ਡ੍ਰੀਮ ਉਹਦੇ ਵਿੱਚ ਬਹੁਤ ਬੈਨਰ ਬਣੇ ਸੀਗੇ ਵੀਡੀਓਜ਼ ਵੀ ਸੀਗੇ ਬਣੇ ਬਸ ਵਰਲਡ ਟੌਰ ਕਰ ਰਹੇ ਹਾਂ ਤੇ ਇਹਦੇ ਬੱਚੋ ਪੋਸਟਰ ਸ਼ੋਅ ਦੇ ਵਿੱਚ ਵੀ ਫਿਰ ਪਿੱਛੇ ਉਹ ਬੈਨਰ ਬਣਿਆ ਸੀਗਾ ਤੂੰ ਕਾਫੀ ਲੁੱਕਨ ਹੈ ਲਾਈਕ ਅਪਰੀਸ਼ੀਏਟ ਕੀਤਾ ਸੀ ਹਾਂ ਰਾਈਟ ਸੋ ਇਹ ਚੀਜ਼ਾਂ ਮਿਸ ਨਹੀਂ ਕਰਦੇ ਹੁਣ ਤੁਸੀਂ ਹੁਣ ਤਾਂ ਸੋਸ਼ਲ ਮੀਡੀਆ ਤਾਂ ਹੀ ਰਹਿ ਜਾਂਦੇ ਆ ਮਤਲਬ ਬਿਲਕੁਲ ਮਿਸ ਨਹੀਂ ਅਸੀਂ ਮ제 ਕਰਦੇ ਦੇਖੋ ਹਰ ਇੱਕ ਚੀਜ਼ ਸਮੇਂ ਦੇ ਨਾਲ एवरीथिंग ਚੇਂਜਸ ਵਿਦ ਟਾਈਮ ਮਤਲਬ ਤੇ ਹੁਣ ਉਹ ਤੁਸੀਂ ਪਿੱਛੇ ਇਦロイ ਜੋ ਵੀ ਐਦਾ ਹੁੰਦਾ ਸੀਗਾ ਇਹ ਨਹੀਂ ਅਸੀਂ ਲੱਗੇ ਆ ਮজা ਲੈ ਰਹੇ ਆ ਮਿਊਜ਼ਿਕ ਦਾ ਹੁਣ ਵੀ ਲੰਦੇ ਸੀ ਹਜੇ ਵੀ ਲੈ ਰਹੇ ਆ ਰਾਈਟ ਠੀਕ ਹੈ ਨਾ ਹੁਣ ਅਸੀਂ ਮਜੇ ਨਾਲ ਜੋ ਮੇਰਾ ਦਿਲ ਕਰਦਾ ਉਹ ਕਰਦਾ ਠੀਕ ਹੈ ਪਰ ਅੱਜ ਦਾ ਕਿਸੇ ਦਾ ਮੈਂ ਤੁਹਾਨੂੰ ਦੱਸ ਰਿਹਾ ਵੀ ਕਿਸੇ ਨੇ ਵੀ ਗੀਤ ਕਰਨਾ ਆਪਣੇ ਚੈਨਲ ਤੇ ਤੁਸੀਂ ਬਾਅਦ ਸਕਦੇ ਬਹੁਤ ਈਜ਼ੀ ਹੈ ਹਾਂਜੀ ਜੋ ਤੁਸੀਂ ਪਹਿਲੇ ਜੇ ਤੁਸੀਂ ਐਡ ਲਾਣੀ ਤੇ ਜਿੰਨੇ ਤੁਸੀਂ ਜੋਗੇ ਹੈਗੇ ਲਾ ਸਕਦੇ ਆ ਨਾ ਹੂੰ ਕਲਿੱਕ ਤੇ ਬਿਨਾ ਐਡ ਤੋਂ ਵੀ ਹੋ ਸਕਦਾ ਗੀਤ ਇਹ ਥੋੜੋ ਵੀ ਤੁਸੀਂ ਪੈਸੇ ਲਾ ਕੇ ਤੇ ਕਲਿੱਕ ਹੋਊਗਾ ਗੱਲ ਤੇ ਲੋਕਾਂ ਤੇ ਜੀ ਕਲਿੱਕ ਹੋ ਜਾਂਦੀ ਹੈ ਹਾਂ ਇੱਕ ਗੀਤ ਵੀ ਕਿਸੇ ਨੂੰ ਵਧੀਆ ਲੱਗੇਗਾ ਸ਼ੇਅਰ ਕਰਦਾ ਰਾਈਟ ਅਚਾ ਗੀਤ ਇਹਨੇ ਜਿਆਦੇ ਹੋ ਗਏ ਉਹ ਟਾਈਮ ਸਪੈਨ ਹੈ ਨਹੀਂ ਦੁਕਾਨ ਜਿੱਦਾਂ ਤੁਸੀਂ ਕਹਿੰਦੇ ਨਾ ਵੀ ਲਾਈਫ ਸਪੈਨ ਬਹੁਤ ਘਟਿਆ ਘਟਿਆ ਸੋ ਤੁਹਾਡੇ ਐਲਬਮ ਦੇ ਜਿਹੜੇ ਗਾਣੇ ਨੇ ਇਹ ਬਾਰੇ ਦੱਸੋ ਵੀ ਕਿਹੜੇ ਕਿਹੜੇ ਤਰ੍ਹਾਂ ਦੇ ਗਾਣੇ ਨੇ ਔਰ ਕਿਹੜੇ ਕਿਹੜੇ ਤਰ੍ਹਾਂ ਦੇ ਤੁਸੀਂ ਇਮੋਸ਼ਨਸ ਗਾਣਿਆਂ ਦੇ ਥਰੂ ਲੈ ਕੇ ਆਣੇ ਆਡੀਅנס ਤੱਕ ਉਹਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਆਜ ਰਾਇਆ ਡਾਕਟਰ ਬਣ ਵਾਲਾ ਇੱਕ ਤੇ ਇਹ ਆ ਇਹ ਡਾਂਸਿੰਗ Song ਆ ਬੜੀ ਫੰਕੀ ਜੀ ਇਹਦਾ ਗਰੂਵ ਆ ਤੇ ਵਰਟਿੰਗ ਬਹੁਤ ਕਮਾਲ ਦੀ ਦੇਖੀ ਬਲਬੀਰ ਬਪੁਰਾਈ ਜੀ ਨੇ ਕਮਾਲ ਕਰ ਦਿੱਤੀ ਜਿਸ ਤਰ੍ਹਾਂ ਨਾ ਮੈਂ ਦੋ ਕੋਸ਼ਿਸ਼ ਕਰਦਾ ਤੇਰੇ ਟਾਊਨ ਚ ਕੁੰਮਦਾਏ ਨਹੀਂ ਮੁੰਡਾ ਤਰਬਨ ਵਾਲਾ ਤੇਰੇ ਟਾਊਨ ਚ ਕੁੰਮਦਾਏ ਨਹੀਂ ਮੁੰਡਾ ਤਰਬਨ ਵਾਲਾ ਦੇਸੀ ਕਿਉਂ ਦੇ ਵਰਗਾ ਦੇਸੀ ਐ ਨਹੀਂ ਲੁੱਕ ਯਾਰ ਬਨਵਾਲਾ ਤੇਰੇ ਟਾਊਨ ਚ ਕੁੰਮਦਾਏ ਨਹੀਂ ਮੁੰਡਾ ਤਰਬਨ ਵਾਲਾ ਕਹਿੰਦੇ ਬੋਪਾ ਰਾਏ ਬਲਵੀਰ ਮੈਨੂੰ ਤੇਰੇ ਚੁੰਦਿਸ ਦੀ ਹੀਰ ਮੈਨੂੰ ਸਾਡੀ ਜੋੜੀ ਜੱਜ ਜਾਣੀ ਕਹਿੰਦਾ ਬਬੀ ਨਾਗਰਾ ਵੀਰ ਮੈਨੂੰ ਨਕਲ ਸਿਓ ਢਿਰ ਕਰ ਦਿੱਤਨੀ ਤੇਰੀ ਘੜਦਨ ਵਾਲਾ ਤੇਰੇ ਟਾਉਣ ਚ ਘੁੰਮਦਾ ਏ ਨਹੀਂ ਮੁੰਡਾ ਟਰਬਨ ਵਾਲਾ ਹਰਲੇ ਹਰਲੇ ਜੇ ਕਰੇ ਹਾਰ ਲੈ ਢਰਬਨ ਵਾਲਾ ਤੇਰੇ ਟਾਊਨ ਚ ਕੁੰਮਦਾਏ ਨੀ ਮੁੰਡਾ ਤਰਵਨ ਵਾਲਾ ਕੀ ਬਾਤ ਹੈ ਕੀ ਬਾਤ ਹੈ ਪਰ ਆਈ ਮਸਟ ਸੇ ਤੁਹਾਡੀ ਲੁੱਕ ਐਜ਼ ਇਟ ਇਜ਼ ਹੀ ਹੈ ਐਨੇ ਸਾਲਾਂ ਬਾਅਦ ਵੀ ਤੁਹਾਡਾ ਸਟਾਈਲਿੰਗ ਤੁਹਾਡੀ ਫਿਟਨੈਸ ਤੁਹਾਡਾ ਚਾਹ ਨਹੀਂ ਕਿੰਨੇ ਸਾਲ ਹੋ ਗਏ ਨਹੀਂ ਸੀਰੀਅਸਲੀ ਇੱਕ ਕੰਪਲੀਮੈਂਟ ਹੈ ਸੀਰੀਅਸਲੀ ਬੜਾ ਵਧੀਆ ਲੱਗਦਾ ਹੈ ਜਦੋਂ ਅਸੀਂ ਕਿਸੇ ਆਰਟਿਸਟ ਨੂੰ ਦੇਖਦੇ ਹਾਂ ਕਿ ਉਹ ਐਜ਼ ਇਟ ਇਜ਼ ਆਪਣੇ ਆਪ ਨੂੰ ਕੈਰੀ ਕਰ ਰਹੇ ਨੇ ਬੜੀ ਵਰਜਿਸ਼ ਕਰਨੀ ਪੈਂਦੀ ਹੋਏਗੀ ਤੁਹਾਨੂੰ ਹਾਂਜੀ ਚਲੋ ਮੇਨ ਡਾਈਟਿੰਗ ਡਾਈਟ ਇਹ ਨਹੀਂ ਵੀ ਕੁਝ ਖਾਣਾ ਨਹੀਂ ਸਹੀ ਖਾਣਾ ਖਾਣਾ ਹਮ ਜਿਹੜਾ ਸਹੀ ਖਾਣਾ ਉਹ ਜਿੰਨਾ ਮਰਜੀ ਤੁਸੀਂ ਖਾ ਸਕਦੇ ਆ ਗਲਤ ਖਾਣਾ ਜਿਹੜਾ ਹੈ ਨਾ ਹੈ ਨਾ ਤੇ ਬਾਕੀ ਐਕਸਰਸਾਈਜ਼ ਵੀ ਜ਼ਰੂਰੀ ਆ ਹੂੰ ਬਾਕੀ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਦੇਖੋ ਇਹ ਜਿਹੜਾ ਐਕਸਰਸਾਈਜ਼ ਕਰਦਾ ਜਾਂ ਆਪਣੇ ਆਸ-ਪਾਸੇ ਸੈਲਫ ਸੈਟੀਸਫੈਕਸ਼ਨ ਵਾਸਤੇ ਵੀ ਮਾਈਂਡ ਸੈਟੀਸਫੈਕਸ਼ਨ ਇਹ ਬਹੁਤ ਜ਼ਰੂਰੀ ਆ ਨਾ ਜ਼ਿੰਦਗੀ 'ਚ ਰਾਈਟ ਅੱਜ ਕੱਲ ਉਹ ਹੈ ਨਹੀਂ ਲੋਕਾਂ 'ਚ ਕਿ ਤੁਹਾਨੂੰ ਲੱਗਦਾ ਕਿ ਇਸੇ ਕਰਕੇ ਜਿਹੜਾ ਮੈਂਟਲ ਸਟ्रेस ਆ ਔਰ ਡਿਪਰੈਸ਼ਨ ਆ ਇਨਕਰੀਜ਼ ਹੋ ਚੁੱਕਾ ਹੈ ਉਹ ਤੇ ਆ ਕਰੋਨਾ ਦੇ ਵਿੱਚ ਕਿੰਨੇ ਲੋਕੀ ਘਰ 'ਚ ਬੈਠ ਕੇ ਹੋ ਗਏ ਡਿਪਰੈਸਡ ਕਾਫੀ ਬਜ਼ੁਰਗ ਜਿਹੇ ਜਾਰੇ ਨਿਕਲ ਨਹੀਂ ਸਕੇ ਜੀ ਹੈਨਾ ਸੋ ਹੁਣ ਆਏ ਲੋਕੀ ਨਿਕਲ ਰਹੇ ਬਾਹਰ ਸਾਡੇ ਬਹੁਤ سارے ਆਰਟਿਸਟ ਹੈਗੇ ਨੇ ਜਿਹੜੇ ਕਹਿੰਦੇ ਸੀ ਵੀ ਘਰਾਂ ਚ ਕੰਦਾ ਖਾਣ ਨੂੰ ਪੈਂਦੀਆਂ ਸੀ ਐਡਾ ਡਿਪਰੈਸ਼ਨ ਹੋ ਗਿਆ ਸੀਗਾ ਵੀ ਇੰਨੇ ਸੋਹਣਾ ਸੋਹਣਾ ਕੰਮ ਕਰਕੇ ਰੱਖਿਆ ਸਾਰਾ ਬਾਕਸਡ ਹੋ ਗਿਆ ਬੰਦ ਹੋ ਗਿਆ ਤੁਹਾਡੇ ਤੇ ਨਹੀਂ ਅਸਰ ਪਿਆ ਚਲੋ ਪਿਆ ਲੇਕਿਨ ਅਸੀਂ ਲੱਗੇ ਰਹੇ ਹਮੇਸ਼ਾ ਕੁਝ ਹੈਨਾ ਹੂੰ ਉਹਦੇ ਵਿੱਚ ਮੈਂ ਕਾਫੀ ਸਾਜਾਂ ਨਾਲ ਗਾ ਗਾ ਕੇ ਲੋਕਾਂ ਨੂੰ ਬਹੁਤ ਲਾਈਕ ਕਿਤੇ ਐਂਟਰਟੇਨ ਨਾਲ ਇਹ ਸਾਡੀ ਪ੍ਰੈਕਟਿਸ ਚੱਲਦੀ ਰਹੀ ਹੈ ਰਾਈਟ ਨਹੀਂ ਬਹੁਤ ਅੱਛੀ ਗੱਲ ਹੈ ਤੁਹਾਡੀ ਇਸ ਐਲਬਮ 'ਚ ਗਾਣਾ ਨੇ ਜਾਗੋ ਹਾਂਜੀ ਜਾਗੋ ਆਈ ਹੈ ਉਹ ਲਾਲ ਠੋਲੀ ਵਾਲੇ ਜੀ ਬਦੇ ਵੀ ਨੇ ਲਿਖੀ ਹੈ ਮਾਡਰਨ ਜਾਗੋ अच्छा ओदे विच स्पेशल अपीयरेंस है बहुत महान शख्सियत ओ फिर डिस्क्लोज नहीं कर सकदे ओदे विच की ये जागो यूके वाली है या ये जागो साडे पंजाब वाली है ये ऑल राउंड जागो आ डिफरेंस नहीं ਮਾਜ਼ ਲੱਗਦਾ ਤੁਹਾਨੂੰ ਮੈਨੂੰ ਪਹਿਲੇ ਫੰਕਸ਼ਨਸ ਬਾਰੇ ਦੱਸੋ ਮੈਂ ਸੁਣਿਆ ਬਾਹਰਲੇ ਫੰਕਸ਼ਨਸ ਬੜੇ ਸੋਫਿਸਟੀਕੇਟਿਡ ਜੇ ਹੁੰਦੇ ਹੈ ਬਹੁਤ ਨਹੀਂ ਨਹੀਂ ਜਿਹੜੇ ਜਾਗੋ ਹੁੰਦੀ ਨਾ ਉਹ ਫਿਰ ਵੀ ਉਸ ਪੰਜਾਬ ਸਟਾਈਲ ਲੇਕਿਨ ਆਬਵੀਸਲੀ ਉਹ ਹਾਲ ਦੇ ਵਿੱਚ ਹੁੰਦੀ ਹੈ ਨਾ ਪਿੰਡਾਂ ਚ ਨਹੀਂ ਜਾ ਸਕਦੇ ਆ ਲੇਕਿਨ ਡਰੈਸ ਉਦਾ ਹੀ ਹੁੰਦੀ ਹੈ ਹੂੰਡੇ ਵਗੈਰਾ ਉਹੀ ਚੀਜ਼ ਟ੍ਰੈਡੀਸ਼ਨਲ ਜਿਹੜੀ ਚੀਜ਼ ਹੈ ਨਾ ਕੁਝ ਚੇਂਜ ਨਹੀਂ ਕਰ ਸਕਦੇ ਹੂੰ ਉਂ ਜੀ ਸਤਾ ਆਪਾਂ ਮੈਂ ਤੁਹਾਨੂੰ ਕਹਾਂ ਮੈਂ ਟੂਲ ਟੂ ਚੇਂਜ ਕਰੋ ਟੂਲ ਦਾ ਕੁਬਨਟ ਕੀ ਕੋ ਹੈ ਨਹੀਂ ਸਾਜ ਇਹੋ ਜਿਹਾ ਹੈ ਨਹੀਂ ਹੈਨਾ ਜੀ ਜੱਤਬਲੇ ਦਾ ਮੈਨੂੰ ਦੱਸ ਕੀ ਹੈ ਹਮ ਕੁਝ ਇਹੋ ਜਿਹੀ ਚੀਜ਼ਾਂ ਨੇ ਤੁਸੀਂ ਚੇਂਜ ਨਹੀਂ ਕਰ ਸਕਦੇ ਤੇ ਜਿਹੜਾ ਸਾਡਾ ਕਲਚਰ ਆ ਜਾਗੋ ਜਾਂ ਰੀਤ ਰਿਵਾਜ ਉਹ ਚੇਂਜ ਨਹੀਂ ਕਰ ਸਕਦੇ ਤੁਸੀਂ ਕਰੋਗੇ ਤੇ ਗੜਬੜੀ ਹੋਣੀ ਤੇ ਤੁਸੀਂ ਮਤਲਬ ਐਵੇਂ ਪੰਜਾਬ ਦੀ ਜਾਗੋ ਅਟੈਂਡ ਕੀਤੀ ਹੈ ਕਦੇ ਮੈਂ ਵੇਖੀ ਉਹਦਾ ਵੀਡੀਓ ਚ ਮੈਂ ਨਹੀਂ ਟੈਂਟ ਨਹੀਂ ਕੀਤੀ ਤੁਸੀਂ ਜ਼ਰੂਰ ਕਰੋ ਫਿਰ ਤੁਸੀਂ ਇੱਕ ਗਾਣਾ ਉਹਦੇ ਤੇ ਬਣਾਈਓ ਤੁਹਾਡਾ ਸਵਾਦ ਹੀ ਬਦਲ ਜਾਏਗਾ ਨਹੀਂ ਮੈਨੂੰ ਪਹਿਲੇ ਪਤਾ ਹੈ ਕਿਦਾਂ ਸਾਰੇ ਜੋ ਹਨ ਚੀਜ਼ਾਂ ਸੀ ਟਰਾਈ ਕੀਤੀਆਂ ਇਸ ਵੀਡੀਓ ਚ ਬਹੁਤ ਤੁਸੀਂ ਖੁਸ਼ ਹੋਵੋਗੇ ਦੇਖ ਸਵੇਰੇ ਬੰਦੇ ਫੜਫੜ ਉਠਾਣੇ ਪੈਂਦੇ ਐ ਵੀ ਹੁਣ ਬਿਆਹ ਦਾ ਟਾਈਮ ਆ ਤੇ ਉੱਥੇ ਜੋ ਮੈਂ ਸੁਣਿਆ ਬਾਹਰ ਹੀ ਚੀਜ਼ਾਂ ਨਹੀਂ ਹੁੰਦੀਆਂ ਬਹੁਤ ਟਾਈਮ ਦਾ ਇੱਕ ਪਾਰਟਿਕੂਲਰ ਸਿਸਟਮ ਹੁੰਦਾ ਨਾ ਉਹ ਤੇ ਫਿਕਸ ਟਾਈਮ ਹੁੰਦਾ ਹਾਂ ओके ਤੁਸੀਂ ਆਪੋ ਪਰਾਈ ਜੀ ਦੀ ਗੱਲ ਬਾਰ ਬਾਰ ਕਰ ਰਹੇ ਹੋ ਹਨਾ ਜਦੋਂ ਦਾ ਜ਼ਿਕਰ ਕਰ ਹੀ ਰਹੇ ਹੋ ਯਾਰੀ ਕਿਸ ਤਰ੍ਹਾਂ ਦੇਖਦੇ ਹੋ ਯਾਰੀ ਚ ਬਦਲਾਅ ਕਿਸ ਤਰ੍ਹਾਂ ਵੇਖ ਰਹੇ ਹੋ ਤੇ ਤੁਹਾਡੀ ਲਈ ਫਰੈਂਡਸ਼ਿਪ ਕੀ ਹੈ ਦੋਸਤੀ ਕੀ ਹੈ ਦੇਖੋ ਯਾਰੀ ਚਲੋ ਯਾਰ ਦੋਸਤ ਸਭ ਨਾਲ ਪਿਆਰ ਨਾ ਰਹੋ ਸਮਝ ਆ ਜਿੰਨੇ ਵੀ ਤੁਹਾਡੇ ਹੁਣ ਦੇਖੋ ਉਸ ਜਾਣੇ ਸੱਜਣ ਸਾਰੇ ਅਸੀਂ ਹਮੇਸ਼ਾ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰੀਦੀ ਹੈ ਵੀਰ ਬਬੂ ਵੀ ਨਾਗਰਾ ਜੀ ਮदन ਮਦੀ ਜੀ ਕੀ ਬਾਤ ਮਜੀਦ ਪਪੂ ਹਨਾ ਸਾਰੇ ਦੋਸਤ ਮਿੱਤਰ ਜਿਆਦੀ ਵੀ ਬਾਜੀ ਸਾਰੇ ਅੱਛੇ ਆ ਜੀ ਜਿਹਨੂੰ ਵੀ ਮਿਲਿਆ ਤੇ ਬਰੇ ਪਿਆਰ ਨਾਲ ਮਿਲਦੇ ਆ ਤੇ ਅਜੇ ਵੀ ਸੋਈ ਬਹੁਤ ਵੱਡੀ ਗੱਲ ਹੈ ਨਹੀਂ ਤੇ ਚਾਰ ਦਿਨ ਬਾਅਦ ਕੋਈ ਉਹਲੇ ਬੁਲਾਦਾ ਨਹੀਂ ਕੋਈ ਉਹਨਾਂ ਵੇ ਹੁੰਦੇ ਨਾਲ ਹੂੰ ਸੋ ਬਾਕੀ ਸਾਰਿਆਂ ਨੂੰ ਪਿਆਰ ਕਰੋ ਤੇ ਕੁਝ ਹੀ ਸਾਡੇ ਖਾਸ ਹੁੰਦੇ ਆ ਜੀ ਬਿਲਕੁਲ ਹਾਂ ਜੀ ਇੱਕ ਬਹੁਤ ਅਹਿਮ ਸਵਾਲ ਤੁਹਾਨੂੰ ਪੁੱਛਣਾ ਚਾਹਾਂਗੀ ਕਿਉਂਕਿ ਤੁਸੀਂ ਆਰਟਿਸਟ ਵੀ ਹੋ ਤੇ ਤੁਸੀਂ ਉਹਨਾਂ ਨਾਲ ਯਾਰੀ ਦੋਸਤੀ ਵੀ ਪੂਰੀ ਤਰ੍ਹਾਂ ਨਿਭਾਉਂਦੇ ਆ ਰਹੇ ਹੋ ਕੰਮ ਦੇ ਨਾਲ-ਨਾਲ ਜਿਨ੍ਹਾਂ ਨੇ ਅੱਛਾ ਨਾਮ ਕਮਾਇਆ ਔਰ ਤੁਹਾਡੇ ਦੋਨਾਂ ਦਾ ਇੱਕ ਕੈਰੀਅਰ ਹੈ ਹੈਨਾ ਜੈਸੀ ਬੀਜੀ ਦੀ ਗੱਲ ਕਰੋ ਜਾਂ ਬਾਕੀਆਂ ਦੀ ਵੀ ਗੱਲ ਕਰੋ ਦਿਲਜੀਤ ਦਾ ਜ਼ਿਕਰ ਹੋਇਆ ਬਾਕੀਆਂ ਦਾ ਵੀ ਕੀ ਆਰਟਿਸਟ ਬੜਾ ਕੋਲੇ ਦਿਲ ਦਾ ਹੁੰਦਾ ਹੈ ਆਰਟਿਸਟ ਆਪਣੀ ਜਿਸਪੌਂਸਿਬਿਲਟੀ ਨਿਭਾਉਂਦਾ ਹੈ ਆਡੀਅנס ਨੂੰ ਐਂਟਰਟੇਨ ਕਰਕੇ ਕੁਝ ਚੈਨਲਸ ਇਹੋ ਜਿਹੇ ਨੇ ਵੱਡੇ ਨਾਮੀ ਨੇ ਉੱਥੇ ਪੱਤਰਕਾਰੀ ਦਾ ਮਤਲਬ ਹੁੰਦਾ ਚੀਕਾ ਮਾਰਨਾ ਕਲਾਕਾਰਾਂ ਦਾ ਨਾਮ ਲੈ ਕੇ ਚੀਕਾ ਮਾਰਨੀ ਆ ਤਤ ਨਹੀਂ ਪਤਾ ਫੈਕਟ ਨਹੀਂ ਪਤਾ ਮਤਲਬ ਕਿ ਆਧਾਰ ਨਹੀਂ ਹੈਗਾ ਗੱਲ ਦਾ ਤੇ ਕਹਿੰਦੇ ਨੇ ਵੀ ਪੰਜਾਬੀ ਜਿਹੜੇ ਆਰਟਿਸਟ ਨੇ ਕਈਆਂ ਦਾ ਨਾਮ ਲੈ ਕੇ ਵੀ ਉਹ ਫੰਡ ਖਾਂਦੇ ਨੇ ਉਹ ਖਾਲਿਸਤਾਨੀ ਐ ਉਹ ਪ੍ਰੋਮੋਟ ਕਰਦੇ ਨੇ 뮤직 ਦੇ ਨਾਮ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਤੁਸੀਂ ਕੀ ਸਮਝਦੇ ਹੋ ਵੀ ਇਹ ਚੀਜ਼ਾਂ ਆਰਟਿਸਟ ਦੇ ਜਿਹੜੀ ਡਿਸਰੈਸਪੈਕਟ ਦੇ ਵਿੱਚ ਚੀਕਾ ਮਾਰ ਮਾਰ ਚੈਨਲ ਆ ਤੇ ਕਈਆਂ ਜਾਂਦੀਆਂ ਨੇ ਮਤਲਬ ਕੀ ਵਾਜਿਬ ਹੈ ਤੁਹਾਡੇ ਪੁਆਇੰਟ ਆਫ View ਕੀ ਹੈ ਦੇ ਲਈ ਦੇਖੋ ਜਿਹੜੀ ਕਿਸੇ ਵਾਰਿਆ ਨਾ ਚੈਨਲ ਵਾਲਿਆਂ ਨੂੰ ਕੀ ਜਿਹੜੀ ਪਤਾ ਨਹੀਂ ਹੁੰਦਾ ਵਿਚਲੀ ਗੱਲ ਦਾ ਹਾਂਜੀ ਉਹ ਇੱਕ ਮੁੱਦਾ ਚੱਕ ਲੈਂਦੇ ਨਾ ਕਿਸੇ ਨੇ ਫਾਇਜ਼ ਗੱਲ ਮੈਂ ਹੀ ਕੁਝ ਕਹਿ ਰਿਆਂ ਜਿਹੜਾ ਵਿੱਚੋਂ ਚੱਕ ਲੈਣਾ ਨਾ ਉਹ ਕਿਉਂ ਦੇਖਿਆ ਨਾ ਪਿੱਛੇ ਵੀ ਕੀ ਇਹ ਦਾ ਵਿੱਚ ਮੁਕੰਮਲ ਕੀਤੀ ਹੋਈ ਗੱਲ ਜੇ ਸ਼ੁਰੂ ਕਿੱਥੇ ਹੋਈ ਹੈ ਨਾ ਸੋ ਉਹਨਾਂ ਨੂੰ ਮਸਾਲਾ ਚਾਹੀਦਾ ਹੁੰਦਾ ਭਾਜੀ ਸੱਚ ਬੰਨਿਓ ਬੜਾ ਦੁੱਖ ਲੱਗਦਾ ਹੈ ਹਾਂ ਦੁੱਖ ਲੱਗਦਾ ਕਿਉਂਕਿ ਵਿਚਲੀ ਗੱਲ ਦਾ ਪਤਾ ਨਹੀਂ ਹੁੰਦਾ ਨਾ ਕਿਸੇ ਡਿਸਪਿਊਟ ਹੋ ਗਈ ਕਿਸੇ ਰਾਈਟ ਨਾ ਕਿਉਂ ਹੋਈ ਕਿਸੇ ਨੂੰ ਉਹਨੂੰ ਨਹੀਂ ਪੁੱਛਣਾ ਇੱਕ ਪੱਖ ਨਹੀਂ ਹੁੰਦੀਆਂ ਗੱਲਾਂ ਪ੍ਰੋਬਲਮ ਜਦੋਂ ਕਿਸੇ ਚ ਹਰੇਕ ਚ ਹੁੰਦੀ ਹੈ ਤੇ ਬਾਕੀ ਉਹ ਤੇ ਨਿਊਜ਼ ਆ ਰਹੇ ਨੇ ਤੈਨੂੰ ਪਤਾ ਮਸਾਲਾ ਚਾਹੀਦਾ ਉਹਨਾਂ ਨੂੰ ਜੀ ਬਿਲਕੁਲ ਮੈਂ ਵੀ ਲੋਕੀ ਅੱਜ ਕੱਲ ਉਹ ਦੇਖ ਕੇ ਬਹੁਤ ਖੁਸ਼ ਹੁੰਦੇ ਆ ਹਾਂਜੀ ਚਾਹੀਦਾ ਗੀਤ ਨਹੀਂ ਦੇਖਦੇ ਉਹ ਕਹਿੰਦੇ ਮਸਾਲਾ ਆ ਕਿਸੇ ਨੂੰ ਨਾ ਤੇ ਤੇ ਕਿਸੇ ਬਾਰੇ ਚੁਗਲੀ ਦਿੰਦਿਆ ਕਰੋ ਕਿਸੇ ਨੂੰ ਐਦਾ ਕਿਉਂ ਕਰਨਾ ਗਲਤ ਹੈ ਜੀ ਅੱਛਾ ਤੁਹਾਡੇ ਲਾਈਫ ਦੇ ਵਿੱਚ ਤੁਸੀਂ ਪੋਜ਼ਿਟਿਵਿਟੀ ਨੂੰ ਕਿਸ ਤਰ੍ਹਾਂ ਮੇਨਟੇਨ ਕੀਤਾ ਹੋਇਆ ਆਈ ਐਮ ਸ਼ੋਰ 네ਗੇਟਿਵਿਟੀ ਹਰ ਹਿਊਮਨ ਬੀਿੰਗ ਹਰ ਇਨਸਾਨ ਦੇ ਨੇੜੇ ਤੇੜੇ ਕਿਵੇਂ ਲਾਈਫ ਹੁੰਦਾ ਹੈ ਹਾਊ ਯੂ ਮੇਨਟੇਨ ਪੋਜ਼ਿਟਿਵਿਟੀ ਬਸ ਚਲੋ ਜਿਹੜੇ ਕੁਝ ਦੇਖੋ ਰੇਜ਼ ਹੁੰਦੇ ਆ ਨਾ ਰੇਜ਼ ਜੀ ਕਰਨਾ ਜਿਹਨੂੰ ਕਹਿੰਦੇ ਆਪਾਂ ਤੇ ਕਈ ਬੰਦਿਆਂ ਤੋਂ ਚੰਗੇ ਨਹੀਂ ਆਦੇ ਉਹਦੇ ਤੋਂ ਪਾਸੇ ਹਟ ਜਾਓ ਸਿੱਧੀ ਗੱਲ ਹੈ ਰਾਈਟ ਇਹ ਹੁਣ ਵਿੱਚ ਬੜੀ ਜੇ ਉਹਦੇ ਵਿੱਚ ਹਰ ਇੱਕ ਤੋਂ ਕੋਈ ਅੱچھے ਬੰਦਿਆਂ ਤੋਂ ਹੋਰ ਪੋਜ਼ਿਟਿਵਿਟੀ ਮਿਲਦੀ ਜਾਂਦੀ ਹੈ ਦੇਖੋ ਇੱਕ ਗੱਲ ਮੇਰੇ ਭਾਈ ਸਾਹਿਬ ਨੇ ਦੱਸੀ ਸੀਗੀ ਸਵਰਗਿਆ ਮੋਨ ਸਿੰਘ ਨਮਾਨਾ ਜੀ ਕਿ ਅੱچھے ਲੋਕਾਂ ਦੀ ਸੰਗਤ ਕਰ ਪੀਪਲ ਦੈਟ ਆਰ ਬੈਟਰ ਦੈਨ ਯੂ ਕਲੇਵਰਰ ਦੈਨ ਯੂ ਉਹਨਾਂ ਦੇ ਵਿੱਚ ਟੂ ਮਿਕਸ ਕਰੂੰਗਾ ਤੇ ਕੁਝ ਅੱਛਾ ਬਣ ਜਾਏਗਾ ਬਿਲਕੁਲ ਮੈਂ ਸ਼ੂਟਿੰਗ ਹੁੰਦੇ ਨੂੰ ਇਹੀ ਗੱਲ ਮੈਨੂੰ ਦਸੀ ਹੋਈ ਹੈ ਵਧੀਆ ਬੰਦਿਆਂ ਸੰਗਤ ਕਰੂੰਗਾ ਨਾ ਤੇ ਵਧੀਆ ਹੋ ਜਾਏਗਾ ਜੇ ਤੂੰ ਆਲਰੇਡੀ ਜਿਹੜੇ ਬੰਦੇ ਗਲਤ ਕੰਮ ਕਰ ਰਹੇ ਉਹਨਾਂ ਨਾਲ ਮਿਕਸ ਹੋਊਗਾ ਤੇ ਤੈਨੂੰ ਕੀ ਮਿਲਣਾ ਬਿਲਕੁਲ ਸੋ ਇੱਕ ਇਕੱਲੇ 뮤직 ਦੀ ਗੱਲ ਨਹੀਂ ਹਮ ਸਾਰੇ ਉਸਤਾਦਾਂ ਨੇ ਵੀ ਇਹੀ ਦੱਸਿਆ ਵੀ ਅੱਛੀ-ਅੱਛੀ ਗੱਲਾਂ ਤੇ ਗਿਆਨ ਜਿੱਥੋਂ ਵੀ ਮਿਲਦਾ ਉੱਥੇ ਲੈਣਾ ਚਾਹੀਦਾ ਜੀ ਐਂਡ एवरीवन'ਸ ਗਾਟ ਸਮਥਿੰਗ ਗੁੱਡ ਇਨ ਦਮ ਬਹੁਤ ਅੱਛੀ ਗੱਲ ਆ ਤੇ ਬਹੁਤ ਅੱਛਾ ਮੈਸੇਜ ਤੁਸੀਂ ਸੰਰੇ ਲਈ ਵੀ ਰੱਖਿਆ ਹੈ ਜੀ ਸੋ ਗਾਣਾ ਸੁਣਾਓ ਬਾਕੀ ਅੱਜਕੱਲ ਇਦਾਂ ਪੀ ਜਿੱਥੇ ਗਲਤ ਗੱਨਾ ਹੋਵੇ ਉੱਥੇ ਰੋਕੀ ਉੱਥੇ ਜਾਂਦੇ ਜਾਂਦੇ ਐਂਟਰਟੇਨਮੈਂਟ ਨਹੀਂ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਮੈਂ ਉੱਥੇ ਆਨ ਲੱਗੀ ਸੀਗੀ ਕਿ ਇੱਕ ਕੌਂਟਰੋਵਰਸੀ ਜਾਣ ਕੇ ਕਰਾਈ ਜਾਂਦੀ ਹੈ ਇੱਕ ਕੌਂਟਰੋਵਰਸੀ ਬਿਨਾ ਉਹੀ ਕਹਾਣੀ ਬਿਨਾ ਪੂਰੀ ਗੱਲ ਸੁਣੇ ਹੀ ਬਣਾ ਦਿੱਤੀ ਜਾਂਦੇ ਲੋਕ 2 ਮਿੰਟ 3 ਮਿੰਟ ਤੋਂ ਹੀ ਐਸਟੀਮੇਟ ਲਗਾ ਲੈਂਦੇ ਵੀ ਪੂਰਾ ਮੁੱਦਾ ਇਹ ਹੋਏਗਾ ਠੀਕ ਹੈ ਫਾਰ ਐਗਜ਼ਾਮਪਲ ਆ ਜੋੜੀ ਤੇ ਰੋਕ ਲੱਗੀ ਹੈ ਉਹ ਬੜੀ ਮੈਂਥ ਕੀਤੀ ਹੈ ਉਸ ਟੀਮ ਨੇ ਤੇ ਬਹੁਤ ਅੱਛਾ ਇੱਕ ਕਨਸੈਪਟ ਲੈ ਕੇ ਆ ਰਹੇ ਸੀ ਪਰ ਸਿਰਫ ਇੱਕ 3 ਮਿੰਟ ਤੋਂ ਸਾਰਾ ਅੰਦਾਜ਼ਾ ਲਗਾ ਕੇ ਉਹ ਤੇ ਇੰਡੀਆ ਦੇ ਸਟੇ ਲੱਗਾ ਓਵਰਆਲ ਉਹ ਰਿਲੀਜ਼ ਹੋ ਰਹੀ ਹੈ। ਉਹ ਅੱਜਕੱਲ ਦਾ ਨਾ ਯੂ ਟੂ ਦਾ ਵੀਜਰਾ ਵੀ ਉੱਠ ਗਿਆ ਨਾ ਆਪਣੇ ਉੱਤੇ ਸਟ੍ਰਾਈਕ ਕਰ ਦਿੰਦਾ। ਸਟ੍ਰਾਈਕ ਦੇ ਨਾਲ ਨਾ ਤੁਸੀਂ ਟ੍ਰੋਲਰਸ ਨੂੰ ਕੀ ਕਹਿਣਾ ਚਾਹੋਗੇ? ਕੀ ਦਮਸ਼ਤ। ਟ੍ਰੋਲਰਸ ਮਤਲਬ ਕਿ ਜਿੱਦਾਂ ਪਹਿਲੇ ਕਹ ਤੁਸੀਂ ਜਦਾਂ ਕਿਹਾ ਕਿ ਇੱਕ ਸੋਸ਼ਲ ਮੀਡੀਆ ਨਾਲ ਰੋਜ਼ਗਾਰ ਮਿਲ ਗਿਆ ਹੁਣ ਲੋਕਾਂ ਨੂੰ ਖੱਜਲ ਖਵਾਰੀ ਨਹੀਂ ਹੋਣੀ ਪੈਂਦੀ ਚੈਨਲ ਬਣਾਓ ਤੇ ਆਪਣਾ ਕੰਟੈਂਟ ਪਾਓ ਉੱਥੇ ਹੀ ਇੱਕ ਪਲੇਟਫਾਰਮ ਟ੍ਰੋਲਰਸ ਨੂੰ ਵੀ ਤੇ ਮਿਲ ਗਿਆ ਜਿਹੜੇ ਤੁਹਾਨੂੰ ਇੱਕ ਸੈਕਿੰਡ ਦੇ ਵਿੱਚ ਮਤਲਬ ਕਹਿ ਦਿੰਦੇ ਨੇ ਵੀ 아이 ਤੇ ਚੀਜ਼ ਫੇਲ ਹੈ ਇਹ ਤੇ ਆਰਟਿਸਟ ਹੀ ਖਰਾਬ ਹੈ ਬਹੁਤ ਈਰ ਮੈਂ ਸਮਝ ਗਈ ਤੇ ਕਹ ਲਓ ਜਿਹੜੇ ਕਮੈਂਟ ਕਰਦੇ ਆ ਤੁਸੀਂ ਟ੍ਰੋਲਰੋ ਕਹਿੰਦੇ ਉਹਨੂੰ ਹਾਂ ਟ੍ਰੋਲਰਸ ਹਨ ਜੀ ਅਚੀ ਉਹ ਇਦਾਂ ਆ ਪਿੱਛੇ ਜਿਹੜੇ ਮੇਰੇ ਯਾਰ ਨੇ ਚਾਰ ਗਾਣਾ ਘਰੋਂ ਖਾਦੀਆਂ ਉਹ ਕਿਸੇ ਨੂੰ ਕੱਢ ਦਿੰਦਾ ਫੇਸਬੁੱਕ ਤੇ ਜਾ ਕੇ ਦੇ ਦਿੰਦੇ ਉਹ ਤੇ ਆਪਣਾ ਗੁੱਸਾ ਕونکی ਉਹ ਪੋਣ ਅਸਮਨਾ ਉਹ ਵੀ ਕਿ ਕਿਸੇ ਨੂੰ ਕਰ ਨਹੀਂ ਸਕਦਾ ਤੇ ਜਿਹਨੂੰ ਪਤਾ ਹੀ ਹੁੰਦਾ ਨਹੀਂ ਉਹ ਜਾ ਕੇ ਕਹਦਾ ਦਾ ਨਹੀਂ ਸਹੀ ਆ ਨਹੀਂ ਸਹੀ ਦੇਖੋ ਕਿਸੇ ਨੂੰ ਵੀ ਹੱਕ ਹੈ ਗਾਣ ਦਾ ਤੇ ਰੋਣ ਦਾ ਠੀਕ ਹੈ ਤੇ ਗਾਣਾ ਕਿਸੇ ਨੂੰ ਮੈਂ ਕਹਿੰਦਾ ਨਾ ਗਾਓ ਕੋਈ ਵੀ ਗਾਓ ਪਰ ਮੈਂ ਤੁਸੀਂ ਗਲਤ ਕਰਿਆ ਹੌਲੀ ਹੌਲੀ ਉਹਨੂੰ ਬੈਟਰ ਹੋ ਜਾਏਗਾ ਨਾ ਜੇ ਕੋਈ ਅਗਲੇ ਚ ਹੁੰਦਾ ਵੀ ਮੈਂ ਵੀ ਇਹ ਕਰ ਸਕਦਾ ਤੇ ਕਰੋ ਮਹਾਰਾਜ ਬਿਲਕੁਲ ਕੁਛ ਵੀ ਉਹਨਕੇ ਪ੍ਰੈਜੈਂਟਰ ਵੀ ਹੋ ਸਕਦੇ ਆ ਤੈਨੂੰ ਦੇਖ ਕੇ ਕਹਿੰਦੇ ਵੀ ਅਸੀਂ ਵੀ ਕਰ ਸਕਦੇ ਤੇ ਆਓ ਫੇਰ ਕਰੋ ਮਿਹਨਤ ਕਰੋ ਬਾਕੀ ਲੱਕ ਦੀ ਗੱਲ ਹੈ ਨਾ ਜੀ ਹਰ ਕਿਸੇ ਦੇ ਭਾਗ ਵਿੱਚ ਨਹੀਂ ਹੁੰਦੀਆਂ ਦੌਲਤਾਂ ਫਨਕਾਰੀਆਂ ਮਸ਼ਹੂਰੀਆਂ ਜਿਹੜਾ ਜਾਣਕਾਰ ਹੋਣਾ ਅਲੱਗ ਹੈ ਜਿਹੜਾ ਫੇਮਸ ਹੋਣਾ ਉਹ ਅਲੱਗ ਹੈ ਕੀ ਬਾਤ ਹੈ ਬਹੁਤ ਅੱਛੀ ਗੱਲ ਹੈ ਮੈਨੂੰ ਇਹ ਗੱਲ ਬੜੀ ਅੱਛੀ ਲੱਗੀ ਤੁਸੀਂ ਹੁਣੇ ਕਿਹਾ ਕਿ ਮੈਂ ਪੋਜ਼ਿਟਿਵਿਟੀ ਨੂੰ ਬਣਾਉਣ ਦੇ ਲਈ ਰਿਆਜ਼ ਜ਼ਰੂਰ ਕਰਦਾ ਐਵਰੀ ਡੇ ਕੋਈ ਗੱਲ ਤੁਸੀਂ ਆਪਣਾ ਦੇਖੋ ਹੁਣ ਕਈ ਗੱਲਾਂ ਹੁੰਦੀਆਂ ਬਾਕੀ ਸੈਲਫ ਸੈਟੀਸਫੈਕਸ਼ਨ ਦੀ ਗੱਲ ਹੈ ਜੀ ਹਾਂਜੀ ਮੈਂ ਅੱਗੇ ਵੀ ਗੱਲ ਕੀਤੀ ਹੈ ਵੀ ਇੱਕ ਬੰਦਾ ਮੈਂ ਵੇਖਿਆ ਆਪਣੀ ਜ਼ਿੰਦਗੀ 'ਚ ਗੱਡੀ ਵੀ ਨਹੀਂ ਲਈ ਤੁਸੀਂ ਨਹੀਂ ਕਈ ਬੰਦੇ ਇੰਗਲੈਂਡ ਓਕੇ ਓਕੇ ਮੈਂ ਤਾਂ ਫਿਰ ਪ੍ਰੋਗਰਾਮਸ ਵੀ ਗੱਡੀ ਤੇ ਲੈਣੀ ਪਈ ਸੀ ਉਹ ਨਹੀਂ ਤੇ ਫਿਰ ਸਾਈਕਲ ਤੇ ਰੱਖ ਕੇ ਬਹੁਤ ਦੂਰ ਜਾਣਾ ਪੈਂਦਾ ਨਾ ਉੱਥੇ ਵੀ ਰੱਖ ਸਕਦੇ ਸਾਜ ਠੀਕ ਹੈ ਅੱਛਾ ਉਹ ਗੱਡੀ ਬੱਸ ਕਿਉਂਕਿ ਯੂਕੇ ਦੇ ਵਿੱਚ ਬੱਸਾਂ ਬਹੁਤ ਲੱਗਿਆ ਘਰ 'ਚੋਂ ਨਿਕਲੇ ਤੇ ਬੱਸ ਲੈ ਲਓ ਦਾਲ ਸਬਜ਼ੀਆਂ ਨਾਲ ਰਾਤ ਨੂੰ ਖਾਣੀ ਜਿਵੇਂ ਮਤਲਬ ਬਿਲਕੁਲ ਸਾਦੀ ਲਾਈਫ ਇੱਕ ਮਜ਼ੇ ਲੈ ਰਿਹਾ ਇੱਕ ਬੰਦਾ ਸ਼ਾਹੂਕਾਰ ਆ ਕੁਪਲੇਨਾ ਜਾ ਰਿਹਾ ਕਦੇ ਗੱਡੀ ਤੋਂ ਟੈਨਸ਼ਨ ਵੀ ਆ ਕੰਮ ਹੋ ਗਿਆ ਆ ਕੰਮ ਹੋ ਜ਼ਿੰਦਗੀ ਕਿਹਦੀ ਵਧੀਆ ਗੱਲ ਤੇ ਸੈਲਫ ਸੈਟੀਸਫੈਕਸ਼ਨ ਦੀ ਹੈ ਨਾ ਉਹ ਪੰਤਾ ਕੀ ਭਜ ਰਿਹਾ ਉਹ ਪੰਜਾਬ ਸੋ ਆਪਣੇ ਤੁਹਾਡੀ ਆਪਣੀ ਹੈ ਇਨਰ ਸੈਲਫ ਤੁਸੀਂ ਵਾਟ ਯੂ ਵਾਂਟ ਸਮ ਲਾਈਫ ਤੁਸੀਂ ਕੀ ਮਜ਼ਾਕਾ ਦੀ ਚੀਜ਼ ਚਾਹੁੰਦਾ ਜੀ ਹੈ ਨਾ ਜੀ ਹੁਣ ਜਈ ਕਈ ਬੰਦੇ ਤੇ ਫੋਕਸ ਹੀ ਹੈ ਪੇ ਮੈਂ ਸ਼ਾਹੂਕਾਰ ਬੰਨਣਾ ਤੇ ਉਹ ਗੱਲ ਹੋ ਰਿਹਾ ਨਾ ਸੋ Aim ਤਾਂ ਹੋਣੀ ਚਾਹੀਦੀ ਜ਼ਿੰਦਗੀ 'ਚ ਇਹ ਨਹੀਂ ਪੈਸੇ ਤੇ ਸਭ ਨੂੰ ਚਾਹੀਦੇ ਆ ਬਿਲਕੁਲ ਸੋ ਤੁਹਾਡਾ Aim ਕੀ ਹੈ ਹੁਣ ਅਸੀਂ ਮजे ਕਰ ਰਹੇ ਹਾਂ ਸਾਡਾ ਦਾ ਸ਼ੌਂਕ ਗਾਉਣ ਤੇ ਬਜਾਉਣ ਦਾ ਤੇ ਸੋਹਣੀਆਂ ਰੂਹਾਂ ਦੇ ਨਾਲ ਦਿਲ ਪਰਚਾਉਣ ਦਾ। ਕੀ ਬਾਤ ਆ ਫਿਰ ਮੈਨੂੰ ਥੋੜਾ ਜਿਹਾ ਹੋਰ ਦੱਸੋ ਆਪਣੀ ਐਲਬਮ ਦੇ ਗੀਤਾਂ ਬਾਰੇ। ਓਹ ਮੈਂ ਗਾ ਨਹੀਂ ਸਕਦਾ ਕੋਈ ਆਏ ਨਹੀਂ ਲੇਕਿਨ ਮੈਂ ਦੱਸਾਂ ਕਿ ਉਹਦੇ ਵਿੱਚ ਜਿਸ ਤਰ੍ਹਾਂ ਮੈਂ ਫਾਸਟ ਫਾਸਟ ਗਾਣਾ ਹੁਣ ਉਸ ਸਟਾਈਲ ਵੀ ਹੈਗਾ ਹੈ ਟ੍ਰੈਡੀਸ਼ਨਲ ਇੱਕ ਸਟਾਈਲ ਇੱਕ ਜੋ ਗੀਤ ਸਾਡੇ ਪਿਤਾ ਜੀ ਗਾਉਂਦੇ ਹੁੰਦੇ ਸੀਗੇ ਸਵਰਗਿਆ ਸਾਧੂ ਸਿੰਘ ਧਮਾਈ ਸਵਰਗਿਆ ਦੇਆ ਸਿੰਘ ਦਿਲਬਰ ਜੀ ਦਾ ਲਿਖਿਆ ਹੋਇਆ ਅੱਜ ਤੋਂ 60 ਸਾਲ ਪਹਿਲਾਂ ਹੋਊਗਾ ਉਹ ਵੀ ਮੈਂ ਗੀਤ ਰਿਕਾਰਡ ਕੀਤਾ। ਉਹ ਕੀਤਾ ਰਕੋਟ ਅੱਠ ਰੰਗੀ ਦੇ ਨਾਲ ਜੀ ਉਹਦੀ ਵੀਡੀਓ ਵੀ ਐਸੀ ਤਰ੍ਹਾਂ ਸ਼ੂਟ ਕੀਤੀ ਹੈ ਵੀ ਪੁਰਾਣੇ ਜ਼ਮਾਨੇ ਜਿੱਦਾਂ ਸੱਤ ਦੇ ਵਿੱਚ ਬੈਠ ਕੇ ਨਾ ਬਜ਼ੁਰਗ ਸੁਣਦੇ ਹੁੰਦੇ ਸੀ ਉਹੀ ਚੀਜ਼ ਆ ਉਹ ਮੈਂ ਦੋ ਬੋਲ ਸੁਣਾਣਾ ਜੋ ਬਨਤੇ ਹੁਸਨ ਜਿਨਾਨੂ ਦਿੱਤਾ ਕਰਤਾਰ ਨੇ ਉਹਨਾਂ ਨੂੰ ਚੱਲਨੇ ਪੈਂਦੇ ਦੁੱਖ ਦੇ ਹਜ਼ਾਰ ਨੇ ਜੋ ਬਨਤੇ ਹੁਸਨ ਜਿਨਾਨੂ ਦਿੱਤਾ ਕਰਤਾਰ ਨੇ ਉਨਾ ਨੂੰ ਚੱਲਦੇ ਪੈਂਦੇ ਦੁੱਖ ਦੇ ਹਜ਼ਾਰ ਨੇ ਹੁਸਨ ਦੇ ਨਾਲ ਕੀ ਖਬਰੇ ਵੈਰ ਤਕਦੀਰ ਦਾ ਬਣਦਾ ਜ਼ਮਾਨਾ ਵੈਰੀ ਸੋਹਣੀ ਤਸਵੀਰ ਦਾ ਪੈਂਦੇ ਨੇ ਬੜੇ ਸਿਆਪੇ ਸੋਹਣੀਆਂ ਸ਼ਕਲਾਂ ਨੂੰ ਪੈਂਦੇ ਨੇ ਬੜੇ ਸਿਆਪੇ ਬਹੁਤ ਖੂ ਭਾਜੀ ਵਾਕਿ ਲਿਖਿਤ ਬਹੁਤ ਪ੍ਰਭਾਵ ਪਾਉਂਦੀ ਹੈ ਜਿਵੇਂ ਗਾਣੇ ਤੇ ਇਹ ਤਾਂ ਤੇ ਆਸੇ ਤੇ ਪਰਮਹਾਨ ਸਵਰਗਿਆ ਕਿਆ ਕਹਨੇ ਇਹੋ ਜਿਹੇ ਲੋਕ ਦੁਨੀਆ ਚ ਨਹੀਂ ਆਦੇ ਜੀ ਕਦੇ ਕਦੇ ਹੁੰਦਾ ਬਿਲਕੁਲ ਇਹ ਇਤਿਹਾਸ ਰਚ ਨਹੀਂ ਹੁੰਦੇ ਤੇ ਰਚ ਕੇ ਚਲ ਜਾਂਦੇ ਨੇ ਜੀ ਅੱਛਾ ਤੁਸੀਂ ਇੱਕ ਗੱਲ ਕੀਤੀ ਯੂਕੇ ਦੀ ਮਾਹੌਲ ਦੀ ਬਹੁਤ ਵੀ ਕੰਟਰੀਜ਼ ਦੀ ਤੁਸੀਂ ਕਿਹਾ ਵੀ ਲੋਕੀ ਜਾਂਦੇ ਨੇ ਵਧੀਆ ਗੱਲ ਹੈ ਤਰੱਕੀ ਲੈਣ ਦੀ ਹਾਂ ਬਹੁਤ ਸਹੀ ਗੱਲ ਹਮ ਬਟ ਉੱਥੇ ਹੀ ਜਦੋਂ ਸਾਡੇ ਪੰਜਾਬੀਆਂ ਨੂੰ ਰੇਸਿਜ਼ਮ ਦਾ ਸ਼ਿਕਾਰ ਹੋਣਾ ਪੈਂਦਾ ਤੁਸੀਂ ਨਹੀਂ ਕਦੀ ਹੋਏ ਵੈਸੇ ਨਹੀਂ ਉਹ ਸਾਡੇ ਜਿਹੜੇ ਬਜ਼ੁਰਗ ਗਏ ਉਹ ਤਾਂ ਬਹੁਤ ਸਹੀ ਗੱਲ ਇੱਕ ਟਾਈਮ ਤੇ ਸਕਿਨ ਹੈਡ ਜੋ ਕਹਿੰਦੇ ਹੁੰਦੇ ਸੀਗੇ ਨਾ ਜੋ ਗੰਜ ਰੱਖਦੇ ਸੀਗੇ ਸਕਿਨ ਹੈਡ ਬਹੁਤ ਗੈਂਗਾ ਹੁੰਦੀਆਂ ਸੀਗੀਆਂ ਅੱਛਾ ਜੀ ਲੇਕਿਨ ਹੁਣ ਤਾਂ ਦੇਖੋ ਮਲਟੀ ਨੈਸ਼ਨਲ ਹੁੰਦੇ ਸਾਰੇ ਕਿਥੇ ਜਾਓ ਹੈ ਸਮ ਪਲੇਸਿਸ ਇ ਅਮਰੀਕਾ ਚ ਹੈ ਗਿਆ ਹਾਂ ਹਾਂਜੀ ਕੁਝ ਪਬ ਹੁੰਦੇ ਸੀਗੇ ਯੂਕੇ ਦੇ ਵਿੱਚ ਆਪਣੇ ਪੰਜਾਬੀ ਨਹੀਂ ਜਾਂਦੇ ਸੀਗੇ ਰੇਸਿਸਟਸ ਸੀਗੇ ਨਾ ਤੇ ਹੁਣ ਤਾਂ ਵੇਹ ਸਾਰਾ ਤਕਰੀਬਨ ਪਤਾ ਲੱਗੀ ਗਿਆ ਹੈ ਨਾ ਤੇ ਕਈ ਜਗ੍ਹਾ ਤੁਸੀਂ ਜਾਣੇ ਤਾਂ ਅਪਰੀਸ਼ੀਏਟ ਹੋਵੋ ਕਦੇ ਜਦੋਂ ਦੇਖਿਆ ਨਾ ਹੋਵੇ ਸਰਦਾਰ ਕੋਈ ਆਕੇ ਫੋਟੋ ਮਾਂ ਵੀ ਖਿੱਚਦੇ ਆ ਇਦਾਂ ਵੀ ਹੋ ਜਾਂਦਾ ਨਾ ਵੇ ਕੀ ਇਹ ਚੀਜ਼ ਆ ਪੁੱਛਦੇ ਆ ਵੀ ਵਾਟ ਇਜ਼ ਥਿਸ ਹਾਂ ਨਾ ਫਿਰ ਅਸੀਂ ਕਹੀਦਾ ਸ਼ੀਸ਼ੇ ਅੰਖੇ ਖਰੇ ਸਾਰੋ ਕਰੋਕ ਕੇ ਬਨਦਾ ਏ ਪੱਗ ਭਰੀ ਠੋਕ ਠੋਕ ਕੇ ਪਿਤਾ ਵਾਰਿਆ ਪੁੱਤ ਵਾਰਤੇ ਪਰਿਵਾਰ ਵਾਰਤਾ ਸਾਰਾ ਸੌਖੀ ਨਹੀਂ ਮਿਲਗੀ ਤੈਨੂੰ ਏ ਪਗੜੀ ਸਰਦਾਰਾਂ ਸੀਰੀਅਸਲੀ ਪ੍ਰਾਊਡ ਆਫ ਯੂ ਭਾਜੀ ਬਹੁਤ ਬਹੁਤ ਅੱਛਾ ਸਮਝਾਈਦਾ ਹਾਂ ਫਿਰ ਉਹ ਥੋੜੇ ਜਿਹੀ ਸਮਝ ਲੱਗਦੀ ਹੈ ਹਾਂ ਇਹ ਮੈਂ ਕਿ ਫੈਸ਼ਨ ਨਹੀਂ ਚਲੋ ਇਸ ਗੁਰੂ ਸਾਹਿਬ ਦੀ ਬਖਸ਼ੀ ਹੋਈ ਚੀਜ਼ ਹੈ ਤੇ ਇਹ ਨਹੀਂ ਵੀ ਕੱਲੇ ਪੰਜਾਬੀਆ ਦੇ ਵਿੱਚ ਹੋਰ ਵੀ ਜਦੋਂ ਕਿਸੇ ਤੁਸੀਂ ਕੋ ਪੱਗ ਦਾ ਹੋਰ ਵੀ ਧਰਮਾਂ ਦੇ ਬਣਦੇ ਆ ਇਹਦਾ ਮਤਲਬ ਸਤਕਾਰ ਹੈ ਨਾ ਕਿ ਆਪਾਂ ਕਹਿੰਦੇ ਨੂੰ ਪੱਗ ਦਾ ਕੇ ਰੱਖ ਦਿੱਤੀ ਪਹਿਰਾ ਵਿੱਚ ਕਿਉਂ ਇਹਦਾ ਇੱਜ਼ਤ ਹੈ ਬਿਲਕੁਲ ਸਹੀ ਸੋ ਵੀ ਦਾ ਕੋਈ ਵੀ ਦਾ ਜਿਹੜਾ ਵੀ ਪਗੜੀ ਪਹਿਨਦਾ ਉਹ ਸੋਚ ਸਮਝ ਕੇ ਗੱਲ ਕਰਦਾ ਹੈ ਨਾ ਕਰਨੀ ਵੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬ ਦੀ ਚੀਜ਼ ਬਖਸ਼ੀ ਹੋਈ ਹੈ ਜੀ ਤੇ ਭਾਜੀ ਇੱਕ ਗੱਲ ਮੈਨੂੰ ਦੱਸੋ ਬਈ ਅੱਜ ਕੱਲ੍ਹ ਦੁਨੀਆ ਦੇ ਵਿੱਚ ਕੰਪੀਟੀਸ਼ਨ ਦਾ ਬਹੁਤ ਜ਼ਿਆਦਾ ਰਿਵਾਜ ਸ਼ੁਰੂ ਹੋ ਗਿਆ ਹੈ ਜਿੱਥੇ ਆਪਾਂ ਗੱਲ ਕਰ ਰਹੇ ਆ ਮਾਨ ਵਧਾਨ ਦੀ ਹੈ ਨਾ ਟਰਬਨ ਦੇ ਮਾਨ ਵਧਾਨ ਦੀ ਉੱਥੇ ਭਾਜੀ ਤੁਹਾਨੂੰ ਨਹੀਂ ਲੱਗਦਾ ਵੀ ਆਰਟਿਸਟ ਟਾਰਗੇਟ ਈਜ਼ੀ ਹੋ ਗਿਆ ਜਿੰਨਾ ਉੱਚੇ ਜਾ ਰਿਹਾ ਮੇਰੇ ਮਮਾ ਕਹਿੰਦੇ ਹੁੰਦੇ ਨੇ ਵੀ ਅ ਇਨਸਾਨ ਜਿੰਨਾ ਸਿਖਰਾਂ ਤੇ ਹੁੰਦਾ ਹੈ ਨਜ਼ਰਾਂ ਉਨੀਆਂ ਹੀ ਉੱਤੇ ਜਾਂਦੀਆਂ ਨੇ ਪਰ ਫਿਰ ਉਹ ਟਾਰਗੇਟ ਵੀ ਤਾਂ ਈਜ਼ੀ ਹੋ ਜਾਂਦਾ ਨਾ ਉਹ ਤੇ ਚਲੋ ਕੋਈ ਵੀ ਹੈ ਜਦੋਂ ਸ਼ੋਹਰਤ ਮਿਲਦੀ ਹੈ ਤੇ ਦੇਖੋ ਕੋਈ ਹੁੰਦੇ ਆ ਨਫ਼ਰਤ ਕਰਨਾਂ ਦੇ ਬਲ ਆਉਣ ਵਾਲੇ ਉਹ ਤੁਸੀਂ ਦੁਨੀਆ ਚ ਚੱਲਦਾ ਹੈ ਨਾ ਲੇਕਿਨ ਤੁਸੀਂ ਆਪਣਾ ਕਿੰਨਾ ਸਟੈਂਡ ਰੱਖਦੇ ਸੱਚ ਦੀ ਗੱਲ ਹੈ ਨਾ ਕਿ ਸੱਚ ਨੂੰ ਕਿੰਨਾ ਮੀਡੀਆ ਤੇ ਤੁਹਾਨੂੰ ਪਤਾ ਉਹ ਤੇ ਜਿਹੜੀ ਚੀਜ਼ ਚੱਕ ਲਈ ਤੇ ਚੱਕ ਲਈ ਜੀ ਇਹ ਨਹੀਂ ਦਿਖਨੇ ਦੇ ਵਿੱਚ ਕੀ ਲੌਜੀਕ ਕੀ ਸੀਗਾ ਹਾਂਜੀ ਕਈ ਬੰਦੇ ਆਪਣੇ ਵੀ ਨਹੀਂ ਦੇਖਦੇ ਹਨ ਵੀ ਕਿ ਕਿ ਨੂੰ ਪਤਾ ਨਹੀਂ ਹੁੰਦਾ ਵੀ ਕੋਈ ਬੰਦਾ ਹੋਰ ਕੋਈ ਕਿਸੇ ਦੇ ਮਗਰੀ ਪੈ ਗਏ ਤੇ ਪੰਜ ਛੇ ਬੰਦੇ ਵੀ ਫਿਰ ਬਾਅਦ ਸੋਚਣਾ ਵੀ ਆਪਾਂ ਕਿਉਂ ਬਈ ਮਗਰ ਕਿਉਂ ਬੰਦੇ ਕਿੰਗੇ ਨੂੰ ਪਤਾ ਵੀ ਨਹੀਂ ਹਰ 당 ਕਾ ਪੰਗੇ ਉਹਦੇ ਚੱਕ ਲਈਆਂ ਹਾਂ ਭੇੜ ਚਾਲੀ ਐਵੇਂ ਲਈਏ ਨਾ ਫਿਰ ਪੰਗਾ ਪੰਗਾ ਹੁੰਦਾ ਨਹੀਂ ਉਹ ਚੰਗਾ ਚੰਗਾ ਕੰਮ ਕਰੇ ਜੇ ਬੰਦਾ ਬੰਦਾ ਤੋੜ ਦੇਵੇ ਹਰ ਫੰਦਾ ਛੇਤੀ ਲਭ ਲਈਏ ਮਸਨੇ ਦਾ ਹਲ ਮਿੱਤਰਾ ਨਹੀਂ ਤੇ ਗੰਨ ਨੂੰ ਵਧਾਉਣ ਵਾਲੇ ਛੱਤੀ ਆਉਣਗੇ ਕਿਸੇ ਆਉਣਾ ਨਹੀਂ ਸਿਡਾਉਣ ਕੁੱਟ ਪੈਂਦੀ ਤਾਂ ਵੀਡੀਓ ਬਣਾਉਣ ਵਾਲੇ ਛੱਤੀ ਆਉਣਗੇ ਕੀ ਬਾਤ ਹੈ ਬਹੁਤ ਗੰਬੀਰ ਬਬਰਾਈ ਦੀ ਗੱਲ ਹੈ ਜੀ ਬੜਾ ਕੀ ਬਾਤ ਹੈ ਤੁਸੀਂ ਜਿਹੜੀ ਵੀਡੀਓ ਦੀ ਗੱਲ ਕੀਤੀ ਹੈ ਸੋਸ਼ਲ ਮੀਡੀਆ ਤੁਹਾਨੂੰ ਪਤਾ ਬਹੁਤ ਵਾਈਡ ਹੋ ਚੁੱਕਿਆ ਹੈ ਤੇ ਉਹਨ ਛੋਟੇ ਛੋਟੇ ਕਲਿੱਪਸ ਬਹੁਤ ਵਾਇਰਲ ਹੁੰਦੀਆਂ ਨੇ ਤੁਸੀਂ ਵੀਡੀਓ ਤੁਹਾਡੇ ਤਾਂ ਗਾਣੇ ਮੁਰ ਤੋਂ ਇੰਨੇ ਜ਼ਿਆਦਾ ਵਾਇਰਲ ਹੋ ਰਹੇ ਨੇ ਬਾਲਾ ਵਿੱਚ ਨਾ ਚੇਰ ਕੁੜੇ ਤਾਂ ਇੰਨਾ ਜ਼ਿਆਦਾ ਇਹਦੇ ਤੇ ਰੀਲਸ ਬਣੀਆਂ ਨੇ ਇਹ ਆ ਵੀ ਬਹੁਤ ਰੀਲਾ ਆ ਰਹੀਆਂ ਬੱਚਿਆਂ ਦੀਆਂ ਲੜਕੀਆਂ ਦੀ ਵੀ ਆ ਰਹੀਆਂ ਡਾਂਸ ਕਰ ਰਹੇ ਐਨਜੋਏ ਕਰ ਰਹੇ ਖਾਸ ਕਰਕੇ ਮੁੰਡੇ ਟਰਬਨ ਵਾਲੇ ਆ ਨਾ ਕੋਈ ਪੇਜ ਰਿਹਾ ਹਾਰਲੀ ਡਿਵਿਸ਼ਨ ਤੇ ਬਹੁਤ ਅੱਛਾ ਲੱਗ ਰਿਹਾ ਚਲੋ ਆਪਣੇ ਨਾਲ ਉਹਨਾਂ ਦਾ ਵੀ ਅਸੀਂ ਸ਼ੇਅਰ ਸਾਰਿਆਂ ਦੇ ਕਰਦੇ ਹਾਂ ਸੋ ਜਿਨ੍ਹਾਂ ਨੇ ਨਹੀਂ ਵੀ ਵੇਖਿਆ ਵੀਡੀਓ ਜ਼ਰੂਰ ਤੁਸੀਂ ਦੇਖੋ ਤੇ ਆਪਣੀ ਰੀਲਾਂ ਭੇਜੋ ਅਸੀਂ ਸ਼ੇਅਰ ਕਰਾਂਗੇ ਕੀ ਬਾਤ ਹੈ ਤੁਸੀਂ ਇਹਨਾਂ ਤੋਂ ਬਾਅਦ ਸ਼ੋਅ ਲਗਾਉਣੇ ਹੋ ਜੀ ਤੇ ਜਿਹੜਾ ਨੂੰ ਮਤਲਬ ਜਿਹੜੇ ਅੰਗਰੇਜ਼ ਹੁੰਦੇ ਨੇ ਉੱਥੇ ਉਹ ਉਹਨਾਂ ਦਾ ਕੀ ਮਾਹੌਲ ਹੁੰਦਾ ਵੀ ਮੈਂ ਦੇਖਿਆ ਇਹ ਵੀ ਪੰਜਾਬੀ 뮤직 ਨੇ ਕੀ ਮਤਲਬ ਮੈਂ ਪਹਿਲੇ ਵੀ ਕਿਹਾ ਕਿ ਪੂਰੀ ਦੁਨੀਆ ਦੇ ਦਿਲਾਂ ਤੇ ਛਾਇਆ ਹੋਇਆ ਸੋ ਕੀ ਉਹ ਪੰਜਾਬੀਆਂ ਨਾਲੋਂ ਵਾਦ ਐਨਜੋਏ ਕਰਦੇ ਨੇ ਜਾਂ ਮਤਲਬ ਤੁਹਾਨੂੰ ਦੇਖ ਕੇ ਸੁਆਦ ਆਉਂਦਾ ਉਹਨਾਂ ਨੂੰ ਉਹਨਾਂ ਨੂੰ ਜਿਹੜੀ ਬੀਟ ਹੈ ਨਾ ਖਾਸ ਕਰਕੇ ਪੰਜਾਬੀ ਢੋਲ ਕਿਉਂਕਿ ਆ ਦੇਖੋ ਲਾਭ ਜਿੰਜੂ ਪੰਜਾਬੀ ਐਮਸੀ ਦਾ ਗੀਤ ਮੁੰਡਿਆਂ ਤੋਂ ਬਚ ਗਿਆ ਸਾਰੇ ਕਲੱਬਾਂ ਦੇ ਵਿੱਚ ਕੋਈ ਐਸਾ ਕਲੱਬ ਐਦਾਂ ਦਾ ਗੀਤ ਕੋਈ ਬਣ ਹੀ ਨਹੀਂ ਸਕਦਾ ਕਿਸੇ ਤੋਂ ਜਿਹੜਾ ਇਹਨਾਂ ਚੱਲਿਆ ਹੋਵੇ ਰਾਈਟ ਕਿਤੇ ਨਹੀਂ ਚੱਲਿਆ ਕਿਹੜੇ ਕਲੱਬ 'ਚ ਨਹੀਂ ਚੱਲਿਆ ਨਿਊਯਾਰਕ ਲਾਸ ਵੇਗ ਹੈ ਸਾਰੇ ਪਾਸੇ ਉਹ ਤੁੰਬੀ ਜਦੋਂ ਢੋਲੋ ਕ੍ਰੇਜ਼ੀ ਹੋ ਜਾਂਦੇ ਸੀ ਠੀਕ ਹੈ ਨਾ ਕਿਉਂਕਿ ਢੋਲ ਦੀ ਆ ਸਾਊਂਡ ਹੀ ਐਸਾ ਹੈ ਵਾ ਨਾ ਤੇ ਉਹ ਉਹ ਕ੍ਰੇਜ਼ੀ ਹੋ ਜਾਂਦੇ ਸਾਊਂਡ ਵੇਖ ਕੇ ਵੀ ਹਨਾ ਬੀਟ ਪੰਜਾਬੀਆਂ ਦੀ ਕੀ ਬਾਤ ਹੈ ਬਹੁਤ ਅੱਛੀ ਗੱਲ ਹੈ ਸੋਹਣ ਜੀ ਤੁਸੀਂ ਆਪਣੇ ਆਪ ਨੂੰ ਕਿਸ ਚੀਜ਼ ਲਈ ਬlesd ਮੰਨਦੇ ਹੋ ਅੱਜ ਦੀ ਤਰੀਕ ਦੇ ਵਿੱਚ ਜਦੋਂ ਤੁਸੀਂ ਆਲੇ-ਦੁਆਲੇ ਇੰਨਾ ਕੁਝ ਵਾਪਰਦਾ ਹੋ ਜਾਂ ਵੇਖ ਰਹੇ ਦੇਖੋ ਮੈਂ ਜੀ ਗੱਲ ਇਹ ਹੈ ਕਿ ਮੈਂ ਅਕਸਰ ਕਹਿੰਦਾ ਹਾਂ ਨਾ ਕਿ ਮੈਂ ਸਟਾਰਟ ਕੀਤਾ ਤਾਂ ਮਿਊਜ਼ੀਸ਼ੀਅਨ ਠੀਕ ਹੈ ਕਿਸੇ ਨਾਲ ਤਬਲਾ ਕਿਸੇ ਨਾਲ ਤਬੂਲ ਕਿਸੇ ਨਾਲ ਹਾਰਮੋਨੀਅਮ ਜਦੋਂ ਛੋਟੇ ਹੁੰਦੇ ਸੀਗੇ ਬਾਜੀ ਉਹ ਤਾਂ ਚਾਰ ਬੰਦੇ ਹੁੰਦੇ ਸੀ ਗਰੁੱਪਸ ਤੇ ਮੈਂ ਸਕੂਲ ਤੋਂ ਉਹਨਾਂ ਨੂੰ ਕਹਿੰਦਾ ਵੀ ਤੂੰ ਬਈ ਸੈਟਰਡੇ ਇਹਦੇ ਨਾਲ ਜਾਣਾ ਤੇ ਉਹਨਾਂ ਨੂੰ ਕੋਈ ਨਹੀਂ ਬੜੀਆ ਮਿਲਦਾ ਹੈ ਤੇ ਕਹਿੰਦਾ ਯਾਰ ਮੌਣੀ ਦੇ ਬ੍ਰਦਰ ਨੂੰ ਲੈ ਲੋ ਟਾਈਮ ਪਾਸ ਕਰਾ ਦੂਗਾ ਇਦਾਂ ਹੀ ਹੈ ਨਾ ਕਦੇ ਬਾਜੇ ਤੇ ਇਦਾਂ ਟਾਈਮ ਪਾਸ ਤਾਂ ਉਹਨਾਂ ਨੇ ਕਰਨਾ ਹੀ ਸੀਗਾ ਤੇ ਚਲੋ ਹੌਲੀ ਹੌਲੀ ਫਿਰ ਐਜ਼ ਅ ਸੈਸ਼ਨ 뮤జిਸ਼ian ਸਟੂਡੀਓ ਦੇ ਵਿੱਚ ਬਹੁਤ ਕੰਮ ਕੀਤਾ ਕਿਸੇ ਲਈ ਇਨਸਟਰੂਮੈਂਟਸ ਕੋਈ ਵੀ ਹਰਮੋਨੀਅਮ ਐ ਦਾ ਬੈਕ ਵੋਕਲ ਵਾਟਐਵਰ ਤੇ ਤਨਤਨ ਸੂਰੀਆ ਵੀ ਜਾਂਦਾ ਰਿਹਾ ਮੈਂ ਇੱਕ ਦਿਨ ਅੱਛਾ ਉਸ ਤੋਂ ਬਾਅਦ ਐਜ਼ ਅ 뮤జిਕ ਡੈਕਟਰ ਬਹੁਤ ਫੇਮ ਹੋ ਗਿਆ ਤੇ ਉਸ ਤੋਂ ਬਾਅਦ ਐਜ਼ ਅ ਸਿੰਗਰ ਜਿੱਥੇ ਵੀ ਮੈਂ ਗਿਆ ਐਜ਼ ਅ 뮤జిਸ਼ian ਕਿਸੇ ਸਿੰਗਰ ਦੇ ਨਾਲ ਉੱਤੇ ਮੈਂ ਆਪਣਾ ਗਰੁੱਪ ਵੀ ਲੈ ਕੇ ਗਿਆ ਉਸੋਂ ਜ਼ਿਆਦੇ ਕੰਟਰੀਆਂ 'ਚ ਮੈਂ ਗਿਆ ਸੋ ਇਹ ਵੱਡੀ ਪ੍ਰਾਪਤੀ ਹੈ ਨਹੀਂ ਤੇ ਇੱਕ ਬੰਦਾ ਹੁੰਦਾ ਹੈ ਕਿ ਚੀਜ਼ ਹੀ ਕਰਦਾ ਹੈ ਨਾ ਤੇ ਅਸੀਂ 뮤జిਸ਼ੀਅਨ ਵੀ ਐਜ਼ ਅ ਸਿੰਗਰ ਵੀ ਮਿਊਜ਼ਿਕ ਡੈਕਟਰ ਵੀ ਸਭ ਦੇਖਿਆ ਪਰ ਜੋ ਤੁਸੀਂ ਸੋਚਿਆ ਸੀ ਐਜ਼ ਇਟ ਇਜ਼ ਉਹੀ ਹੋਇਆ ਜਾਂ ਪਰਮਾਤਮਾ ਨੇ ਵਾਕ ਨੇ ਬਾਤ ਦਿੱਤਾ ਬਹੁਤ ਜਿਆਦਾ ਬਹੁਤ ਸਤਗੁਰੂ ਨੇ ਬਹੁਤ ਕਿਰਪਾ ਕੀਤੀ ਹੈ ਤੇ ਸਰੋਤਿਆਂ ਨਾ ਵੀ ਮੈਂ ਮੇਰੇ ਕੋਲ ਲਵ ਜੀ ਹੈ ਨਹੀਂ ਉਹਨਾਂ ਦਾ ਧੰਨਵਾਦ ਕਰਨਾ ਸੱਚਾਈ ਦੀ ਗੱਲ ਹੈ ਜੀ ਤੇ ਮੇਰੇ ਕਰਕੇ ਪਤਾ ਨਹੀਂ ਕਿੰਨੇ ਤੁਰੇ ਫਿਰਦੇ ਹਨ ਹਮਾਰਾ ਕਿਸੇ ਪੁੱਛਣਾ ਹੈ ਕਿ ਮੈਂ ਨਹੀਂ ਜੀ ਸਤਗੁਰੂ ਨੇ ਬਖਸ਼ਿਸ਼ ਕੀਤੀ ਮੈਂ ਤੁਹਾਨੂੰ ਦੱਸਿਆ ਵੀ ਦੁਨੀਆ 'ਚ ਬਹੁਤ ਅੱਛੇ ਅੱਛੇ ਬੰਦੇ ਮੈਂ ਸੁਨੇ ਵੇਖੇ ਆ ਤੇ ਮੈਂ ਸੋਚ ਕੇ ਹੀ ਰਿਚ ਸੋਚਦਾ ਵੀ ਆ ਬੰਦੇ ਨੂੰ ਯਾਰ ਜੂ ਨੂੰ ਮਿਲਣਾ ਚਾਹੀਦਾ ਸੀਗਾ ਇਨੂੰ ਨਹੀਂ ਮਿਲਿਆ ਲੇਕਿਨ ਉਹਦੇ ਕਰਮ ਹੈ ਜੀ ਤੇ ਇੱਕ ਬੰਦੇ ਨੂੰ ਜੋ ਸੂਤਰੀ ਆ ਗਿਆ ਹੈ ਨਾ ਪੈਰ ਥੱਲੇ ਬਟੇਰਾ ਆ ਗਿਆ ਲੇਕਿਨ ਉਹਦੇ ਵੀ ਕਰਮ ਹੈ ਉਹਨੂੰ ਵੀ ਨਹੀਂ ਮੈਂ ਗਲਤ ਕਹਿਣਾ ਉਹਦੇ ਕੋ ਪਿਛਲਾ ਹੋਗਾ ਸਾਹਿਬ ਸੋ ਉਹ ਵੀ ਰਿਜ਼ਰਵ ਕਰਦਾ ਸੋ ਇਦਾਂ ਬਹੁਤ ਅੱਛੀ ਗੱਲ ਹੈ ਭਾਜੀ ਸੋ ਆਰਟਿਸਟ ਲਾਈਫ ਦੇ ਜੇਕਰ ਗੱਲ ਕਰੀਏ ਹੈਨਾ ਆਰਟਿਸਟ ਲਾਈਫ ਚ ਕਿੰਨਾ ਬਦਲਾਵ ਤੁਸੀਂ ਦੇਖ ਰਹੇ ਹੋ ਖੁਦ ਇੱਕ ਆਰਟਿਸਟ ਹੋਣ ਦੇ ਨਾਤੇ ਪਹਿਲੇ ਜਦੋਂ ਮਿਲ ਬੈਂਦੇ ਸੀਗੇ ਕਿ ਕਿਸੇ ਦੀ ਘਾਟ ਤੁਹਾਨੂੰ ਅੱਜ ਖਲਦੀ ਹੈ ਕਿ ਉਹ ਗਰੁੱਪਸ ਦੇ ਵਿੱਚ ਬਹਿਣਾ ਉਹ ਗੱਲਾਂ ਬਾਤਾਂ ਉਹ ਥੋੜੀ ਦੇਸੀ ਜਿਹੀ ਵਾਈਬ ਕਿਉਂਕਿ ਸਾਡੇ ਕਲਾਕਾਰ ਬਹੁਤ ਹੀ ਜ਼ਿਆਦਾ ਹੈ ਨਾ ਗਰਾਊਂਡਡ ਹੁੰਦੇ ਰਹੇ ਨੇ ਹੁੰਦੇ ਰਹੇ ਨੇ ਉਹ ਬਹੁਤ ਮਜ਼ੇਦਾਰ ਸਿਕਾ ਵੇਹੇ ਪੁਰਾਣੇ ਜਿਹੜੇ ਸਾਡੇ ਭਾਈ ਜੀ ਦੇ ਯਾਰ ਦੀਪਚਾਰੇ ਹੁਣ ਦੁਨੀਆ ਤੋਂ ਚਲ ਗਏ ਉਸ ਨੂੰ ਯਾਦ ਕਰੀਦਾ ਸਫਰੀ ਸਾਹਿਬ ਬਹੁਤ ਕੈਸੇ ਸਿੰਗਰ ਸੀਗੇ ਤੇ ਭਾਈ ਸਾਹਿਬ ਹੋਰ ਪੁਰਾਣੇ ਜਿਹੜੇ ਹਜੇ ਹੈਗੇ ਬਹੁਤ ਇਸ ਕੰਗਜੀ ਦੇ ਲੇਜੈਂਡ ਸੋ ਬਹੁਤ ਮਜ਼ੇਦਾਰ ਉਹਨਾਂ ਨੂੰ ਮਿਲੀਦਾ ਜੰਡੂ ਸਾਹਿਬ ਜੰਡੂ ਲਿਤਰਾ ਵਾਲਾ ਜੀ ਕਿਆ ਬਾਤ ਜੀ ਸੋ ਹੋਰ ਵੀ ਮਨਿੰਦਰ ਗਿੱਲ ਆਪਣੇ ਨੇ 70 ਭਾਈ ਸਾਰੇ ਅੱਛੇ ਆ ਸਾਰਿਆਂ ਨੂੰ ਮਿਲੀਦਾ ਪੰਜ ਭਾਈ ਨੂੰ ਤੇ ਮਜ਼ੇ ਲਈਦੇ ਆ ਲੇਕਿਨ ਉਹ ਟਾਈਮ-ਟਾਈਮ ਆਪਣਾ ਹੁਣ ਸਾਰੇ ਬਿਜ਼ੀ ਆ ਤੇ ਲੇਕਿਨ ਉਸ ਟਾਈਮ 'ਚ ਨਾ ਯੂਕੇ ਦੇ ਵਿੱਚ ਸਾਡੇ ਘਰ ਦੇ ਵਿੱਚ ਸਾਰੇ ਆਦੇ ਹੁੰਦੇ ਸੀਗੇ ਜੀ ਹੈ ਨਾ ਸਾਰੇ ਸਿੰਘ ਕਰਕੇ ਸੇ ਨਾਲ ਕੋਈ ਤਬਲਾ ਪਲੇਅਰ ਹੋਵੇ ਤੇ ਮਹਿਫਿਲ ਲੱਗਦੀ ਰਹਦੀ ਸੀਗੀ ਉਹ ਬਹੁਤ ਮਨ ਵਿੱਚ ਕਰਦਾ ਹੈ ਅੱਛਾ ਇੱਕ ਗੱਲ ਦੱਸੋ ਯੂਕੇ ਦੇ ਵਿੱਚ ਬਹੁਤ ਸ਼ੂਟਿੰਗਸ ਹੁੰਦੀਆਂ ਨੇ ਹੁਣ ਫਿਲਮਾਂ ਦੀਆਂ ਹੈਨਾ ਤੇ ਕਦੀ ਮੁਲਾਕਾਤ ਹੁੰਦੀ ਹੈ ਇਹ ਕਲਾਕਾਰਾਂ ਦੇ ਨਾਲ ਮੈਨੂੰ ਲੱਗਦਾ ਸਾਧਾਰਨ ਤਰ੍ਹਾਂ ਫਿਲਮਾਂ ਬੰਦੀਆਂ ਯੂਕੇ ਦੇ ਘਰ ਦੀ ਆਪਣਾ ਕੰਮ ਕਰਕੇ ਨਿਕਲ ਜਾਂਦੇ ਆ ਸੀ ਆਪਣਾ ਅਸੀਂ ਆਪਣੇ ਚ ਰੁੱਝੇ ਰਹੇ ਸੀ ਸੇ ਸੇ ਨੂੰ ਆਪਣਾ ਹੁਣ ਆਪਣੀ ਆਪਣੀ ਪਈ ਹੈ ਸਭ ਨੂੰ ਬਹੁਤ ਅੱਛੀ ਗੱਲ ਹੈ ਭਾਜੀ ਹਰ ਬੰਦਾ ਕੰਮ ਕਰਦਾ ਹੀ ਸਮਾਲਕ ਸਾਹਿਬ ਨੂੰ ਤਰੱਕੀਆਂ ਬਖਸ਼ੇ ਹੱਕ ਹੈ ਜੀ ਜੀ ਬਿਲਕੁਲ ਸੋ ਅਖੀ ਜੀ ਜੀ ਨੇ ਪਲੀਜ਼ ਕੋਜੀ ਪੰਧਿਆ ਚੁੱਕੇ ਖਿਚ ਇਹ ਨੂੰ ਮਿਲੀ ਹੈ ਜੇ ਤਾਂ ਘਟ ਗਈ ਹੈ ਅੱਜ ਕੱਲ ਤੁਸੀਂ ਮਹਿਸੂਸ ਨਹੀਂ ਕਰਦੇ ਫਿਰ ਵੀ ਨਹੀਂ ਦੇਈ ਬਾਕੀ ਗੱਲ ਇਹ ਆ ਪਹਿਲਾਂ ਆਪਣੀ ਨੀਤ ਨੂੰ ਸਾਫ਼ ਕਰੀਏ ਪਾਮਣੇ ਅਗਲੀ ਦੀ ਨੀਤ ਬਲਦੀਤ ਹੋਵੇ ਕੀ ਬਾਤ ਹੈ ਸੰਗੀਤ ਨਾਲ ਤਾਂ ਤੁਹਾਡਾ ਗੁੜਾ ਪ੍ਰੇਮ ਹੈਗਾ ਹੀ ਹੈ ਫਿਲਮਾਂ ਫੁਲਮਾਂ ਵੀ ਦੇਖਦੇ ਹੋ ਉੱਥੇ ਯੂਕੇ ਫੈਮਲੀ ਦੇ ਨਾਲ ਜਾ ਕੇ ਫਿਲਮਾਂ ਹਾਂ ਬਹੁਤ ਅਸੀਂ ਦੇਖੀਦੇ ਹਾਂ ਅਗਲੀ ਫਿਲਮਾਂ ਦੇਖਣ ਜਾ ਰਹੇ ਹਾਂ ਮੈਂ ਵੀ ਜਿਹਨੂੰ ਕ ਆਪਣੀ ਮਾਰਨੀ ਗ ਆਪਣੀ ਮਾਰਨੀ ਹਾਂ ਭਈ ਅੱਗੇ ਮੈਂ ਉਹ ਵੀ ਵਖੀਆ ਤੇ ਮੈਨੂੰ ਸ਼ਾਇਦ ਉਹ ਕਿ ਆਖਰੀ ਪੰਜਾਬੀ ਫਿਲਮ ਕਿਹੜੀ ਵਖੀ ਸੀ ਮੇਰੇ ਕੋਲ ਯਾਦ ਹੈ ਮੇਰੇ ਕੋਲ ਜੀ ਜੀ ਦੇ ਪਾਜੀ ਦੀ ਸੀਗੀ ਔਰ ਪਲੇਨ ਸੀਗਾ ਹਾਂ ਅੱਛਾ ਅੱਛੀ ਸੀਗੀ ਬਹੁਤ ਅੱਛੀ ਸੀਗੀ ਓਕੇ ਨਹੀਂ ਵੀ ਮੈਂ ਲਾਈਕ ਨਹੀਂ ਕਰਦਾ ਮੈਂ ਲਾਈਕ ਕਰਦਾ ਲੇਕਿਨ ਉਹ ਜਿਸ ਤਰ੍ਹਾਂ ਸੀ ਉਹ ਜਿੱਥੇ ਅਸੀਂ ਲੈਨੇ ਉਥੇ ਇੰਗਲਿਸ਼ ਵਿੱਚ ਮਾ ਦਿਖਾਦੇ ਜਾਂਦੇ ਹਾਂਜੀ ਤੁਸੀਂ ਪਹਿਲਾਂ ਵੀ ਦੱਸਿਆ ਸੀ ਵੀ ਨਾਲੇ ਬੱਚਿਆਂ ਦੇ ਇੰਟਰਸਟ ਦੇ ਅਕੋਰਡਿੰਗ ਫੈਮਿਲੀ ਦੇ ਇੰਟਰਸਟ ਦੇ ਅਕੋਰਡਿੰਗ ਹਾਂ ਫਿਰ ਉਹ ਵੀ ਹਰ ਕਈ ਗੱਲਾਂ ਹੁੰਦੀਆਂ ਜੀ ਨਹੀਂ ਬਹੁਤ ਅੱਛੀ ਗੱਲ ਹੈ ਭਾਜੀ ਬਹੁਤ ਅੱਛਾ ਲੱਗ ਰਿਹਾ ਗੱਲਬਾਤ ਕਰਕੇ ਤੇ 뮤직 ਬਾਰੇ ਉਹ ਹੀ ਹੈ ਭੈਣ ਜੀ ਐਵੇਂ ਗੱਪਾਂ ਮਾਰੀਏ ਉੱਥੇ ਵਿਆਹ ਕਰ ਦਿੱਤਾ ਮੈਂ ਉਹ ਨਹੀਂ ਆ ਕੰਮ ਕਰਨਾ ਯਾਰ ਤੇ ਹਨਾ ਜੋ ਸੱਚਿਆ ਸੱਚਿਆ ਭਾਜੀ ਮੈਂ ਬਹੁਤ ਰਿਸਪੈਕਟ ਕਰਦੀ ਆ ਜਿਹੜੇ ਬਿਲਕੁਲ ਸਟ੍ਰੇਟ ਫਾਰਵਰਡ ਗੱਲ ਕਰਦੇ ਨੇ ਸੋ ਆਈ ਰੀਅਲੀ ਰਿਸਪੈਕਟ ਯੂ ਤੇ 뮤직 ਬਾਰੇ ਜ਼ਰੂਰ ਥੋੜੀ ਜਿਹੀ ਹੋਰ ਗੱਲ ਮੈਂ ਅਖੀਰ ਚ ਕਰਨਾ ਚਾਹਾਂਗੀ ਕਿ ਹੁਣ ਕਿਸ ਤਰ੍ਹਾਂ ਦਾ 뮤직 ਅੱਗੇ ਲੈ ਕੇ ਆ ਰਿਹਾ ਕਿਉਂਕਿ ਆਡੀਅנס ਦਾ ਟੇਸਟ ਕੀ ਐਕਚੁਅਲ ਚ ਉੱਥੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਨਫਿਊਜ਼ਨ ਆਰਟ ਜਾਦੇ ਯੰਗਸਟਰਾਂ ਨੇ ਇੰਗਲਿਸ਼ 뮤직 ਨੂੰ ਸੁਣ ਰਿਆ ਹੈ ਇਹਦੇ ਪੰਜਾਬੀ ਗੀਤ ਵੀ ਆ ਰਹੇ ਉਹਨਾਂ ਦਾ ਵੋਕਲ ਕੱਢ ਦੋ ਤਾਂ ਇੰਗਲਿਸ਼ ਹੀ ਲੱਗਦਾ ਹੈ ਜੀ ਜੀ ਠੀਕ ਹੈ ਨਾ ਲੇਕਿਨ ਪਾਰਟੀਆਂ ਜੀ ਵੱਜਦੇ ਟ੍ਰੈਡੀਸ਼ਨਲ ਹੂੰ ਉਹ ਬਿਗੈਰ ਤੋਂ ਉਹਦੀ ਗੱਲ ਮੰਡੀ ਹਾਂਜੀ ਜੀ ਬੋਲੀਆਂ ਜੋ ਵੀ ਉਹ ਤਾਂ ਚੱਲਣਾ ਹੈ ਲੇਕਿਨ ਚੇਂਜ ਹੋ ਗਿਆ ਨਾ ਤੇ ਅੱਜ ਕੱਲ ਟਾਈਮ ਹੈ ਨਹੀਂ ਕਿਸੇ ਕੋਲ ਵੀਡੀਓਜ਼ ਬਹੁਤ ਘੱਟ ਦੇਖਦੇ ਲੋਕੀ ਸਪੋਟੀਫਾਈ ਤੇ ਲੱਗੇ ਆ ਕਿ ਡਰੇਕ ਦਾ ਸੁਣ ਲਿਆ ਕਦੇ ਉਹਦਾ ਸੁਣ ਲਿਆ ਕਦੇ ਇਦਾਂ ਜੀ ਵਿੱਚ ਲੇਕਿਨ ਜਿਹੜਾ ਸਿੱਧੂ ਮੂਸੇ ਵਾਲੇ ਦਾ ਹੁੰਦਾ ਬਹੁਤ क्रेਜ਼ ਹੈ ਅਜੇ ਤੱਕ ਵੀ ਜੰਗਸਟਰ ਮੇਰੇ ਬੱਚੇ ਵੀ ਸੁਣਦੇ ਸਾਰੇ ਦੁਨੀਆ ਸੁਣਦੇ ਸਭ ਬਹੁਤ ਫੀਲ ਸੈਡ ਹਨ ਉਹ ਚਲ ਗਿਆ ਸੀ ਥੀ ਮਿਊਜ਼ਿਕ ਨੂੰ ਡਿਫਰੈਂਟ ਲੈਵਲ ਤੇ ਲੈ ਕੇ ਗਏ ਸੀ ਤੁਹਾਨੂੰ ਪਤਾ ਹੈ ਕਿ ਗੁਬਰਿਆਂ ਦੇ ਵਿੱਚ ਨਾਲੇ ਸਾਦਾ ਜਾਂ ਬੰਦਾ ਜਾਂ ਸਰਦਾਰ ਕਿਹੜਾ ਬਾਤ ਜੀ ਬਹੁਤ ਹੀ ਮਿੱਟੀ ਨਾਲ ਜੁੜਿਆ ਹੋਇਆ ਇਨਸਾਨ ਕੋਈ ਇਦਾਂ ਨਹੀਂ ਵੀ ਇਦਾਂ ਪਾਇਆ ਉਹ ਕੋਈ ਸਾਦਾ ਕੁਰਤਾ ਪਜਾਮਾ ਬੜੇ ਮਾਨ ਵਾਲੀ ਗੱਲ ਹੈ ਭਾਜੀ ਤੁਸੀਂ ਡ੍ਰੇਕ ਦੀ ਗੱਲ ਕੀਤੀ ਡ੍ਰੇਕ ਮਤਲਬ ਇਹੋ ਜਿਹਾ ਇਕੱਲਾ ਇੰਟਰਨੈਸ਼ਨਲ ਬੰਦਾ ਸੀ ਜਿਹਨੂੰ ਸਾਰੇ ਫੋਲੋ ਕਰਦੇ ਤੇ ਉਸ ਦਿਨ ਨੂੰ ਫੋਲੋ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਸੋ ਤੁਸੀਂ ਮਿਊਜ਼ਿਕ ਦੇ ਵਿੱਚ ਹੁਣ ਅੱਗੇ ਜੋ ਕੁਝ ਵੀ ਲੈ ਕੇ ਆਉਂਗੇ ਕਿ ਉਹ ਤੁਹਾਡੀ ਸਰੂ ਨੂੰ ਸਕੂਨ ਦੇਣ ਵਾਲਾ ਸੰਗੀਤ ਹੋਏਗਾ ਜਾਂ ਉਹ ਆਡੀਅנס ਟਾਰਗੇਟ ਨਹੀਂ ਨਹੀਂ ਆਡੀਅנס ਨੂੰ ਰੱਖ ਕੇ ਉਹਨੂੰ ਅਸੀਂ ਆਪਣਾ ਬੱਜਾ ਦੇ ਵੀ ਆਈਏ ਉਹ ਵੀ ਗੱਲ ਮੈਨੂੰ ਸੁਣੇ ਨਾ ਇਹ ਵੀ ਨਹੀਂ ਗੱਲ ਹੁੰਦੀ ਕਿ ਪਬਲਿਕ ਦੇ ਵਾਸਤੇ ਹੋਗਾ ਲੇਕਿਨ ਜਾਗੋ ਜਾਂ ਨੱਚੇ ਨਾਲੇ ਗੀਤ ਰੋਮਾਂਟਿਕ ਪਬਲਿਕ ਬਾਅਦ ਤੇ ਹੈ ਲੇਕਿਨ ਜੋ ਮੀਨੂ ਅੱਛਾ ਲੱਗਦਾ ਉਹੀ ਮੈਂ ਕਰ ਰਹਾ ਹਾਂ ਲੇਕਿਨ ਪਬਲਿਕ ਨੂੰ ਨਜ਼ਰ ਰੱਖਦੇ ਹੋਏ ਬਣਾਦਾ ਹੈ ਨਾ ਜੀ ਸੋ ਆਪਣੇ ਗਜ਼ਨਾ ਗਈ ਜੋ ਰਾ ਗਏ ਉਹ ਕਿਹੜਾ ਬੁੱਛੇ ਨਾ ਕੋਈ ਅੱਦਾਂ ਨਹੀਂ ਹੁੰਦਾ ਹੈ ਨਾ ਜੀ ਬਿਲਕੁਲ ਸਹੀ ਗੱਲ ਹੈ ਹਾਂ ਉਹ ਫਲੇਵਰ ਹੈ ਵਿੱਚ ਵਿੱਚ ਕੀਤਾ ਦਾ ਜੋ ਅੱਛਾ ਅੱਛਾ ਸ਼ਾਇਰੀ ਅੱਛੇ ਅੱਛੇ ਲੋਕਾਂ ਦੀ ਹੈ ਨਾ ਵਿੱਚ ਨਵੇਂ ਰਾਈਟਰਾਂ ਦੇ ਵੀ ਮਗਾਇਆ ਮੈਂ ਉਹੀ ਗੱਲ ਕਰਨ ਲੱਗੀ ਸੀ ਕਿ ਤੁਸੀਂ ਜਿੱਦਾਂ ਪਹਿਲੇ ਗੱਲ ਕਰਦੇ ਸੀ ਤੁਹਾਡੀ ਗੀਤਾਂ ਦੇ ਵਿੱਚ ਸੰਗੀਤ ਵੀ ਸੋਹਣਾ ਹੁੰਦਾ ਤੇ ਲਿਖਤ ਵੀ ਬੜੀ ਸੋਹਣੀ ਹੁੰਦੀ ਸੀ ਸਵਾਈਵਲ ਇੱਕ ਗੀਤ ਹੈ ਉਹ ਪੰਜਾਬ ਕਾਲੋਂ ਨਮਾ ਰਾਈਟਰ ਟ੍ਰਾਂਟੋਚ ਮੈਨੂੰ ਮਿਲਿਆ ਸੀਗਾ ਜੀ ਤੇ ਬਹੁਤ ਅੱਛਾ ਗੀਤ ਉਹਦਾ ਤੁਸੀਂ ਛੇਤੀ ٹرسٹ ਕਰ ਲੈ ਨਿਓ ਇਨਸਾਨਾਂ ਤੇ ਜੇ ਕੋਈ ਕਹਿੰਦਾ ਵੀ ਅਸੀਂ ਗਾਣਾ ਸੁਣਾਉਣਾ ਹੈ ਜਾਂ ਕੰਮ ਇਕੱਠੇ ਕਰਦੇ ਆਂ ਹਾਂਜੀ ٹرسٹ ਤੇ ਚਲੋ ਕਿਸੇ ਤੇ ਕਰਨਾ ਹੀ ਪੈਣਾ ਨਾ ਜੇ ਕਹਿਊਗਾ ਕਿਸੇ ਤੇ ٹرسٹ ਨਹੀਂ ਕਰਨਾ ਤੇ ਕੀ ਆ ਬਾਕੀ ਚਲੋ ਇਦਾਂ ਹੀ ਆ ਮੈਂ ਕਹਿੰਦਾ ਇਸ ਕਿਸ ਨੂੰ ਕਾਤਲ ਕਹੀ ਹੈ ਹੱਥੀ ਸਭ ਦੇ ਸ਼ੁਰੇ ਨੇ ਲੰਗੇ ਕੌਣ ਭਲੇ ਕੌਣ ਮੰਦੇਤ ਸਬਦ ਆਤਾ ਦੇ ਬੰਦੇ ਮੇਰੇ ਅਰਗੇ ਨੇ ਬੁੱਕਲਸ ਭਾਇਆ ਕਿਸੇ ਨੇ ਜੀਵ ਚ ਭਾਇਆ ਸ਼ੁਰੀ ਸਭ ਤੇ ਤਿਆਰ ਰਿਹਾ ਕਿ ਕਦੋਂ ਬਜੇ ਇਹ ਵੀ ਸਹੀ ਹੈ ਤੁਸੀਂ ਕਬੂਲ ਰਹੇ ਹੋ ਵੀ ਵੱਡੀ ਗੱਲ ਹੈ ਵਧੀਆ ਗੱਲ ਹੈ ਠੀਕ ਹੈ ਅੱਛੀ ਗੱਲ ਹੈ ਤੇ ਹੁਣ ਐਲਬਮ ਦਾ ਗਾਣਾ ਇੱਕ ਇੱਕ ਕਰਕੇ ਆਏਗਾ ਹਾਂਜੀ ਅੱਜ ਇਸ ਤਰ੍ਹਾਂ ਕੱਲ ਹੀ ਆਇਆ ਮੁੰਡਾ ਦਰਪਣ ਵਾਲਾ ਉਸ ਤੋਂ ਬਾਅਦ ਜਾਗੋ ਆਈ ਹੈ ਉਸ ਤੋਂ ਬਾਅਦ ਬਹੁਤ ਸਾਰੇ ਗੀਤ ਹੈ ਬੈਕ ਟੂ ਬੈਕ ਆਉਣਗੇ ਹਾਂਜੀ ਜਿੰਨਾ ਬਹੁਤ ਸਾਰੀਆਂ ਦੁਆਵਾਂ ਨੇ ਤੁਹਾਨੂੰ ਤੇ ਡਿਊਟ ਸੰਗਸ ਵੀ ਨਵੇਂ ਫੀਮੇਲ ਆਰਟਿਸਟ ਨਾਲ अच्छा नव्या ਨਾਰਕਾ ਜੀ ਬੜੀ ਅੱਛੀ ਗੱਲ ਹੈ ਤੁਸੀਂ ਮੌਕਾ ਬਹੁਤ ਅੱਛੇ ਅੱਛੇ ਟੈਲੈਂਟਡ ਨਵੇਂ ਨਵੇਂ ਹੈ ਨਾ ਚਾਹਨਾ ਉਹਨਾਂ ਦਾ ਵੀ ਹੁਣ ਜਿੱਦਾਂ ਮੁੰਡਾ ਬਲਵਿੰਦਰ ਪਿੰਕੂ ਨਵਾਂ ਡਾਇਰੈਕਟਰ ਨੂੰ ਵੀ ਚਾਂਸ ਦਿੱਤਾ ਠੀਕ ਹੈ ਜਾਗੋ ਦੇ ਵਿੱਚ ਹਜੇ ਕਿ 150 ਪੰਨਸ ਸੰਭਾਲਣਾ ਬਹੁਤ ਮੁਸ਼ਕਲ ਸੀਗਾ ਲੇਕਿਨ ਉਹ ਚਾਂਸ ਮੈਂ ਕਹਿੰਦਾ ਮੁੰਡਿਆਂ ਵੀ ਦਿੱਤਾ ਉਹਨਾਂ ਨਾਲ ਹਲਪ ਸਾਰਿਆਂ ਨੇ ਕੀਤੀ ਹੈ ਤੇ ਅੱਛਾ ਹੋ ਗਿਆ ਭਾਜੀ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਨਾਮ ਸਫੀਸ਼ੀਐਂਟ ਹੈ ਤੁਸੀਂ ਨਵੀਂ ਟੀਮ ਨੂੰ ਮੌਕਾ ਦੇ ਸਕਦੇ ਕਿਉਂਕਿ ਅੱਜ ਕੱਲ ਕੀ ਹੁੰਦਾ ਹੈ ਕਿ ਅੱਜ ਕੱਲ ਇਹ ਹੁੰਦਾ ਹੈ ਕਿ ਨਾਮੀ ਡਾਇਰੈਕਟਰ ਲਓ ਨਾਮੀ ਰਾਈਟਰ ਲਓ ਨਾਮੀ ਡੂ ਇਟ ਫੀਮੇਲ ਆਰਟਿਸਟ ਲੈ ਲਓ ਕਿਉਂਕਿ ਤਾਂਕੀ ਇੱਕ ਮਤਲਬ ਉਹਨਾਂ ਦੀ ਆਡੀਅੰਸ ਵੀ ਆ ਜਾਏ ਚੀਜ਼ ਹਿੱਟ ਹੋ ਜਾਏ ਉਹ ਤੇ ਚਲੋ ਨਾਮੀਆਂ ਨੇ ਵੀ ਕੀਤਾ ਉਹ ਤੇ ਕੋਲਾਬੋਰੇਸ਼ਨ ਜੋ ਸੀਰੀਅਸ ਹੈ ਨਾ ਉਹ ਤੇ ਲੇਕਿਨ ਮੇਰੀ ਆਪਣੀ ਐਲਬਮ ਦੇ ਵਿੱਚ ਕੁਝ ਨਵੇਂ ਵੀ ਅੱਛੇ ਹੈ ਉਹਨਾਂ ਨੂੰ ਵੀ ਚਾਂਸ ਮਿਲਣਾ ਚਾਹੀਦਾ ਹੈ ਜੀ ਸੋ ਇਹ ਐਲਬਮ ਆ ਰਹੀ ਹੈ ਤੇ BB ਦਿਨਵਦ ਗੀਤਾਂ ਦੇ ਉਸ ਤੋਂ ਬਾਅਦ ਕਲੈਬਰੇਸ਼ਨ ਸੀਰੀਜ਼ ਉਹ ਵੀ ਮੈਂ ਕੰਟੀਨਿਊ ਬਹੁਤ سارے ਲੋਕ ਕੇ ਸੋ ਰਾਤ ਫਤਿਹ ਖਾਨ ਸਾਹਿਬ ਨਾਲ ਵੀ ਇੱਕ ਗੀਤ ਹੋ ਰਿਹਾ ਉਹ ਵੀ ਸ਼ੂਟ ਹੋਇਆ ਤੇ ਉਹ ਵੀ ਆਊਗਾ ਉਹ ਹੋ ਗਿਆ ਤੁਹਾਡਾ ਰਿਕਾਰਡ ਹਾਂਜੀ ਕੀ ਬਾਤ ਹੈ ਉਹਦਾ ਇੰਤਜ਼ਾਰ ਰਹੇਗਾ ਭਾਜੀ ਬਹੁਤ ਟਾਈਮ ਤੋਂ ਬਾਅਦ ਕੁਝ ਅੱਛਾ ਕਲਾਬੋਰੇਸ਼ਨ ਦੇਖਣ ਨੂੰ ਮਿਲੇਗਾ ਸੋ ਬਹੁਤ ਸਾਰੀਆਂ ਦੁਆਵਾਂ ਹੈ ਤੁਹਾਨੂੰ ਤੁਹਾਡੇ ਲਈ ਹਾਂਜੀ ਸੋ ਮੇਰੀ ਆ ਪਰਸਨਲ ਰਿਕਵੈਸਟ ਹੈ ਤੁਸੀਂ ਬੜੇ ਸਮੇਂ ਬਾਅਦ ਮਿਲਦੇ ਹੋ ਰੀਲਾ ਚ ਸੁਣਦੇ ਰਹੀਦਾ ਟੇਪਾਂ ਤੇ ਸੁਣਦੇ ਰਹੀਦਾ ਸਟੇਪਾਂ ਨੇ ਇਹਨਾਂ ਕਹਣਾ ਬਹੁਤ ਹੀ ਪੁਰਾਣੀ ਹੈਗੀ ਐ ਸੋ ਸੋਸ਼ਲ YouTube ਤੇ ਸੁਣਦੇ ਰਹੀਦਾ ਹੈ ਹਾਂਜੀ ਤੁਹਾਡੀ ਭਾਜੀ ਮੈਨੂੰ ਤੁਹਾਡਾ ਹਾਂਜੀ ਵਾਲਾ ਸਲੈਂਗ ਬਹੁਤ ਅੱਛਾ ਲੱਗਿਆ ਸੱਚੀ ਤੁਹਾਡਾ ਜਿਹੜਾ ਵੇ ਆਫ ਟਾਕਿੰਗ ਹੈ ਆਈ ਰੀਅਲੀ ਲਾਈਕ ਇਟ ਕਿ ਤੁਸੀਂ ਬਹੁਤ ਰੀਅਲ ਬੋਲਦੇ ਹੋ ਜੋ ਹੈ ਸੋ ਉਹ ਬੋਲਦੇ ਹੋ ਬਨਾਵਟੀ ਗੱਲਾਂ ਨਹੀਂ ਕਰਦੇ ਹੋ ਮੈਨੂੰ ਬੜਾ ਵਧੀਆ ਲੱਗਦਾ ਮੈਂ ਦੋ ਗਾਣੇ ਸੁਣਨੇ ਨੇ ਇੱਕ ਚਿੱਠੀ ਲੰਡਨੋਂ ਲਿਖਦਾ ਤੇ ਦੂਜਾ ਤੇਰੇ ਵਾਲਾ ਵੇਚਦਾ ਚੀਰ ਕੋਲ ਜੀ ਹਮ ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ ਪਿੰਡ ਦਾ ਹਾਲ ਸੁਣਾ ਦਿਆਂ ਯਾਰਾ ਕੌਣ ਕੌਣ ਹੁਣ ਖੇਡੇ ਪਿੰਡ ਵਿੱਚ ਖੇਡ ਕਬੱਡੀ ਦੀ ਪੁੱਲ ਦੀ ਨਈਓ ਪੁੱਲ ਦੀ ਨਹੀਂ ਖੁਸ਼ਬੋ ਵੀਰਿਆ ਕਰਦੀ ਕੱਡੀ ਦੀ ਪੁੱਲ ਦੀ ਨਈਓ ਮੈਂ ਚਿੱਠੀ ਲੱਡਣੋਂ ਲਿਖਦਾ ਤਾਰਾਂ ਤੇਰੇ ਵਾਲਾ ਵਿਸਨਾ ਤੀਰ ਗੁਰੇ ਸਾਡੇ ਦਿਲ ਤੇ ਫੇਰੇ ਤੀਰ ਗੁਰੇ ਤੂੰ ਸਾਡੀ ਐ ਤਕਦੀਰ ਗੁਰੇ ਤੇਰੀ ਅੱਖੀਆਂ ਵੀ ਸਦਵੀਤ ਗੁਰੇ ਸਾਡੀ ਸੋਹਣੀ ਬਣ ਜਾ ਹੀਰ ਗੁਰੇ ਸਨ ਤੇਰੇ ਨਾਲ ਹੋ ਗਿਆ ਪਿਆਰ ਜਦੋਂ ਅਕਮਟ ਕਾਵੇਂ ਸਾਨੂੰ ਸੋਹਣੀ ਲੱਗਦੀ ਨਹੀਂ ਜਦੋਂ ਗੁੱਤ ਨੂੰ ਕਵਾਵੇਂ ਸਾਨੂੰ ਸੋਹਣੀ ਲੱਗਦੀ ਕੀ ਬਾਤ ਹੈ ਭਾਜੀ ਬਹੁਤ ਸ਼ੁਕਰੀਆ ਬਹੁਤ ਮਾਣ ਬਹੁਤ ਸਤਿਕਾਰ ਕਿਉਂਕਿ ਅਸਲ ਤੌਰ ਤੇ ਤੁਸੀਂ ਤਬਿਆ ਤੁਹਾਡੀ ਠੀਕ ਨਹੀਂ ਹੈ ਤੁਹਾਡੇ ਥ੍ਰੋਟ ਪ੍ਰੋਬਲਮ ਚੱਲ ਰਹੀ ਹੈ ਬਟ ਕਮਾਲ ਹੈ ਕਿ ਤੁਸੀਂ ਗਾ ਗਏ ਹੋ ਨਹੀਂ ਤੇ ਇਹੀ ਮਿਲਦੇ ਵੀ ਤਬਿਆਤ ਨਹੀਂ ਠੀਕ ਹੈ ਸੋਹਣੀ ਗਾਵਾਂਗੇ ਨਹੀਂ ਬਹੁਤ ਬਹੁਤ ਭਾਜੀ ਬਹੁਤ ਰਿਸਪੈਕਟ ਹੈ ਇਸ ਚੀਜ਼ ਦੇ ਲਈ ਤੇ ਬਹੁਤ ਸਾਰੀਆਂ ਵੈਸਟ ਵਿਸ਼ਸ ਨੇ ਤੁਹਾਸੀ ਬਹੁਤ ਅੱਛੀ ਹੈ ਤੇ ਜਦੋਂ ਵੀ ਮਿਲਦੇ ਆ ਪਿਆਰ ਦੇ ਨਾਲ ਸਭ ਦੇ ਨਾਲ ਤੁਹਾਡੇ ਇੰਟਰਵਿਊ ਵਿੱਚ ਸੰਤਾਨਨਾ ਬਹੁਤ اچھا ਲੱਗਦਾ ਤੇ ਇੱਕ ਕਰੀ ਫੇਰ ਸਾਰੇ ਸਰੋਤਿਆਂ ਨੂੰ ਇਸ ਨਾਲ ਚੀਜ਼ ਬਲੋਂ ਮਾਲਕ ਸਾਬ ਨੂੰ ਖੁਸ਼ ਰੱਖੇ ਤੇ ਆਪਣਾ ਖਿਆਲ ਰੱਖਣਾ ਭਾਜੀ ਬਾਕੀ ਤੇ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਜਿਹੜਾ ਤੁਸੀਂ بار بار ਨਾ ਚੀਜ਼ ਕਹਿ ਰਹੇ ਹੋ ਅੱਜ ਕੱਲ ਤੇ ਮਤਲਬ ਹਰ ਬੰਦਾ ਆਪਣੇ ਆਪ ਦੇ ਵਿੱਚ ਰੱਬ ਹੈ ਤੁਸੀਂ بار بار ਨਾ ਚੀਜ਼ ਕਿਉਂ ਕਹਿ ਰਹੇ ਹੋ ਐਨਾ ਤੁਸੀਂ ਦਿਹਾਕੇ ਇੰਡਸਟਰੀ ਨੂੰ ਦੇ ਤੇ ਦਹੇਟ ਤੁਸੀਂ ਦੇ ਦਿੰਦੇ ਹਜੇ ਨਾ ਚੀਜ਼ ਉਹ ਮੇਰੇ ਭਾਈ ਸਾਹਿਬ ਦਾ ਗਰੁੱਪ ਸੀਗਾ ਨਾ ਨਿਮਾਨਾ ਗਰੁੱਪ ਅੱਛਾ ਉਹ ਕਹਿੰਦਾ ਯਾਰ ਉਹਦਾ ਨਾਮ ਸੀਗਾ ਮੋਹਨ ਸਿੰਘ ਨਿਮਾਨਾ ਹਾਂਜੀ ਕਹਦਾ ਯਾਰ ਮੋਨ ਸਿੰਘ ਨੇ ਮਾਰਾ ਕਹਿੰਦਾ ਯਾਰ ਬੰਦਾ ਦੀ ਨੀਮਾਜ ਦਾ ਠੀਕ ਰਹਿ ਜਾਣਾ ਉਦਾਂ ਚੱਲਦਾ ਰਹੇ ਤੇ ਠੀਕ ਹੈ ਤੇ ਮੈਂ ਰੱਖਿਆ ਵੀ ਮੈਂ ਕਦੇ ਭੁੱਲ ਨਾ ਜਾਵਾਂ ਵੀ ਮੋਨ ਨਵਾਨਾ ਪਿਉ ਨਾ ਉਹ ਕੀ ਹੈ ਮੇਰਾ ਕਿ ਉਸ ਹਾਵਲਾ ਮੈਂ ਠੀਕ ਰਹਿ ਜਾਵਾਂ ਪਾਜੀ ਬਹੁਤ ਵੱਡੀ ਗੱਲ ਹੈ ਸਾਡੇ ਭਾਈ ਸਾਹਿਬ ਦੇ ਵਿੱਚ ਜਿਹਦਾ ਫਿਟ ਹੋ ਗਿਆ ਨਾ ਉਹ ਨਿਕਲ ਨਹੀਂ ਸਕਦੀ ਜੀ ਪਾਜੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਹਮੇਸ਼ਾ ਉਹਨਾਂ ਦਾ ਜ਼ਿਕਰ ਆਪਣੀਆਂ ਗੱਲਾਂ ਦੇ ਵਿੱਚ ਰੱਖਦੇ ਹੋ ਸੋ ਉਹਨਾਂ ਦੀ ਪ੍ਰੈਜ਼ੈਂਸ ਰਹਿੰਦੀ ਹੈ ਨਾ ਸੋ ਬਹੁਤ ਅੱਛੀ ਗੱਲ ਹੈ ਬਹੁਤ ਦੁਆਵਾਂ ਦੇ ਨਾਲ ਬਹੁਤ ਸਤਿਕਾਰ ਦੇ ਨਾਲ ਬਹੁਤ ਧੰਨਵਾਦ ਹੈ ਤੁਹਾਡਾ ਬਹੁਤ ਸ਼ੁਕਰੀਆ ਉਮੀਦ ਥੈਂਕ ਯੂ ਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਸ਼ੁਕਰੀਆ ਮੈਨੂੰ ਲੱਗਦਾ ਹੈ ਕਿ ਬਹੁਤ ਘੱਟ ਇਨਸਾਨ ਹੁੰਦੇ ਜਿਹੜੇ ਕਲੀਅਰ ਆਪਣੇ ਥਾਟਸ ਨੂੰ ਆਪਣੀਆਂ ਗੱਲਾਂ ਨੂੰ ਰੱਖਦੇ ਨੇ ਸੋ ਮੈਂ ਇਸ ਚੀਜ਼ ਦੀ ਬਹੁਤ ਹੀ ਦਿਲੋਂ ਰਿਸਪੈਕਟ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਹਮੇਸ਼ਾ ਆਰਟਿਸਟ ਨੂੰ ਅੱਛੀ ਕਲਾ ਨੂੰ ਅੱਛੇ ਕਲਾਕਾਰਾਂ ਨੂੰ ਆਪਣਾ ਮਾਨ ਸਨਮਾਨ ਇਸੇ ਤਰ੍ਹਾਂ ਦਿੰਦੇ ਰਹੋਗੇ ਸੋ ਕੀਪ سپورਟਿੰਗ ਗੁੱਡ ਸਿਨੇਮਾ ਹੈਲਦੀ ਸਿਨੇਮਾ ਐਂਡ ਕੀਪ ਵਾਚਿੰਗ ਸਿਨੇ ਪੰਜਾਬੀ ਫਿਰ ਹਾਲ ਦੇ ਲਈ ਦਿਓ ਇਜਾਜ਼ਤ ਆਪਣਾ ਤੇ ਆਪਣਿਆਂ ਦਾ ਰੱਖੋ ਕਿਰਪਾ ਸਟੇ ਪੋਜ਼ਿਟਿਵ ਕੀਪ ਸਮਾਈਲਿੰਗ ਸਤਿ ਸ਼੍ਰੀ ਅਕਾਲ